ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਨ ਸਰਦਾਰ ਅਨੋਖ ਸਿੰਘ ਬਚਿੱਤਰ ਜੀ। ਸਰਦਾਰ ਅਨੋਖ ਸਿੰਘ ਜੀ ਬਹੁਤ ਹੀ ਚੰਗੇ ਅਤੇ ਸਹਿਣਸ਼ੀਲਤਾ ਵਰਤੀ ਵਾਲੇ ਇਨਸਾਨ ਸਨ। ਗੁਰੂ ਘਰ ਪ੍ਰਤੀ ਸੱਚੀ ਸ਼ਰਧਾਵਾਨ ਸਨ ਅਤੇ ਹਰ ਇੱਕ ਗਰੀਬ ਦੀਨ ਦੁਖੀਏ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਵੀ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਬੀਤੇ ਦਿਨੀ ਸਰਦਾਰ ਅਨੋਖ ਸਿੰਘ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਛੇਵੀਂ ਜਵੱਦੀ ਕਲਾ ਲੁਧਿਆਣਾ ਵਿਖੇ ਪਾਏ ਗਏ। ਸਰਦਾਰ ਅਨੋਖ ਸਿੰਘ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਸੁਸ਼ੀਲ ਕੌਰ ਪਤਨੀ ਅਤੇ ਸਮੂਹ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਆਪ ਜੀ ਨੇ ਜਿੰਨੇ ਸਵਾਸਾਂ ਰੂਪੀ ਪੂੰਜੀ ਬਖਸ਼ਿਸ਼ ਕੀਤੀ, ਸੱਚੇ ਪਾਤਸ਼ਾਹ ਜੀ ਹੋਕਰ ਅਕਾਲ ਚਲਾਣਾ ਕਰ ਗਏ, ਤਿਨ੍ਹਾਂ ਦੀ ਆਤਮਕ ਸ਼ਾਂਤੀ ਵਾਸਤੇ ਅੰਮ੍ਰਿਤ ਵੇਲ ਤਿਨ੍ਹਾਂ ਦੇ ਗ੍ਰਹਿ ਵਿਖੇ ਸਹਿਜ ਪਾਠ ਦੇ ਭੋਗ ਪਏ। ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਚੇ ਪਾਤਸ਼ਾਹ ਜੀ ਇਸ ਵਕਤ ਆਪ ਜੀ ਦੀ ਚਲਾਈ ਮਰਜ਼ਾਦਾ ਅਨੁਸਾਰ ਕੀਰਤਨ ਨਿਰਮੋਲ ਕਹੀਰਾ ਆਨੰਦ ਗੁਣੀ ਕਹੀਰਾ ਰਵੀ ਬਾਣੀ ਦੇ ਕੀਰਤਨ ਹੋਏ ਕੀਰਤਨ ਕਰਦੇ ਹਾਂ। ਇੱਕ ਨੇ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਆਮੇ ਕੇ ਹੋ ਜੋੜੀ ਗੁਰਮੁਖ ਕੈ ਸੋ ਸਭਾ ਵਿਸ਼ਾਏ ਆਈ ਆਗਿਆ ਫਿਰੋ ਬੁਲਾਇਆ ਜੀਵਤ ਲਾਉ ਪਿਓ ਹਾਰੈ ਜਗ ਕਉ ਤੁਮ ਜਾਨੋ ਨਾਨਕ ਹਰ ਗੁਣ ਗਾਇ ਲੈ ਸਭ ਸੁਭਨ ਸਮਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਬਈ ਸਰਦਾਰ ਅਲੋਕ ਸਿੰਘ ਜੀ ਸਿਰਮਤ ਕੁਝ ਦਿਨ ਪਹਿਲਾਂ ਇਹ ਸੰਸਾਰ ਤੋਂ ਆਪਣੀ ਸੰਸਥਾ ਨੂੰ ਖੂਬੀ ਪੂੰਜੀ ਨੂੰ ਵੇਚਦੇ ਹੋਏ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਪਹੁੰਚੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਹਾਜ਼ਰ ਮੇਰੇ ਬਹੁਤ ਹੀ ਸਤਿਕਾਰਯੋਗ ਬਾਪੂ ਜੀ ਸਰਦਾਰ ਅਲੋਕ ਸਿੰਘ ਚੇਤਰ ਉਹਨਾਂ ਦੀ ਅੰਤਮ ਰਸਮਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ਰੂਰ ਮੇਰੇ ਬਾਪੂ ਜੀ ਨੂੰ ਸਵਰਗ ਦੇ ਵਿੱਚ ਜਗ੍ਹਾ ਮਿਲੇਗੀ ਬਰਫਾਈ ਅਤੇ ਪ੍ਰਵਾਹ ਹੈ ਅਤੇ ਜਿਵੇਂ ਪਹਿਲਾਂ ਸੇਵਾ ਕਰਦਾ ਰਿਹਾ ਵਾ ਤਾਂ ਸਮਝਦਾ ਹੁਣ ਵੀ ਇਸ ਪੂਰੀ ਸਥਿਤੀ ਇਹ ਸੇਵਾ ਕਰਦੇ ਰਹਿਣਗੇ ਅਤੇ ਹਮੇਸ਼ਾ ਕਰਦੇ ਕਰੇ ਰਹਿਣਗੇ। ਸੋ ਅਖੀਰ ਦੇ ਉੱਪਰ ਸਕੂਲ ਪ੍ਰਿੰਸੀਪਲ ਸਰਦਾਰ ਸਾਹਿਬ ਜੀ ਸਿੰਘ ਵੱਲੋਂ ਸਮੂਹ ਸਟਾਫ ਵੱਲੋਂ ਬੱਚਿਆਂ ਵੱਲੋਂ ਅਤੇ ਮੇਰੇ ਆਪਣੇ ਜਿੱਥੇ ਅਗਲੇ ਅਧਿਆਪਕ ਦਾ ਪੰਜਾਬ ਅਧਿਆਪਕ ਲੁਧਿਆਣਾ ਵੱਲੋਂ ਸਾਡੀ ਇਸ ਬਹੁਤ ਹੀ ਸਨਮਾਨ ਸ਼ਖਸੀਅਤ ਸਰਦਾਰ ਅਲੋਕ ਸਿੰਘ ਜੀ ਚੇਤਰ ਉਹਨਾਂ ਨੂੰ ਉਹਨਾਂ ਬੇਨਤੀ ਕਰਦਾ ਉਹਨਾਂ ਦੀ ਪਰਮਾਤਮਾ ਅਤੇ ਸੁਖਾਂ ਸਾਹਿਬ ਅੱਗੇ ਕਿ ਉਹਨਾਂ ਨੂੰ ਆਪਣੇ ਚਰਨਾਂ 'ਤੇ ਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਭਾਣਾ ਉਹਨਾਂ ਦਾ ਵਾਸ ਬਖਸ਼ਣ। ਇਹਦੀਆਂ ਬੇਨਤੀਆਂ ਕਰਦਾ ਹੋਇਆ ਆਪਣੀ ਗੱਲਾਂ ਦੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਬਾਪੂ ਅਲੋਕ ਸਿੰਘ ਜੀ ਉਹਨਾਂ ਦੀ ਅੰਤਮ ਅਰਦਾਸ ਪੰਗਤ ਚ ਮੈਂ ਨਮਾਮੀ ਚਾਹੁੰਦਾ ਕਿ ਮੈਂ ਇਸ ਮੰਗ ਉਹ ਸੀ ਉਹ ਵੀ ਸਾਡੇ ਬੜੇ ਸਤਿਕਾਰਯੋਗ ਜਿਸਮਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਦੇ ਚਰਨਾਂ ਜਾ ਪੈਸੇ ਨੇ। ਜੇ ਮੈਂ ਆਪਣੀ ਗੱਲ ਕਰਾਂ ਕਿ ਮੈਨੂੰ ਬੜਾ ਸਨੇਹ ਦੇ ਪਿਆ ਬੜੀ ਨਿੱਘੀ ਯਾਦ ਹੈ ਮੈਨੂੰ ਚਲੇ ਜਾਣਾ ਸਾਰਿਆਂ ਨੇ ਇਹਨਾਂ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਕੇ ਆਪਣੇ ਆਪਣੇ ਘਰਾਂ ਨੂੰ, ਪਰ ਜਿਸ ਵਿਹੜੇ ਦਾ ਬੋਰਡ ਸੀ ਉਹ ਵਿਹੜਾ ਸੁਰਖਾ ਹੋ ਗਿਆ। ਸੋ ਮੈਂ ਆਪਣੀ ਦਿਲ ਦੀਆਂ ਗਹਿਰਾਈਆਂ ਵਿੱਚੋਂ ਉਸ ਰੰਗਲੇ ਸਰਜਨ ਨੂੰ ਬਿਹਤਰ ਨੂੰ ਸ਼ਰਧਾ ਦੇ ਕੋਲ ਭੇਟ ਕਰਦਾ, ਸਤਿਕਾਰ ਭੇਟ ਕਰਦਾ, ਮੁੰਚੇ ਇਲਾਕੇ ਵੱਲੋਂ ਮੁੰਚੇ ਆਈ ਸੰਗਤ ਦਾ ਧੰਨਵਾਦ ਵੀ ਕਰਦਾ ਅਤੇ ਉਹ ਫੁੱਲਾਂ ਦੀ ਸਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਪੀਰ ਜਿਹੜੇ ਹੈਗੇ ਆ
ਉਹ ਆਪਾਂ ਉਹਦੇ ਟਿਕਾਣਿਆਂ 'ਤੇ ਬੈਠ ਸਾਡੀ ਜਿਹੜਾ ਸਿੱਖਿਆ ਅਸਰ ਦੇ ਤੌਰ 'ਤੇ ਸੇਵਾ ਕਰਕੇ ਸਿੱਖਿਆ ਵਿਭਾਗ ਦੇ ਵਿੱਚ ਉੱਚ ਅਧਿਕਾਰੀ ਦੀ ਸੇਵਾ ਕਰੇਗੀ ਉਹਨਾਂ ਦੀ ਗੇਨ ਉਹਨਾਂ ਦੀ ਕੰਟੈਂਸੀ ਹੈ ਮੈਂ ਬਹੁਤ ਇੱਕ ਗੱਲ ਨਹੀਂ ਕਰਦਾ ਸਰਟੀਫਿਕੇਟ ਪਿੱਛੋਂ ਸਾਥੀ ਮੈਨੂੰ ਕਹਿੰਦਾ ਅਤੇ ਮੈਂ ਸਾਰੇ ਸਾਡੇ ਪਰਿਵਾਰ ਵੱਲੋਂ ਅਤੇ ਸਾਰਿਆਂ ਨੂੰ ਸੱਚਾ ਫੁੱਲ ਭੇਟ ਕਰਦਾ ਅਤੇ ਅਰਦਾਸ ਕਰਦਾ ਮੈਂ ਸੱਚਾ ਪਾਤਸ਼ਾਹ ਸਾਡੇ ਮਾਂ ਨੂੰ ਚਾਚਾ ਜੀ ਨੂੰ ਲਿਆ ਅਤੇ ਚਾਚਾ ਧੰਨਵਾਦ ਬਖਸ਼ੀ ਬਾਕੀ ਸਾਡੇ ਪਰਿਵਾਰ ਨੂੰ ਪੜ੍ਹਨ ਨੂੰ ਮਿਲਦਾ ਮੈਂ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਸਤਿਕਾਰਯੋਗ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬਿਰਾਜਮਾਨ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਲੋਕ ਸਿੰਘ ਜੀ ਵਚਿੱਤਰ ਸਾਡੇ ਪਿਤਾ ਜੀ ਉਹਨਾਂ ਦੀ ਅੰਤਮ ਅਰਦਾਸ ਵਿੱਚ ਪਹੁੰਚੇ ਸਾਰੀ ਸੰਗਤ ਦਾ ਧੰਨਵਾਦ ਕਰਦੇ ਦੂਰੋਂ ਨੇੜੇ ਉਹਨਾਂ ਦੇ ਰਿਸ਼ਤੇਦਾਰ ਸੱਜਣ ਮਿੱਤਰ ਉਹਨਾਂ ਦੇ ਕੁਲੀਗਸ ਪਹੁੰਚੇ ਨੇ ਸਾਰਿਆਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਧੰਨਵਾਦ ਕਰਦੀਆਂ ਅਤੇ ਇਹੀ ਅਰਦਾਸ ਕਰਦੀਆਂ ਕਿ ਸਾਡੇ ਪਿਤਾ ਜੀ ਨੂੰ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਾਈ ਭਾਈ ਇਸ ਸੋਗਮਈ ਸਮਾਗਮ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਹੈ ਪਰਿਵਾਰ ਵੱਲੋਂ ਉਹਨਾਂ ਦਾ ਕਦਮ ਕਦਮ ਸਿਰਮੱਤੇ ਜੀ ਆਇਆਂ ਨੂੰ ਸੋ ਬੁਲਾਓ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਜਾ ਅਤੇ ਮਾਂ ਦਾ ਰਿਸ਼ਤਾ ਸੰਸਾਰ ਦੇ ਸਭਨਾਂ ਰਿਸ਼ਤਿਆਂ ਤੋਂ ਉੱਚਾ ਹੁੰਦਾ ਹੈ ਮਾਂ ਦੇ ਪਿਆਰ ਤੋਂ ਬਿਨਾਂ ਸੱਖਣੀ ਮਨੁੱਖ ਦੀ ਜ਼ਿੰਦਗੀ ਨਾ ਮਾਤਰ ਹੁੰਦੀ ਹੈ ਅਤੇ ਮਾਂ ਵਾਲੇ ਇਹਨਾਂ ਸਾਰੇ ਹੀ ਗੁਣਾਂ ਨਾਲ ਭਰਪੂਰ ਸਨ ਸ਼੍ਰੀਮਤੀ ਕੁਸੁਮ ਤਲਵਾੜ ਜੀ ਸ਼੍ਰੀਮਤੀ ਕੁਸੁਮ ਤਲਵਾੜ ਜੀ ਬਹੁਤ ਹੀ ਚੰਗੇ ਸੰਸਕਾਰੀ ਔਰਤ ਸਨ ਆਪ ਜੀ ਦਾ ਪਰਮਾਤਮਾ ਪ੍ਰਤੀ ਆਧਾਰ ਵਿਸ਼ਵਾਸ ਸੀ ਆਪ ਜੀ ਨੇ ਆਪਣੇ ਹੀ ਅਪਣਾਏ ਹੋਏ ਮਾਰਗ 'ਤੇ ਆਪਣੇ ਬੱਚਿਆਂ ਨੂੰ ਵੀ ਚੱਲਣ ਦੀ ਸਿੱਖਿਆ ਦਿੱਤੀ ਬੀਤੇ ਦਿਨੀ ਸ਼੍ਰੀਮਤੀ ਕੁਸੁਮ ਤਲਵਾੜ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਗਰੁੜ ਪ੍ਰਾਣ ਪਾਠ ਜੀ ਦੇ ਭੋਗ ਰਾਮ ਹਾਲ ਦੇਵੀ ਤਲਾਬ ਮੰਦਿਰ ਜਲੰਧਰ ਵਿਖੇ ਪਾਏ ਗਏ ਸ਼੍ਰੀਮਤੀ ਕੁਸੁਮ ਤਲਵਾੜ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਬਨਿਆ ਫਿਰੇ ਏ ਆਨਾ ਜਿੱਥੇ ਤੇਰੇ ਵਾਡੇ ਵਾਰੀ
ਜੀਓ ਇੱਥੇ ਬੈਠ ਸਦਾ ਕਿਸੇ ਰਹਿਣਾ ਨਹੀਂ ਓ ਬੁਰਾਈਆਂ ਦੇ ਪਿੱਛੇ ਚਿਪਨਾ ਹੈ ਤੋਂ ਗੱਲ ਨਹੀਂ ਕਰਦਾ ਚੰਗੀ ਗੁਜਰਾਂ ਵਾਲੇ ਨੇ ਆਨ ਤਾਂ ਕੁੱਟਣੀ ਜਦੋਂ ਤੇਰੀ ਤਾਂ ਸੰਗੀ ਬੁਰਾਈਆਂ ਦੇ ਪਿੱਛੇ ਫਿਰਦਾ ਹੈ ਕਦੀ
ਕਿ ਬੱਚੇ ਸੋਚ ਸਕ ਪੂਰੀ ਛਤਰ ਛਾਇਆ। ਅੱਜ ਸਾਡੇ ਵਰਿੰਦਰ ਮਲਹੋਤਰਾ ਜੀ ਦੇਵੀ ਕਲਾ ਮੰਦਿਰ ਪ੍ਰਬੰਧਕ ਕਮੇਟੀ ਦੀ ਪ੍ਰਮੁੱਖ ਸੇਵਾਦਾਰ ਹੈ, ਹੁਕਮ ਹੋਇਆ ਕਿ ਮਿਸ਼ਨ ਸਾਡਾ ਆਪਣਾ ਪਰਿਵਾਰ ਤਲਵਾਰ ਪਰਿਵਾਰ ਰਘੂ ਉਹਨਾਂ ਦੇ ਮਾਤਾ ਜੀ ਕੁਸਮ ਸਾਰੀ ਉਮਰ ਜਿਨ੍ਹਾਂ ਨੇ ਐਮ ਆਰ ਅੱਜ ਹਾਈ ਸਕੂਲ ਪ੍ਰਿੰਸੀਪਲ ਜਦਕਿ ਸਾਡੇ ਵਰਗੇ ਵੀ ਉਹਨਾਂ ਕੋਲ ਸ਼ਿਕਸ਼ਾ ਪ੍ਰਾਪਤ ਕੀਤੀ ਹੈ। ਵਿੱਦਿਆ ਦਾ ਭੰਡਾਰ ਜਿਨ੍ਹਾਂ ਦੇ ਅੰਦਰ ਸਭ ਨੂੰ ਸੁਮਤੀ ਦੇਣ ਵਾਲੇ ਅੱਜ ਬੇਟਾ ਕਹਿੰਦਾ ਜੀ ਮਾਂ ਸਾਨੂੰ ਸ਼ਕਤੀ ਚਲੀ ਇੰਨੀ ਕੁ ਦੂਰ ਹੈ ਕਿ ਸਾਹ ਆਇਆ ਆਇਆ ਨਾ ਆਇਆ ਨਾ ਆਇਆ। ਸਵਾਸ ਕਿੰਨੀ ਦੂਰ ਤੱਕ 4 ਦਿਨ ਤੱਕ ਸਾਹ ਕਹਾਣੀ ਖਤਮ ਹੋ ਅੱਜ ਕਹਿੰਦੀ ਕਿ ਮਾਂ ਕੁਸਮ ਸੰਸਾਰ ਨੂੰ ਛੱਡ ਕੇ ਚਲੇਗੀ ਪਰ ਮਾਂ ਤਾਂ ਸੁੱਤੀ ਦੇ ਅੰਦਰੋਂ ਚੀਜ਼ ਕਿਹੜੀ ਗੈਰ ਹੋ ਗਈ। ਗੁਰਬਾਣੀ ਦੇ ਵਿੱਚ ਈਸ਼ਵਰ ਲਿਖਿਆ ਇੱਕਾ ਮਾਈ ਜੁਗਤ ਬਿਹਾਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਵੇ ਦੀਵਾ। ਜਿਹੜਾ ਅਸੀਂ ਸ਼ਬਦ ਪੜ੍ਹਨੇ ਆ ਉਸ ਸ਼ਬਦ ਦੀ ਵਿਆਖਿਆ ਵੀ ਹੋਣੀ ਚਾਹੀਦੀ। ਇੱਕਾ ਮਾਈ ਇੱਕ ਅਲੌਕਿਕ ਸ਼ਕਤੀ ਅਲੌਕਿਕ ਸ਼ਕਤੀ ਹੈ ਦਰਬਾਰ ਦੇ ਵਿੱਚ ਬੈਠੀ। ਉਸ ਅਲੌਕਿਕ ਸ਼ਕਤੀ ਕੋਲੋਂ ਕੁਛ ਅੰਸ਼ ਸ਼ਕਤੀ ਦੇ ਮਿਲਦੇ ਆ ਉਸ 21ਵੇਂ ਨਰਕ ਦੇ ਵਿੱਚ ਸੰਸਾਰ ਦੇ ਵਿੱਚ ਆਉਣ ਕਿਸ ਜਨਮ ਲੈਂਦੇ। ਬੰਦਾ ਕਿੰਨੀ ਖੁਸ਼ੀ ਨਾਲ ਕਹਿੰਦਾ ਮੇਰਾ ਬੇਟਾ ਮੇਰੀ ਬੇਟੀ ਮੇਰਾ ਮਾਰ ਗਿਆ ਤੇਰਾ ਨਹੀਂ। ਗੀਤਾ ਵਿੱਚ ਇੱਕ ਸੰਸਕ੍ਰਿਤ ਸ਼ਬਦ ਆਉਂਦਾ ਮਮ ਏਵਮ ਅਮਮ, ਮੈਂ ਬਣਾਇਆ ਮੈਂ ਗਵਾਇਆ ਮੈਂ ਸਵਾਰਿਆ ਮੈਂ ਵਿਗਾੜਿਆ, ਮੈਂ ਨਾ ਹੁਣ ਤਾਂ ਦੁਨੀਆ ਵਿੱਚ ਕੋਈ ਕੰਮ ਹੋਣਾ ਨਹੀਂ ਸੀ। ਭਗਵਾਨ ਕ੍ਰਿਸ਼ਨ ਨੇ ਕਿਹਾ ਕੰਮ ਸਾਰੇ ਹੁੰਦੇ ਆ ਤੂੰ ਨਜ਼ਰ ਨਹੀਂ ਆ। ਮਮ ਨਾ ਕਹਿ ਤੇ ਅਮਮ ਅਗਰ ਉਸ ਪਰਮਾਤਮਾ ਨੇ ਕੁਛ ਦਿੱਤਾ ਹੈ ਹੱਸ ਕੇ ਲੈ ਲਿਆ ਆਪਣੇ
ਬਖਸ਼ਿਸ਼ ਹੋ ਜਾਵੇਗੀ। ਆਮ ਤੌਰ ਤੇ ਤਾਂ ਲੱਗੀ ਜਾਂਦੀ ਬੰਦੇ ਦੇ ਨਾਲ ਕੁਝ ਵੀ ਨਹੀਂ ਜਾਂਦਾ, ਜਾਂਦਾ ਪਤਾ ਕੀ ਹੈ, ਇਹ ਬਾਣੀ ਬੜੀ ਸੁਣੀ ਜਿਹੜਾ ਇੱਕ ਵਾਰ ਤੁਸੀਂ ਵਾਹਿਗੁਰੂ ਕਹਿ ਰਹੇ ਹੋ ਨਾਲ ਜਾਂਦਾ ਰੋ ਨਹੀਂ ਸਕਦਾ। ਜਿਸ ਜਗ੍ਹਾ ਸਾਰੀਆਂ ਚੀਜ਼ਾਂ ਸਾਥ ਛੱਡ ਦਿੰਦੀਆਂ ਨੇ, ਬਾਣੀ ਬੜੀ ਸੁਣੀ ਗੁਰੂ ਕਾ ਸ਼ਬਦ ਤੁਹਾਡਾ ਇੱਕ ਵਾਰ ਵਾਹਿਗੁਰੂ ਆਖਿਆ, ਇਹ ਜੀਵਾਤਮਾ ਦੇ ਵਿੱਚ ਸਹਾਰਾ ਹੀ ਹੁੰਦਾ ਹੈ, ਇਹ ਜੀਵਾਤਮਾ ਤੱਕ ਪਹੁੰਚਦਾ। ਆਹੀ ਮੇਰੇ ਸਤਿਗੁਰ ਨੇ ਕਿਹਾ ਗੁਰੂ ਦਾ ਮਨ ਐਸਾ ਧਨ ਹੈ ਜੀ ਵੱਲ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਕੀ ਤੱਕ ਬੰਦੇ ਦੀ ਬਾਤ ਕਰਦਾ। ਗੁਰੂ ਦਾ ਵਚਨ ਦੱਸੇ ਕਿ ਨਾਲੇ ਜਨ ਨਹੀਂ ਡੁੱਬੇ ਤਸਕਰ ਨਹੀਂ ਲੈਵੇ ਭਾਈ ਨਾ ਸਾਕੇ ਜਾਵੇ। ਬੰਦਾ ਵੇਖਣਾ ਜਿਸ ਵੇਲੇ ਰਾਤ ਨੂੰ ਸੌਂਦਾ ਬੰਦੇ ਨੂੰ ਕੱਲੀ ਨੀਂਦ ਨਹੀਂ ਆਉਂਦੀ, ਨੀਂਦ ਦੇ ਨਾਲ ਸੁਪਨਾ ਵੀ ਆਉਂਦਾ। ਜੇ ਤੇ ਬੰਦੇ ਨੂੰ ਸੁਪਨਾ ਚੰਗਾ ਆ ਗਿਆ ਨਾ ਤੇ ਸੁਪਨੇ ਦੇ ਵਿੱਚ ਖੁਸ਼ ਹੋ ਜਾਂਦਾ, ਤੇ ਕਈ ਵਾਰੀ ਸੁਪਨਾ ਮਾੜਾ ਵੀ ਆ ਜਾਂਦਾ ਤੇ ਫਿਰ ਡਰ ਜਾਂਦਾ। ਕਈ ਵਾਰੀ ਵੇਖਣਾ ਬੜਾ ਭਿਆਨਕ ਸੁਪਨੇ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਬੰਦੇ ਦਾ, ਕਈ ਵਾਰੀ ਵੇਖਣਾ ਸੁਪਨੇ ਦੇ ਵਿੱਚ ਬੰਦਾ ਮਰ ਵੀ ਜਾਂਦਾ। ਬੇਨਤੀ ਕਰਾਂਗਾ ਥੋੜ੍ਹੀ ਦੇਰ ਲਈ ਮੋਬਾਈਲ ਦਾ ਵੀ ਸਵਿੱਚ ਆਫ ਕਰਕੇ ਬੈਠਣਾ, ਵੈਸੇ ਬੰਦੇ ਦਾ ਧਿਆਨ ਪਤਾ ਨਹੀਂ ਕਿੱਥੇ ਕਿੱਥੇ ਰਹਿੰਦਾ, ਬੰਦਾ ਸੁਚੇਤ ਹੋ ਕੇ ਗੁਰਦੁਆਰੇ ਵੀ ਨਹੀਂ ਬੈਠ ਸਕਦਾ। ਸਤਨਾਮ ਸਿੰਘ ਵਾਹਿਗੁਰੂ ਅੱਖਾਂ ਤੱਕ ਬੇਸ਼ੱਕ ਸਰੀਰਕ ਤੌਰ ਤੇ ਗੁਰਦੁਆਰੇ ਆਇਆ ਹੈ ਕਿ ਸਰਦਾਰ ਤਰਨੋਕ ਸਿੰਘ ਸਾਹਿਬ ਦੀ ਯਾਦ ਦੇ ਵਿੱਚ 10 ਮਿੰਟ ਗੁਰਦੁਆਰੇ ਹਾਜ਼ਰੀ ਲਵਾਉਣੀ, ਮਨ ਕਿਹਾ ਗਿਆ ਕਿ ਖੜ ਮਨ ਕਹਿੰਦਾ ਉੱਠ ਖੜ ਜਲਦੀ ਸਮਾਪਤੀ ਹੋ ਕੇ ਚੱਲੀ ਆਪੋ ਸਤਨਾਮ ਸਿੰਘ ਵਾਹਿਗੁਰੂ। ਬੰਦਾ ਮੌਜੂਦਾ ਸਮੇਂ ਦੇ ਵਿੱਚ ਨਹੀਂ ਹੁੰਦਾ, ਬੰਦਾ ਪਤਾ ਕਿੱਥੇ ਹੁੰਦਾ, ਜਾਂ ਤਾਂ ਜਿਹੜਾ ਕੱਲ੍ਹ ਬੀਤ ਗਿਆ ਵੀ ਕੱਲ੍ਹ ਕੀ ਹੋਇਆ ਸੀ, ਬੰਦਾ ਉਹਦੇ ਵਿੱਚ ਜਿਉਂਦਾ, ਤੇ ਜਾਂ ਜਿਹੜਾ ਕੱਲ੍ਹ ਆਉਣ ਵਾਲਾ ਬੰਦਾ ਉਹਦੇ ਵਿੱਚ ਜਿਉਂਦਾ ਵੀ ਕੱਲ੍ਹ ਨੂੰ ਪਤਾ ਨਹੀਂ ਕੀ ਹੋਵੇਗਾ। ਤੁਸੀਂ ਦੇਖਣਾ ਜੋ ਹਾਸਾ ਪਸ਼ੂਆਂ ਕੋਲ ਤੇ ਪੰਛੀਆਂ ਕੋਲ ਹੈ ਬੰਦੇ ਕੋਲ, ਬੰਦਾ ਰੋਂਦਾ ਹੀ ਘਰੋਂ ਨਿਕਲਦਾ ਤੇ ਰੋਂਦਾ ਹੀ ਵਾਪਸ ਆਉਂਦਾ ਹੈ। ਸਤਿਗੁਰੂ ਕਹਿੰਦੇ ਤਾਂ ਹੀ ਮੇਰੇ ਸਤਿਗੁਰੂ ਨੇ ਸ਼ਾਇਦ ਪੰਛੀਆਂ ਤੇ ਪਸ਼ੂਆਂ ਨੂੰ ਵੜਿਆ, ਜਿੱਤੀ ਹਉ ਮਰੇ ਹਰੀ ਤਿੰਨਾ ਪੰਖੀਆਂ ਜੰਗਲ ਜਿੰਨਾ ਵਾਸ, ਕੰਕਰ ਚੁਣਨ ਥਲ ਵਸਣ ਰੱਬ ਨਾ ਛੋੜਨ ਪਾਸ। ਪਿਛਲੀ ਆਪਣਾ ਦੀ ਯਾਦ ਵਿੱਚ ਪਰ ਸਾਰੇ ਵੀ ਪਿਆਰ ਨਾਲ ਆਖੋ ਜੀ ਸਤਨਾਮ ਸਿੰਘ ਵਾਹਿਗੁਰੂ। ਇਹ ਹਾਜ਼ਰੀ ਸੱਚਮੁੱਚ ਹਾਜ਼ਰੀ ਰੱਖ ਸਕੇ, ਇੱਥੇ ਬੈਠਿਆਂ ਵੀ ਕਿਤੇ ਗੈਰ ਹਾਜ਼ਰੀ ਨਾ ਲੱਗ ਪਵੇ। ਸਰਦਾਰ ਤਰਨੋਕ ਸਿੰਘ ਮੇਰੇ ਸਤਿਗੁਰੂ ਕਹਿੰਦੇ ਦੁਨੀਆਦਾਰੀ ਦੇ ਵਿੱਚ ਜੋ ਕਰ ਰਹੇ ਨੇ ਸੁਪਨਾ ਹੀ ਹੁੰਦਾ, ਪਰ ਕਿਤਨਾ ਉਹ ਜਿਹੜਾ ਨੀਂਦ ਦੇ ਵਿੱਚ ਵੇਖਦਾ ਉਹ ਬੰਦ ਅੱਖ ਦਾ ਸੁਪਨਾ, ਸੰਸਾਰਿਕ ਖੁੱਲ੍ਹੀ ਅੱਖ ਦਾ ਸੁਪਨਾ ਹੈ, ਦੋਨੋਂ ਹੀ ਸੁਪਨੇ। ਤੇ ਫਿਰ ਨੌਵੇਂ ਮੰਡੇ ਦੇ ਸਲੋਕਾਂ ਦੇ ਵਿੱਚ ਮੇਰੇ ਸਤਿਗੁਰ ਨੇ ਫੈਸਲਾ ਦੇ ਦਿੱਤਾ, ਜਿਉਂ ਸੁਪਨਾ ਅਰ ਵੇਖਣਾ ਇਹ ਸੰਸਾਰ, ਜੀਵ ਦੇ ਜਾਣ ਤੋਂ ਬਾਅਦ ਉਹ ਕਿਹੜਾ ਕੰਮ ਹੈ ਜਿਸ ਕੰਮ ਲਈ ਆਪਾਂ ਜੁੜ ਬੈਠਦੇ ਹਾਂ, ਖਤਮ ਹੁੰਦੇ ਹਾਂ, ਉਹ ਆਹ ਕੰਮ ਹੈ ਜੋ ਆਪਾਂ ਕਰ ਰਹੇ ਹਾਂ। ਦੇਹੋ ਸੱਜਣ ਆਸੀਸਣੀਆਂ, ਜੋ ਹੋਵੇ ਸੱਚ ਹੋ ਗਈ ਹੈ। ਆਓ ਹੋਰ ਥੋੜ੍ਹੀ ਦੇਰ ਉਧਰਾ ਕੀ
Thank you.
Ah!
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਮ ਠਾਕ ਸ਼ਾਂਤੀ ਵਾਸਤੇ
ਅੰਮ੍ਰਿਤ ਵੇਲੇ ਤਿੰਨਾਂ ਦੇ ਗ੍ਰਹਿ ਵਿਖੇ ਸਹਿਜ ਪਾਠ ਦੇ ਭੋਗ ਪਏ। ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਚੇ ਪਾਤਸ਼ਾਹ ਜੀ ਇਸ ਵਕਤ ਆਪ ਜੀ ਦੀ ਚਲਾਈ ਉਹ ਮਰਜ਼ਾਦਾ ਅਨੁਸਾਰ ਕੀਰਤਨ ਨਿਰਮੋਲ ਹੀਰਾ ਆਨੰਦ ਗੁਣੀ ਹੀਰਾ ਰਵੀ ਬਾਣੀ ਦੇ ਕੀਰਤਨ ਹੋਏ ਕੀਰਤਨ ਕਰਦੇ ਹਾਂ। ਇੱਕ ਨੇ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ, ਸੱਚੇ ਪਾਤਸ਼ਾਹ ਅੱਗੇ ਤੋਂ ਭਾਵਨਾ ਸਹਿਤ ਗੁਰਬਾਣੀ ਪੜ੍ਹਨ ਸੁਣਨ ਦੀ ਬਲ ਬੁੱਧੀ ਸਮਰੱਥਾ ਬਖਸ਼ਿਸ਼ ਕਰਨੀ ਲੱਗੀ ਸਿੱਖਾਂ ਦੇ। ਸੱਚੇ ਪਾਤਸ਼ਾਹ ਜੀ ਉਹ ਇਸ ਬਾਣੀ ਦਾ ਫਲਾ ਦੇਸ ਵਿਛੜੀ ਹੋਈ ਆਤਮਾ ਨੂੰ ਬਖਸ਼ਿਸ਼ ਕਰਨਾ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਸੱਚੇ ਪਾਤਸ਼ਾਹ ਜੀ ਉਹ ਸੇਵਕ ਪਰਿਵਾਰ ਵੱਲੋਂ ਆਪ ਜੀ ਵਾਸਤੇ ਸੁੰਦਰ ਵਾਲਾ ਪਲਕਾਂ ਸਹਿਤ ਭੇਟ ਕੀਤਾ ਗਿਆ, ਬੇਅੰਤ ਮਾਇਆ ਵਸਤਰ ਬਿਸਤਰਾ ਬਰਤਨ ਭੇਟ ਕੀਤੇ ਗਏ ਨੇ। ਸੱਚੇ ਪਾਤਸ਼ਾਹ ਜੀ ਗੁਰਦੁਆਰਾ ਸਾਹਿਬ ਜੀ ਵਾਸਤੇ 2100 ਰੁਪਈਆ ਭੇਟ ਕੀਤਾ ਗਿਆ, ਜਿਹਨਾਂ ਖਜ਼ਾਨੇ ਚੋਂ ਆਇਆ ਖਜ਼ਾਨੇ ਭਰਪੂਰ ਕਰਨੇ। ਸੋਹ ਸਾਧਸੰਗ ਦੇ ਧਿਰ ਕੋਲ ਭੇਟਾ ਹਾਜ਼ਰੀ ਦਰ ਪ੍ਰਵਾਨ ਕਰਦੇ ਹੋਏ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਕਦਮ ਕਦਮ ਲੇਖੇ ਵਿੱਚ ਲਾਲਵਾ। ਸੱਚੇ ਪਾਤਸ਼ਾਹ ਜੀ ਗੁਰੂ ਗ੍ਰੀਨਵਾਲ ਜੀ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਣਾਂ 'ਚ ਨਿਵਾਸ ਬਖਸ਼ਣਾ, ਟੇਢੀਆਂ ਮੇਢੀਆਂ ਜੂਨਾਂ ਤੋਂ ਬਚਾਉਣਾ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਸੱਚੇ ਪਾਤਸ਼ਾਹ ਸਾਡੀ ਹਾਜ਼ਰੀ ਦਾ ਪ੍ਰਵਾਨ ਕਰਨੀ ਹੈ ਜੀ। ਇਸ ਵਕਤ ਪੰਚੋਂ ਕੜਾ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੋਈ ਹੈ। ਅਨੇਕ ਪ੍ਰਕਾਰ ਭੋਜਨਾਂ ਕੀਏ ਬਹੁਜਨ ਵਿਸਟਾਏ, ਹਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਲੱਗਿਆ ਹੋਇਆ ਭੋਗ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਕੋਸ਼ਿਸ਼ ਕਰਨੀ, ਇਲਾਹੀ ਨਾਮੇ ਪੁਸ਼ਪ ਕੇ ਕਰਤਾਰਤ ਕਰੋ। ਸਤਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਆਕਾਰ ਵੀ ਅਨੇਕ ਹੈ।
ਬ੍ਰਹਮਾ ਵਿਸ਼ਨ ਕੇਤੇ ਵੇਦੋ ਪੁਰਾਨ ਕੇਤੇ ਸਿਮਰਤ ਸਮੂਹਨ ਕੈ ਹੋਏ ਹੋਏ ਬੇਤਾਏ ਹੈ ਮੋਹਨ ਦੀ ਮੁਦਾਰ ਕੇਤੇ ਅਸਨੀ ਕੁਮਾਰ ਕੇਤੇ ਅੰਸਾ ਅਵਤਾਰ ਕੇਤੇ ਕਾਲ ਬਸ ਭਰੇ ਹੈ ਕਉ ਕੰਨ ਤਿਆਗਤ ਹੀ ਸੁਨ ਰੇ ਜੜ ਪ੍ਰੇਤ ਬਖਾਨ ਤ੍ਰਿਆ ਭਜ ਜੈ ਹੈ ਪੁੱਤਰ ਕਲੰਤਰ ਸੁਮਿਤਰ ਸਖਾ ਇਹ ਵੇਗ ਨਿਕਾਰੋ ਆਏ ਸੁਦੈ ਭਵਨ ਭੰਡਾਰ ਤਰਾ ਗੜ ਜੇਤਕ ਚਾੜਤ ਪੁਰਾਣ ਵਿਗਾਨ ਕਹਿ ਚੇਤ ਰੇ ਚੇਤ ਅਚੇਤ ਮਾਂ ਪਾਸ ਅੰਤ ਕੀ ਬਾਰ ਅਗੇ ਲੋਈ ਜੈ ਸਭਨਾ ਮਰਣਾ ਆਇਆ ਵੇ ਛੋੜਾ ਸਭਨਾ ਪੁੱਛੋ ਜਾਏ ਸਿਆਣੇ ਆਗੈ ਮਿਲਣ ਕੇਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਲੰਗ ਮਹੱਲਾ ਨਾਵਾ ਜਾਗ ਲਿਓ ਰੇ ਮਨਾ ਜਾਗ ਲਿਓ ਕਾਂਗਾ ਬਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਜਾਗ ਲਿਓ ਰੇ ਮਨਾ ਜਾਗ ਲਿਓ ਕਾਂਗਾ ਬਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਮਾਤ ਪਿਤਾ ਸੁਤ ਬੰਦ ਜਾਨ ਹਿਤ ਜਾ ਸਿਓ ਕੀਨਾ ਜਿਉ ਛੂਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ ਜੀਵਤ ਲਾਉ ਵਿਵਹਾਰ ਹੈ ਜਗ ਕੋ ਤੁਮ ਜਾਨੋ ਨਾਨਕ ਹਰ ਗੁਣ ਗਾਏਗੇ ਸਭ ਸੁਭਨ ਸਮਾਨੋ ਜੀਵਤ ਲਾਉ ਵਿਵਹਾਰ ਹੈ ਜਗ ਕੋ ਤੁਮ ਜਾਨੋ ਨਾਨਕ ਹਰ ਗੁਣ ਗਾਏਗੇ ਸਭ ਸੁਭਨ ਸਮਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਵਿੱਚ ਬੈਠ ਕੇ ਅੰਮ੍ਰਿਤ ਵਾਹਿਗੁਰੂ ਬਾਣੀ ਦੇ ਕੀਰਤਨ ਸ੍ਰਵਣ ਕੀਤੇ ਹਨ, ਅਰਦਾਸ ਸ੍ਰਵਣ ਕੀਤੀ ਹੈ ਅਤੇ ਹੁਕਮਨਾਮਾ ਸਤਿਗੁਰੂ ਨਾਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਜਾਗ ਲਿਓ ਰੇ ਮਨਾ ਜਾਗ ਲਿਓ, ਜਾਗਣਾ ਕਰੀਏ ਮਨ ਕਰਕੇ ਜਿਹਨਾਂ ਦੀ ਯਾਦ ਵਿੱਚ ਆਣ ਕੇ ਆਪਾਂ ਅਰਦਾਸ ਵਿੱਚ ਸ਼ਾਮਲ ਹੋ ਰਹੇ ਹਾਂ। ਦਿਲੋਂ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੋ ਵੀ ਸੰਸਾਰ ਵਿੱਚ ਪ੍ਰਾਣੀ ਆਇਆ ਸਭ ਨੇ ਜਾਣਾ ਹੈ, ਪਰ
ਦਿਲੋਂ ਕੀਤੀ ਹੋਈ ਅਰਦਾਸ ਕਿ ਸੱਚੇ ਪਾਤਸ਼ਾਹ ਟੇੜੀਆਂ ਮੇੜੀਆਂ ਜੋਰਾਂ ਤੋਂ ਬਚਾ ਕੇ ਆਏ ਹਨ ਬੋਲਣ ਵਾਸਤੇ, ਇਹਨਾਂ ਤਾਂ ਇਹ ਬੇਨਤੀ ਹੈ ਕਿ ਥੋੜ੍ਹੇ ਸਮੇਂ ਵਿੱਚ ਹੀ ਉਹਨਾਂ ਦੇ ਜੀਵਨ ਬਾਰੇ ਆਪ ਜੀ ਨੂੰ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਬਈ ਸਰਦਾਰ ਅਲੋਕ ਸਿੰਘ ਜੀ ਸਿਮਰ ਕੁਝ ਦਿਨ ਪਹਿਲਾਂ ਇਹ ਸੰਸਾਰ ਤੋਂ ਆਪਣੀ ਸੰਸਥਾ ਨੂੰ ਖੂਬੀ ਪੂੰਜੀ ਨੂੰ ਵੇਚਦੇ ਹੋਏ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਰਾਜੇ ਹਨ। ਉਹਨਾਂ ਦੀ ਜੀਵਨੀ ਬਾਰੇ ਮੈਂ ਤਾਂ ਉਹਨਾਂ ਦੇ ਹੱਥਾਂ ਦੇ ਵਿੱਚ ਜੰਮਿਆ ਪੜਿਆ ਹਾਂ। ਉਹਨਾਂ ਦੀ ਜਿਹੜੀ ਜੀਵਨੀ ਹੈ ਪਿੰਡ ਨੇਤਰਾਂ ਵਿਖੇ ਸਰਦਾਰ ਪ੍ਰੀਤਮ ਸਿੰਘ ਜੀ ਦੇ ਗ੍ਰਹਿ ਵਿਖੇ ਉਹਨਾਂ ਦਾ ਜਨਮ ਹੋਇਆ ਸੀ। ਚਾਰ ਭਰਾ, ਸਭ ਤੋਂ ਵੱਡੇ ਸਰਦਾਰ ਨਰਿੰਦਰ ਸਿੰਘ ਜੀ IAS ਕੁਛ ਸਾਲ ਪਹਿਲਾਂ ਗੁਰੂ ਚਰਨਾਂ ਦੇ ਜਾ ਰਾਜੇ ਹਨ। ਇਹ ਛੋਟੇ ਸਨ। ਦੋ ਛੋਟੇ ਭਰਾ ਸਰਦਾਰ ਅਮਰਜੀਤ ਸਿੰਘ, ਸਰਦਾਰ ਕਮਲਜੀਤ ਸਿੰਘ, ਉਹ ਸਮਾਜ ਸੇਵਾ ਦੇ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾ ਰਹੇ ਨੇ। ਵੈਸੇ ਤਾਂ ਅਸੀਂ ਤਾਂ ਇਹੋ ਹੀ ਸਮਝਦੇ ਰਹੇ ਹਾਂ ਵੀ ਚਾਚਾ ਜੀ ਹੋਣੀ ਨੌ ਭਰਾ ਨੇ, ਕਿਉਂਕਿ ਪਹਿਲਾਂ ਬਜ਼ੁਰਗ ਵੀ ਜਿਹੜੇ ਸੀ ਉਹ ਸਾਰੀ ਉਮਰ ਜੁਆਇੰਟ ਫੈਮਿਲੀ ਦੇ ਵਿੱਚ ਹੀ ਰਹੇ। ਦੂਸਰੇ ਭਰਾ, ਪੰਜੇ ਭਰਾ ਅਤੇ ਚਾਰੇ ਇਹ ਅਸੀਂ ਤਾਂ ਨੌ ਹੀ ਕਹਿੰਦੇ ਰਹੇ ਹਾਂ ਹੁਣ ਤੱਕ। ਅਤੇ ਆਮ ਜਦੋਂ ਕੋਈ ਬਾਹਰਲਾ ਵੀ ਆਉਂਦਾ ਸੀ ਉਹਨਾਂ ਨੂੰ ਵੀ ਇਹੀ ਹੁੰਦਾ ਸੀ ਵੀ ਇਹਨਾਂ ਦੇ ਨੌ ਲੜਕੇ। ਸੋ ਪੜ੍ਹਿਆ ਲਿਖਿਆ ਪਰਿਵਾਰ ਸਰਦਾਰ ਨਰਿੰਦਰ ਸਿੰਘ IAS ਚੀਫ ਸੈਕਟਰੀ ਗੁਜਰਾਤ ਤੋਂ ਸੇਵਾ ਕੀਤੀ। ਉਹਨਾਂ ਨੇ ਵੱਖ ਵੱਖ ਮਹਿਕਮਿਆਂ ਦੇ ਡਾਇਰੈਕਟਰ ਰਹੇ, ਅੰਬੈਸਡਰ ਫੋਰ ਰਹੇ। ਇਸੇ ਤਰ੍ਹਾਂ ਇਹਨਾਂ ਨੇ ਵੀ ਵੈਲਫੇਅਰ ਅਫਸਰ ਦੇ ਤੌਰ 'ਤੇ ਸੇਵਾ ਨਿਭਾਈ, ਸਮਾਜ ਦੇ ਵਿੱਚ ਖੂਬ ਨਾਮਣਾ ਕੱਢਿਆ। ਇਹਨਾਂ ਦੇ ਚਾਰ ਸਪੁੱਤਰ, ਵੱਡਾ ਸਪੁੱਤਰ ਸਰਦਾਰ ਹਰਮਿੰਦਰ ਸਿੰਘ, ਕਰਮ
ਰਾਜਿੰਦਰ ਸਿੰਘ, ਗੁਰਮਿੰਦਰ ਸਿੰਘ ਤੇ ਸੁਰਵਿੰਦਰ ਸਿੰਘ, ਛੋਟੀ ਬੇਟੀ ਇੰਦੂ ਸਿੰਘ ਜਿਹੜੀ ਅੱਜ ਕੱਲ੍ਹ ਸੰਗਰੂਰ ਵਿਖੇ ਸਿੱਖਿਆ ਵਿਭਾਗ ਦੇ ਵਿੱਚ ਡੀਓ ਸੈਕੰਡਰੀ ਤੋਂ ਸੇਵਾ ਲਵਾਈ ਅਤੇ ਅੱਜ ਕੱਲ੍ਹ ਉਹ ਪ੍ਰਿੰਸੀਪਲ ਦੀ ਸੇਵਾ ਲਵਾ ਰਹੇ ਨੇ। ਚਾਰੇ ਬੱਚੇ ਆਪੋ ਆਪਣੇ ਘਰੇ ਬਹੁਤ ਵਧੀਆ ਜੀਵਨ ਬਤੀਤ ਕਰ ਰਹੇ ਨੇ। ਬੇਟੀ ਦੇ ਦਾਦ ਵੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਹੀ ਸੇਵਾ ਕਰ ਰਹੇ ਨੇ। ਸਰਦਾਰ ਮਨੋਜ ਸਿੰਘ ਨੇ ਸਾਰੀ ਉਮਰ ਮਨੁੱਖਤਾ ਦੇ ਭਲੇ ਦੇ ਲਈ ਬਹੁਤ ਕੰਮ ਕੀਤਾ। ਇਹਨਾਂ ਕੋਲ ਜਿਹੜਾ ਡਿਪਾਰਟਮੈਂਟ ਸੀ ਉਹ ਡਿਪਾਰਟਮੈਂਟ ਹੀ ਵੈਲ ਗਿਆ ਦਾ ਸੀ, ਜਿਹੜਾ ਲੋਕ ਭਲਾਈ ਦਾ ਕੰਮ ਕਰਨਾ। ਲੋਕ ਭਲਾਈ ਦੇ ਕੰਮਾਂ ਦੇ ਵਿੱਚ ਹਮੇਸ਼ਾ ਹੀ ਤਤਪਰ ਰਹਿੰਦੇ ਸਨ। ਨਾਲ ਦੀ ਨਾਲ ਗੁਰੂ ਘਰ ਦੇ ਵੀ ਬੜੇ ਸ਼ਰਧਾਲੂ ਸਨ। ਰਿਟਾਇਰਮੈਂਟ ਤੋਂ ਉਪਰੰਤ ਬਹੁਤ ਵਧੀਆ ਜੀਵਨ ਸੀ। ਮੈਂ ਕਾਹਲੇ ਕਰਕੇ ਜਦੋਂ ਵੀ ਇੱਥੇ ਘਰੇ ਇਹਨਾਂ ਦੇ ਦਰਸ਼ਨ ਕਰਨ ਆਵਾਂ ਤਾਂ ਇਹਨਾਂ ਨੇ ਮੈਨੂੰ ਟੈਲੀਫੋਨ 'ਤੇ ਦੱਸ ਦੇਣਾ ਵੀ ਅਸੀਂ ਗੁਰਦੁਆਰਾ ਸਾਹਿਬ ਆ ਗਏ, ਕਿਉਂਕਿ ਨਹਿਰ ਤੋਂ ਬਾਅਦ ਮਾਡਲ ਟਾਊਨ ਸਟੇਸ਼ਨ ਦੇ ਵਿੱਚ ਮਿਨਿਸਟਰ ਉਹਨਾਂ ਵੱਲੋਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਵਾ। ਸਰਦਾਰ ਦਰਬਾਰਾ ਸਿੰਘ DETC ਸਾਹਿਬ ਪਟਿਆਲਾ ਤੋਂ ਉਹਨਾਂ ਨੇ ਵੀ ਸੋਗ ਸਮਾਗਮ ਦੇ ਵਿੱਚ ਆਪਣਾ ਸੋਗ ਮਤਾ ਭੇਜਿਆ, ਹਾਜ਼ਰੀ ਲਵਾਈ ਹੈ। ਜਗਤਾਰ ਸਿੰਘ ਰਿਟਾਇਰਡ ਪ੍ਰਿੰਸੀਪਲ ਕਮਿਸ਼ਨਰ ਇਨਕਮ ਟੈਕਸ, ਇਸੇ ਤਰ੍ਹਾਂ ਪ੍ਰਿੰਸੀਪਲ ਤੇ ਸਮੂਹ ਸਟਾਫ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਬ ਸਾਹਿਬ ਜਿੰਦਰ, ਜਿੱਥੋਂ ਕਿ ਸਰਦਾਰ ਨਰਿੰਦਰ ਸਿੰਘ IAS ਦੀ ਯਾਦ ਦੇ ਵਿੱਚ ਪਰਿਵਾਰ ਵੱਲੋਂ ਇੱਕ ਵੈਲਫੇਅਰ ਟਰੱਸਟ ਬਣਾਇਆ ਗਿਆ। ਹਰ ਸਾਲ ਉਸ ਟਰੱਸਟ ਦੀ ਜਿਹੜੀ ਵੀ ਉਹ ਦੋਜਾਤਾ ਜੀ ਦੇ ਨਿਮਿਤ ਰਕਮ ਜਮ੍ਹਾਂ ਕਰਾਈ ਗਈ ਸੀ, ਉਹਦਾ ਜੋ ਵੀ ਵਿਆਜ ਆਉਂਦਾ ਹੈ ਉਸ ਵਿਆਜ ਦੇ ਵਿੱਚੋਂ ਪਰਿਵਾਰ ਆਪਣੇ ਕੋਲੋਂ ਹੋਰ ਵੀ ਮਾਇਕ ਸਹਾਇਤਾ ਕਰਕੇ ਹੋਣਹਾਰ ਤੇ ਹੁਸ਼ਿਆਰ ਬੱਚਿਆਂ ਨੂੰ ਵਜ਼ੀਫੇ, ਮੁਫ਼ਤ ਕਿਤਾਬਾਂ ਤੇ ਵਰਦੀਆਂ ਹਰ ਸਾਲ ਸਮਾਗਮ ਕਰਕੇ ਉੱਥੇ ਦਿੱਤੇ ਜਾਂਦੇ ਨੇ। ਇਹ ਵੀ ਇੱਕ ਵਧੀਆ ਮਿਸਾਲ ਹੈ ਇਹਨਾਂ ਨੇ ਕਾਇਮ ਕੀਤੀ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਬੇਨਤੀ ਕਰੂੰਗਾ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਦੋ ਸ਼ਬਦ ਕਹਿਣ ਦੇ ਲਈ ਸਾਡੇ ਕੋਲ ਬਹੁਤੇ ਬੁਲਾਰਿਆਂ ਦੇ ਵਿੱਚੋਂ ਮੈਂ ਬੇਨਤੀ ਕਰੂੰਗਾ ਹਰਜਿੰਦਰ ਸਿੰਘ ਤਾਜਪੁਰ ਉਹ ਆ ਕੇ ਦੋ ਸ਼ਬਦ ਕਹਿਣ, ਕਿਉਂਕਿ ਉਹਨਾਂ ਦੀ ਜਿਹੜੀ ਇੰਪਰੂਵਮੈਂਟ ਟਰੱਸਟ ਜਿਹੜਾ ਇਹਨਾਂ ਦਾ ਟਰੱਸਟ ਚੱਲ ਰਿਹਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਸ ਦਾ ਨਿਰੰਤਰ ਵਿਖੇ ਹਰਜਿੰਦਰ ਸਿੰਘ ਜੀ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜ਼ਿੰਦਗੀ ਕੋਲ ਪਹਾੜਾਂ
ਮੇਰੇ ਬਹੁਤ ਹੀ ਸਤਿਕਾਰਯੋਗ ਬਾਪੂ ਜੀ ਸਰਦਾਰ ਮੋਹਨ ਸਿੰਘ ਚੇਤਰ, ਉਹਨਾਂ ਨੇ ਅੰਤਮ ਕਸਮਾਂ ਦੇ ਹਿੰਦੁਸਤਾਨ ਸੰਗਤ ਗੁਰੂ ਫਤਿਹ ਪ੍ਰਵਾਨ ਕਰੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਜਿੱਥੋਂ ਤੱਕ ਇਹਨਾਂ ਦੇ ਪਰਿਵਾਰ ਦਾ ਸੰਬੰਧ ਹੈ, ਰਣਜੀਤ ਸਿੰਘ ਜੀ ਸੈਕਟਰੀ ਸਾਹਿਬ ਨੇ ਪ੍ਰਾਪਤ ਕੇ ਦੱਸਿਆ ਵਾ, ਇਸ ਪਰਿਵਾਰ ਦੇ ਨਾਲ ਕਿਉਂਕਿ ਮੇਰਾ ਸਕੂਲ ਸੀਨੀਅਰ ਸੈਕੰਡਰੀ ਸਕੂਲ ਜੀ ਸਰਜਿੰਦਰ, ਇਹਨਾਂ ਦਾ ਦੱਜੀ ਪਿੰਡ ਦਾ ਲਗਭਗ 10 ਸਾਲ ਹੋ ਗਏ ਸੇਵਾ ਕਰਦਿਆਂ ਨੂੰ। ਹੋਰ ਜਿਹੜੀ ਗੱਲ ਇੱਕ ਵੱਡੀ ਪਰਿਵਾਰ ਦੇ ਨਾਲ ਨੇੜਤਾ ਹੋਣ ਦੀ, ਉਹ ਸਾਡੇ ਆਪਣੇ ਫਤਿਹ ਸਾਹਿਬ ਅਤੇ ਸਰਦਾਰ ਮੋਹਨ ਸਿੰਘ ਜੀ ਇਕੱਠੇ ਪੜ੍ਹੇ ਤ੍ਰਿਕਾ ਸਕੂਲ ਦੇ ਵਿੱਚ, ਸੋ ਪਿਤਾ ਜੀ ਦੱਸਦੇ ਆ ਕਿ ਕਿਸ ਤਰ੍ਹਾਂ ਦੇ ਮਤਲਬ ਪਹਿਲਾਂ ਤੋਂ ਹੀ ਇਨਸਾਨ ਸਨ ਇਹ, ਜਿੱਥੇ ਗੁਣਾਂ ਦੀ ਗੁਸਤਰੀ ਸਨ, ਵਿੱਦਿਆ ਆਪ ਹਾਸਲ ਕੀਤੀ ਪਰ ਪਾਦੀਆਂ ਦੇ ਰਹੇ, ਉੱਥੇ ਆਪਣੇ ਬੱਚਿਆਂ ਨੂੰ ਵੀ ਪੜ੍ਹਾਇਆ, ਉਹਨਾਂ ਨੂੰ ਵਧੀਆ ਨੌਕਰੀਆਂ ਲਵਾਇਆ, ਉਹਨਾਂ ਦੇ ਬੇਟੇ ਪ੍ਰਿੰਸ ਹਲੇ ਮੇਰੇ ਸਾਹ ਕਿਸਾਨ ਨੇ, ਦੂਸਰੇ ਬ੍ਰਦਰ ਮੇਰੀ ਭੈਣ ਗੁਰੂ ਸਿੰਘ। ਕਹਿਣ ਦਾ ਭਾਵ ਕੀ ਹੈ, ਕਿਉਂਕਿ ਵਿੱਦਿਆ ਵਿਚਾਰੀ ਜੋ ਕਹਿੰਦੇ ਆਪਾਂ ਪਰ ਪੁਕਾਰੀ, ਵਿੱਦਿਆ ਵਿੱਚੋਂ ਫਿਰ ਪਰ ਪੁਕਾਰ ਕਰਦਾ ਹੈ ਆਪਣਾ ਨਿਕਲਦਾ ਹੈ। ਸੋ ਇਹ ਗੌਣ ਇਸ ਪਰਿਵਾਰ ਵਿੱਚ ਫੁੱਟ ਫੁੱਟ ਕੇ ਪਾਇਆ ਹੋਇਆ, ਕਿਉਂਕਿ ਪਿਛਲੇ 25 ਸਾਲਾਂ ਤੋਂ ਇਹਨਾਂ ਦੇ ਵੱਡੇ ਪਾਤਾ ਸਰਦਾਰ ਨਰਿੰਦਰ ਸਿੰਘ ਜੀ, ਉਹਨਾਂ ਦੇ ਨਾਂ ਦੇ ਉੱਪਰ ਟਰੱਸਟ ਚੱਲ ਰਿਹਾ ਸਕੂਲ ਦੇ ਵਿੱਚ, ਸਰਦਾਰ ਨਰਿੰਦਰ ਸਿੰਘ IAS ਲਾਲ ਮੋਰੀ ਟਰੱਸਟ ਕ੍ਰੀ ਸਰਵਿੰਦਰ, ਜਿਹਦੇ ਜ਼ਰੀਏ ਸਾਡੇ ਸਰਕਾਰ ਲੋਕ ਆਪਣੀ ਲੋਕ ਸਿੰਘ ਉਹਨਾਂ ਦਾ ਸਾਰਾ ਪਰਿਵਾਰ ਜਿੱਥੇ ਵਜ਼ੀਫੇ ਬੱਚਣ ਨੂੰ ਕਿਤਾਬਾਂ ਦਿੰਦਾ, ਉੱਥੇ ਸਕੂਲ ਵੀ ਹਰ ਪੱਖੋਂ ਮਦਦ ਕਰਦਾ ਹੈ। ਇਸੇ ਸਾਲ ਦਸੰਬਰ ਦੇ 7 ਦਸੰਬਰ ਜਦੋਂ ਇਹ ਫੰਕਸ਼ਨ ਹੋਇਆ ਤਾਂ ਬੜੇ ਵਧੀਆ ਪੱਧਰ 'ਤੇ ਫੰਕਸ਼ਨ ਵਗੈਰਾ ਮਨਾਇਆ ਗਿਆ, ਕਿਉਂਕਿ ਸਿਲਵਰ ਜੁਬਲੀ ਸੀ, 25 ਸਾਲ ਹੋ ਚੁੱਕੇ ਸੀ ਟਰੱਸਟ ਨੂੰ ਇੱਥੇ ਇਨਾਮਨ ਸਮਾਰੋਹ ਕਰਵਾਉਂਦਿਆਂ। ਸਾਡੇ ਮਾਨਯੋਗ ਡੀਸੀ ਸਾਹਿਬ ਸ੍ਰੀ ਪ੍ਰਦੀਪ ਅਗਰਵਾਲ ਜੀ, SDM ਰਾਏਕੋਟ ਸ੍ਰੀ ਹਿਮਾਂਸ਼ੂ ਅਗਰਵਾਲ ਜੀ ਸਾਰੇ ਪਹੁੰਚੇ। ਤਾਂ ਕਹਿਣ ਦਾ ਮਤਲਬ ਕੀ ਹੈ, ਖੁੱਲ੍ਹ ਕੇ ਦਾਨ ਕਰਨ ਵਾਲਾ ਇਹ ਪਰਿਵਾਰ ਹੈ, ਪਰ ਕਹਿੰਦੇ ਮੌਤ ਨਿਸ਼ਚਿਤ ਹੈ, ਨਿਸ਼ਚਿਤ ਵੀ ਹੈ ਅਤੇ ਅਨਿਸ਼ਚਿਤ ਵੀ ਹੈ, ਆਉਣੀ ਹਰੇਕ ਨੂੰ ਆ, ਪਰ ਕਦੋਂ ਆਉਣੀ ਆ ਕੋਈ ਪਤਾ ਨਹੀਂ। 7 ਦਸੰਬਰ ਨੂੰ ਜਦੋਂ ਟਰੱਸਟ ਦਾ ਫੰਕਸ਼ਨ ਹੋਇਆ, ਕਾਫੀ ਭਾਵੇਂ ਹਾਲਤ ਬਹੁਤ ਹੀ ਵਧੀਆ ਨਹੀਂ ਸੀ ਸਾਡੇ ਬਾਪੂਆਂ ਦੀ, ਪਰ ਫਿਰ ਵੀ ਇਸ ਤਰ੍ਹਾਂ ਹੀ ਲੱਗਦਾ ਸੀ ਕਿ ਅੱਗੇ ਜਲਦੀ ਸੰਸਾਰ ਨੂੰ ਮਾਰਦਾ ਕਰਾਂਗੇ। ਬੜਾ ਦੁੱਖ ਹੋਇਆ ਜਦੋਂ ਖਬਰ ਜਿਹੜੀ ਉਹ ਮਿਲੀ। ਸੋ ਮੇਰਾ ਕਹਿਣ ਦਾ ਭਾਵ ਇਹ ਹੈ, ਜੋ ਇੱਕ ਇਨਸਾਨ ਨੂੰ ਇਸ ਦੁਨੀਆਂ 'ਤੇ ਆ ਕੇ ਕਰਨਾ ਚਾਹੀਦਾ, ਬੱਚੇ ਆਪ ਵਾਲੇ ਬੱਚਿਆਂ ਨੂੰ ਪੜ੍ਹਾਇਆ ਔਰ ਅਰਥਕਾਰੀ ਦੇ ਕੰਮ ਕੀਤੇ, ਇਹ ਜ਼ਰੂਰ ਲਿਖੇ ਲੱਗਦੇ ਨੇ। ਮੈਂ ਸਾਡਾ ਗੌਰਵ ਜਨ ਸਵਾਲ ਕਰਕੇ ਚੱਲੀਏ, ਸੱਚੀ ਸਰਕਾਰ ਜਾਏ ਸੱਚਾ ਪੜ ਮਿਲੀ ਆ, ਜ਼ਰੂਰ ਮੇਰੇ ਬਾਪੂ ਜੀ ਨੂੰ ਸਵਾਗਤ ਜਿਹੜੀ ਜਗ੍ਹਾ ਮਿਲੇਗੀ, ਅਰਥਕਾਰੀ ਇਹ ਪਰਿਵਾਰ ਹੈ ਅਤੇ ਜਿਵੇਂ ਪਹਿਲਾਂ ਸੇਵਾ ਕਰਦਾ ਰਿਹਾ ਵਾ, ਤਾਂ ਸਮਝਦਾ ਹੁਣ ਵੀ ਇਸ ਸਕੂਲ ਇਸ ਲਈ ਜਿਹੜੀ ਸੇਵਾ ਕਰਦੇ ਰਹਿਣਗੇ ਅਤੇ ਹਮੇਸ਼ਾ ਕਰਦੇ ਪਏ ਰਹਿਣਗੇ। ਸੋ ਖੀਰ ਦੇ ਉੱਪਰ ਸਕੂਲ ਪ੍ਰਿੰਸੀਪਲ ਸਰਦਾਰ ਸਾਹਿਬ ਸਿੰਘ ਵੱਲੋਂ, ਸਕੂਲ ਸਟਾਫ ਵੱਲੋਂ, ਬੱਚਿਆਂ ਵੱਲੋਂ ਅਤੇ ਮੇਰੇ ਆਪਣੇ ਜਿੱਥੇ ਅਗਲੇ ਅਧਿਆਪਕ ਦਾ ਪੰਜਾਬ ਜਾਂ ਲੁਧਿਆਣਾ ਵੱਲੋਂ ਸਾਡੀ ਬਹੁਤ ਹੀ ਸਨਮਾਨ ਸ਼ਖਸੀਅਤ ਸਰਦਾਰ ਮੋਹਨ ਸਿੰਘ ਜੀ ਚੇਤਰ,
ਉਹਨਾਂ ਨੂੰ ਉਹਨਾਂ ਬੇਨਤੀ ਕਰਦਾ ਉਹਨਾਂ ਦੇ ਪਰਮਾਤਮਾ ਅਤੇ ਜੁਗਾਂ ਸਹੀ ਅੱਗੇ ਕਿ ਉਹਨਾਂ ਨੂੰ ਆਪਣੇ ਚਰਨਾਂ 'ਤੇ ਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਪਾਉਣਾ ਉਹਨਾਂ ਦਾ ਵਾਸ ਬਖਸ਼ਣ, ਇਹਦੀਆਂ ਬੇਨਤੀਆਂ ਕਰਦਾ ਹੋਇਆ ਆਪਣੀ ਜਗ੍ਹਾ ਦੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੋਦ ਵਿੱਚ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਾਹਿਬ ਸਾਹਿਬ ਅਤੇ ਬੁਲਾਓ ਗੁਰੂ ਸਾਹਿਬਾਨ ਜੀ ਨੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਬਾਪੂ ਮੋਖ ਸਿੰਘ ਜੀ ਉਹਨਾਂ ਦੀ ਅੰਤਮ ਅਰਦਾਸ ਪੰਡਿਤ ਕਰਵਾਏ ਮਾਫ਼ੀ ਚਾਹੁੰਦਾ ਕਿ ਮੈਂ ਇੱਕ ਸਮਾਗਮ ਉਹ ਸੀ ਉਹ ਵੀ ਸਾਡੇ ਬੜੇ ਸਤਿਕਾਰਯੋਗ ਜਿਸਮਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਦੇ ਚਰਨਾਂ ਜਾਪ ਰਹੇ ਨੇ। ਜੇ ਮੈਂ ਆਪਣੀ ਗੱਲ ਕਰਾਂ ਕਿ ਮਿਲਣਾ ਬੜਾ ਸਨੇਹ ਅਤੇ ਪਿਆਰ ਜਿੱਥੇ ਮਿਲਣਾ ਹਰ ਸਮਾਗਮ ਹਰ ਜਗ੍ਹਾ 'ਤੇ ਪਿੱਠ ਥਾਪ ਰਹੇ ਸਾਰਾ ਪ੍ਰਕਾਸ਼ ਨਗਰ ਹੀ ਮਤਲਬ ਕਿ ਬੜਾ ਗੁਪਤ 'ਚ ਲੈ ਕੇ ਮੋਹ ਦੇਣਾ ਬੜਾ ਪਿਆਰ ਦੇਣਾ ਕਦੇ ਕੋਈ ਤਲਖੀ ਨਹੀਂ ਕਦੇ ਕੋਈ ਗਰਮੀ ਨਹੀਂ ਕਦੇ ਉੱਚਾ ਬੋਲ ਨਹੀਂ ਬੋਲਿਆ ਹਮੇਸ਼ਾ ਹੀ ਕੰਡ ਆਉਣਾ ਅਤੇ ਜੇ ਕੋਈ ਕਮੀ ਪੇਸ਼ੀ ਆਉਣੀ ਤਾਂ ਕੰਨ ਦੇ ਵਿੱਚ ਹੌਲੀ ਪੈਣੇ। ਮੈਂ ਉਹਨਾਂ ਕਹਿਣਾ ਬਾਪੂ ਜੀ ਤੁਸੀਂ ਮੀਟਿੰਗ ਵਿੱਚ ਜਾਂ ਸਾਰਿਆਂ ਵਿੱਚ ਗੱਲ ਨਹੀਂ ਕੀਤੀ ਉਹਨਾਂ ਕੋਲ ਤਾਪਦੇ ਉਹਨਾਂ ਇਕੱਲੇ ਨੂੰ ਸਮਝਾਈਦਾ ਹੁੰਦਾ ਜਾਂ ਅੰਦਰ ਵੜ ਕੇ ਸਿਰਫ ਸਾਰਿਆਂ 'ਚ ਜਿਹੜੀ ਸ਼ੋਭਾ ਸਾਰਿਆਂ 'ਚ ਰਹੇਗੀ ਹੈ ਜਿਹੜੀ ਉਮਤ ਆਈ ਹੈ ਉਹ ਉੱਪਰ ਲੈ ਕੇ ਦੱਸੀ ਵੀ ਹੈ ਭੰਡੀ ਦਾ ਨਹੀਂ ਹੁੰਦਾ ਇਹਨਾਂ ਦੇ ਸੱਥ 'ਚ ਬਹਿ ਕੇ ਬੱਚੇ ਨੂੰ ਘੋਲਦੀਏ ਨਾ ਬੜੀ ਮੈਨੂੰ ਕੀਮਤੀ ਗੱਲਾਂ ਜ਼ਿੰਦਗੀ ਸਿੱਖਣ ਨੂੰ ਮਿਲੀਆਂ। ਇੱਕ ਵਾਰੀ ਮੈਂ ਕਹਿ ਬੁਲਾਉਣਾ ਐਂ ਕਰਦਾ ਐਂ ਕਰਦਾ ਐਂ ਕਰਦਾ ਕਹਿੰਦਾ ਪੁੱਤ ਤੂੰ ਧਿਆਨ ਨਾ ਦਿਆ ਕਰ ਆਪਣੀ ਜ਼ਿੰਦਗੀ ਲੰਮੀ ਕਰ ਉਹਦੀ ਆਪੇ ਛੋਟੀ ਹੋ ਜਾਣੀ ਕਹਿੰਦਾ ਉਹਦੀ ਕੱਟਣ ਨੂੰ ਤੁਰ ਪਿਆ ਤਾਂ ਤੇਰਾ ਜ਼ੋਰ ਵੀ ਵੱਧ ਲੱਗਣਾ ਅਤੇ ਕੱਟੀ ਫੇਰ ਨਹੀਂ ਜਾਣੀ ਮਿੱਠੀ ਫੇਰ ਨਹੀਂ ਕਿਸੇ ਜ਼ਿੰਦਗੀ ਮਟਾਇਆ ਖਿੱਚੀ ਹੋਈ ਮਟਾਈ ਨਹੀਂ ਜਾਂਦੀ ਆਪਦੀ ਲੰਮੀ ਕਰਦੇ ਜ਼ਿੰਦਗੀ ਖਿੱਚ ਕੇ ਉਹਦੀ ਆਪੇ ਛੋਟੀ ਹੋ ਜਾਣੀ। ਬੜਾ ਮੈਂ ਸਮਝਦਾ ਕਿ ਵੀਰ ਬੇਟਾ ਸਾਡਾ ਭੈਣ ਸਾਡੀ ਸਾਰਾ ਪਰਿਵਾਰ ਬੜੀ ਮੈਂ ਸਮਝਦਾ ਕਿ ਫੁਲਵਾੜੀ ਜਿਹੜੀ ਅੱਜ ਦਾ ਇਕੱਠ ਲੱਗਦਾ ਪੂਰਾ ਹਾਲ ਭਰਿਆ ਦੂਰੋਂ ਨੇੜੇ ਸਾਰੇ ਸਾਕ ਸੰਬੰਧੀ ਆਏ ਬੋਲਣ ਨੂੰ ਤਾਂ ਬਹੁਤ ਕੁਛ ਮਨ ਕਰਦਾ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਬਟ ਬਾਪੂ ਜੀ ਨੇ ਆਪਣੀ ਫੁਲਵਾੜੀ ਜਿਹੜਾ ਕਹਿੰਦੇ ਨਾ ਬਾਗ ਦੇ ਮਾਲੀ ਦਾ ਬਾਗ ਦੀ ਫੁਲਵਾੜੀ ਤੋਂ ਪਤਾ ਲੱਗਦਾ ਉਹਨਾਂ ਨੇ ਆਪਣੀ ਫੁਲਵਾੜੀ ਬੜੀ ਮਿਹਨਤ ਦੇ ਨਾਲ ਸਿੰਦੀ ਹੈ ਸਾਰਾ ਪਰਿਵਾਰ ਭਾਵੇਂ ਕਿ ਆਪਣੀ ਉਮਰ ਭੋਗ ਕੇ ਗਏ ਹਨ ਪਰ ਉਹਦੀਆਂ ਤੰਦਾਂ ਜਿਹੜੀਆਂ ਉਹ ਭੁੱਲਦੀਆਂ ਉਹ ਮੁੱਕਦੀਆਂ ਨਹੀਂ। ਅਸੀਂ ਹੋਰ ਕਹਿ ਦਿੰਦੇ ਹਾਂ ਵੀ ਬਹੁਤ ਸਮਾਂ ਰਹਿ ਜਾਂਦਾ ਜੀ ਬਹੁਤ ਸਮਾਂ ਬੀਤ ਜਾਂਦਾ ਹੋਰ ਸਾਡੇ ਨਾਲ ਪਰ ਜੋ ਉਸ ਅਕਾਲ ਪੁਰਖ ਦਾ ਹੁਕਮ ਹੈ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਸੋ ਗੁਰੂ ਮਹਾਰਾਜ ਮਿਹਰ ਕਰਨ ਉਸ ਪਵਿੱਤਰ ਗੁਰੂ ਨੂੰ ਰੰਗਲੇ ਸੱਜਣ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਜਿੱਥੇ ਪਾਣਾ ਮੰਨਣ ਦਾ ਬਲ ਬਖਸ਼ਣ ਉੱਥੇ ਉਹਨਾਂ ਨੇ ਪਾਏ ਪੁੰਨਿਆਂ 'ਤੇ ਅਤੇ ਜੋ ਉਹਨਾਂ ਨੇ ਫੁਲਵਾੜੀ ਸਿੰਜੀ ਹੈ ਇਸੇ ਤਰ੍ਹਾਂ ਹੀ ਹੋਈ ਰਹੇ ਅਤੇ ਉਹਨਾਂ ਦੇ ਪਾਏ ਪੁੰਨਿਆਂ 'ਤੇ ਚੱਲਣ ਦੀ ਸਮਰੱਥ ਖੁਸ਼ੀ ਬਖਸ਼ਣ ਸਾਡੇ ਸਿਰ 'ਤੇ ਹਮੇਸ਼ਾ ਉਹਨਾਂ ਦਾ ਅਸ਼ੀਰਵਾਦ ਰਹੇ ਪਿਆਰ ਰਹੇ। ਸੋ ਬੜੀ ਨਿੱਘੀ ਯਾਦ ਹੈ ਚਲੇ ਜਾਣਾ ਸਾਰਿਆਂ ਨੇ ਇਹਨਾਂ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਕੇ ਆਪਣੇ ਆਪਣੇ ਘਰਾਂ ਨੂੰ ਪਰ
ਜਿਸ ਵਿਹੜੇ ਦਾ ਬੋੜ ਸੀ ਉਹ ਵਿਹੜਾ ਸੁੱਕਣਾ ਹੋ ਗਿਆ। ਸੋ ਮੈਂ ਆਪਣੀ ਦਿਲ ਦੀਆਂ ਗਹਿਰਾਈਆਂ ਵਿੱਚੋਂ ਉਸ ਰੰਗਲੇ ਸੱਜਣ ਨੂੰ ਪਵਿੱਤਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ, ਸਤਿਕਾਰ ਭੇਟ ਕਰਦਾ, ਮੁੰਚੇ ਇਲਾਕੇ ਵੱਲੋਂ ਮੁੰਚੇ ਆਈ ਸੰਗਤ ਦਾ ਧੰਨਵਾਦ ਵੀ ਕਰਦਾ ਅਤੇ ਉਹਦੀਆਂ ਫੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਧੀਆ ਉਹਨਾਂ ਨੇ ਗਾਈਡ ਕਰਨਾ, ਸਾਰੇ ਭਰਾ ਭਰਾ ਪੜ੍ਹੇ ਲਿਖੇ ਸੀ। ਸਭ ਤੋਂ ਛੋਟੇ ਭਰਾ ਕਮਲਜੀਤ ਸਿੰਘ, ਉਸ ਤੋਂ ਵੱਡੇ ਅਮਰਜੀਤ ਸਿੰਘ ਦਿੱਲੀ ਤੋਂ ਸਰਕਾਰੀ ਸੇਵਾ ਦੇ ਵਿੱਚ ਰਿਟਾਇਰ ਹੋਏ ਨੇ, ਦਿੱਲੀ ਆਪਣਾ ਵਧੀਆ ਜੀਵਨ ਬਸਰ ਕਰ ਰਹੇ ਨੇ। ਕਮਲਜੀਤ ਸਿੰਘ ਦੀ ਵੱਡੇ ਚਾਚਾ ਜੀ ਨਰਿੰਦਰ ਸਿੰਘ ਜੀ ਹੋਰਾਂ ਨੇ ਗਾਈਡਲਾਈਨ ਸਦਕਾ ਉੱਥੇ ਟਰਾਂਸਪੋਰਟ ਖੋਲ੍ਹ ਕੇ ਦਿੱਤੀ ਹੈ, ਇਹਨਾਂ ਦਾ ਵਧੀਆ ਉੱਥੇ ਗੱਡੀਆਂ ਦਾ ਕੰਮ ਚੱਲ ਰਿਹਾ। ਛੋਟੀ ਬੇਟੀ ਨੀਤੂ ਸਿੰਘ ਇੱਥੇ ਬਤੌਰ ਹੈੱਡਮਾਸਟਰ ਭਰਤੀ ਹੋਏ, ਅੱਜ ਉਹ ਗਵਰਨਮੈਂਟ ਜੋਬ ਦੇ ਵਿੱਚ ਪ੍ਰਿੰਸੀਪਲ ਨੇ। ਸੋ ਪੜ੍ਹਿਆ ਲਿਖਿਆ ਪਰਿਵਾਰ ਜਿੱਥੇ ਆਪਦੇ ਪਰਿਵਾਰ ਨੂੰ ਵਧੀਆ ਸੇਧ ਦਿੰਦਾ, ਉੱਥੇ ਸਮਾਜ ਨੂੰ ਵੀ ਵਧੀਆ ਸੇਧ ਦਿੰਦਾ ਹੈ। ਹੁਣ ਮੈਂ ਬੇਨਤੀ ਕਰੂੰਗਾ ਗੱਜਣ ਸਿੰਘ ਜੀ ਨੂੰ, ਜੋ ਕਿ ਸਾਡੇ ਗੁਆਂਢੀ ਨੇ ਪਿੰਡ ਇੱਤਰਾਂ ਤੋਂ, ਉਹ ਵੀ ਆਪਣੇ ਮਾਮਲੇ ਲੈ ਕੇ ਆਏ। ਇਕੱਠੇ ਹੋਏ ਸਾਧ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ। ਅੰਕ ਜੀ ਬਾਰੇ ਗੱਲ ਇਹ ਸਮਝ ਆਉਂਦੀ ਕਿ ਕਿੱਥੋਂ ਸ਼ੁਰੂ ਕਰੀਏ ਅਤੇ ਕਿੱਥੇ ਕੰਮ ਕਰੀਏ। ਅਸੀਂ ਉਹਨਾਂ ਦੇ ਜਿਸ ਤਰ੍ਹਾਂ ਸਰਦਾਰ ਗੁਰਬੀਰ ਸਿੰਘ ਨੇ ਦੱਸਿਆ, ਉਹਨਾਂ ਦੇ ਹੱਥਾਂ 'ਚ ਤੁਰਮੇ ਪੜੇ, ਉਹਨਾਂ ਨੇ ਸਾਨੂੰ ਜੋ ਗਾਈਡ ਕੀਤਾ ਇਹਦੀ ਉਸਦੀ ਦੌਰ ਦੀ ਜਾਂਚ ਅਸੀਂ ਦੱਸਦੇ ਇੱਥੋਂ ਮੈਟਰ ਕਰਕੇ ਸਰਦਾਰ ਤੋਂ ਪੜ੍ਹ ਕੇ ਐਜੂਕੇਸ਼ਨ ਡਿਪਾਰਟਮੈਂਟ 'ਚ ਬਤੌਰ ਪ੍ਰਿੰਸੀਪਲ ਰਿਟਾਇਰ ਹੋਣ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਐਜੂਕੇਟ ਲਾਈਨ ਸ਼ੁਰੂ ਕੀਤੀ। ਇਹ ਉਹਨਾਂ ਦੀ ਹੀ ਗਾਈਡੈਂਸ ਸੀ ਕਿ ਜ਼ਿੰਦਗੀ ਦੇ ਵਿੱਚ ਟੈਂਕੇ ਨਹੀਂ ਹੋਣਾ ਚਾਹੀਦਾ, ਸਾਨੂੰ ਅੱਗੇ ਅੱਗੇ ਵੱਧਦਾ ਜਾਣਾ ਚਾਹੀਦਾ। ਉਹਨਾਂ ਦੀ ਗਾਈਡੈਂਸ ਬਤੌਰ 'ਤੇ ਮੇਰੇ ਮਿਸਿਸ ਮੇਰੇ ਧਰਮ ਪਤਨੀ ਨੂੰ ਮੈਟ੍ਰਿਕ ਤੋਂ ਬਾਅਦ ਇਹ ਗਾਈਡ ਕੀਤਾ ਗਿਆ ਕਿ ਪੜ੍ਹਾਈ ਵੀ ਕੰਟੀਨਿਊ ਰੱਖਣੀ ਚਾਹੀਦੀ ਹੈ। ਸਾਡੇ ਲਈ ਜੋ ਪ੍ਰੇਰਨਾ ਸਰੋਤ ਸੀ ਸਾਡਾ ਤਾਂ ਜਿਹੜਾ ਪਿੰਡ ਦਾ ਕਹਿ ਲਈਏ, ਇਲਾਕੇ ਦਾ ਕਹਿ ਲਈਏ, ਪਰਿਵਾਰ ਦਾ ਕਹਿ ਲਈਏ, ਮਾਣ ਇਸ ਗੱਲ ਦਾ ਬਹੁਤ ਉੱਚਾ ਹੈ ਕਿ ਅਸੀਂ ਉਸ ਪਰਿਵਾਰ ਨਾਲ ਸੰਬੰਧ ਹੈ ਜਿਹਦੇ ਵਿੱਚ ਸਰਦਾਰ ਰੰਜਨ ਸਿੰਘ ਮਾਤੂ ਸਾਡੇ ਚਾਚਾ ਜੀ ਨੇ IAS ਕੀਤੀ। ਮੈਨੂੰ ਜਾਣਾ ਪੈਂਦਾ ਸਕੂਲਾਂ 'ਚ, ਮੈਂ ਕਰੀਬ ਸਾਹਿਬ ਵੀ ਥੋੜ੍ਹੇ ਦਿਨ ਅਗਰ ਹੋ ਕੇ ਗਿਆ ਪ੍ਰਿੰਸੀਪਲ ਸਾਹਿਬ ਨੂੰ ਮਿਲ ਕੇ ਗਿਆ ਕਿ ਕੋਈ ਮੈਨੂੰ ਹਲਕਾ ਦੱਸ ਸਕਦਾ ਕਿ ਸਕੂਲ ਦਾ ਪੜ੍ਹਿਆ ਲਿਖਿਆ ਵਿਦਿਆਰਥੀ ਉਸ ਉਹਨਾਂ ਤੋਂ ਬਾਅਦ ਕੋਈ ਪੀਸਿਸ ਕੀਤੀ ਹੋਵੇ, ਮੈਨੂੰ ਸੋਚਣਾ ਚਾਹੀਦੀ ਹੈ, ਮੇਰੀ ਭੁੱਖ ਆ ਰਹੀ ਹੈ ਅਤੇ ਉਹਦੇ 'ਚ ਮੈਂ ਲਿਖਣਾ ਚਾਹੁੰਦਾ ਕਿ ਮੈਂ RDA ਰਾਹੀਂ ਤੁਹਾਨੂੰ ਪੁੱਛੀ। ਉਹ ਕਹਿੰਦੇ ਜੀ ਮੈਂ ਸਰਦਾਰ ਅਮਰ ਸਿੰਘ ਜੀ ਉਹਨਾਂ ਤੋਂ ਪਤਾ ਕਰਕੇ, ਮੈਂ ਕਿਹਾ ਮੇਰੇ ਚਾਚੇ ਜੀ ਹੋਈ
ਚਾਰ ਤਰੀਕ ਨੂੰ ਉਹਨਾਂ ਨਾਲ ਮੇਰੀ ਰਾਤ ਜਿਹੜੀ ਗੱਲਬਾਤ ਹੁੰਦੀ ਹੈ ਮੈਂ ਦੱਸਿਆ ਤਾਂ ਬਹੁਤ ਮੁਸ਼ਕਿਲ ਆ। ਉਹਨਾਂ ਨੇ ਸਾਡੇ ਫਿਰ ਤਰੀਕ ਨੂੰ ਮੈਨੂੰ ਬਣਾਇਆ ਸੀ ਕਿਉਂਕਿ ਉਹਦੇ ਟਰਸਟ ਦੀ ਜਿਹੜੀ ਐਸ ਐਲ ਓ ਜੁੜੀ ਸੀ ਸਾਰੇ ਮਾਤੋ ਚਾਚੀ ਇੰਜੀਨੀਅਰਿੰਗ ਦੇ ਹੋਏ ਅਸੀਂ ਚਾਚੀ ਨੂੰ ਪਹਿਲਾਂ ਵੀ ਸਾਡੇ ਘਰ ਪਰਿਵਾਰ 'ਚ ਕਿਉਂਕਿ ਪਹਿਲਾਂ ਦਿੱਲੀ ਗਏ ਭਾਵੇਂ ਉਹ ਗੁਜਰਾਤ ਰਹਿ ਰਹੇ ਦਾਦਾ ਰਹਿ ਰਹੇ ਨੇ ਕਿ ਸਾਡੇ ਪਰਿਵਾਰ 'ਚ ਵੀ ਦਿੱਲੀ ਵਾਲੀ ਚੱਲ ਰਿਹਾ ਦਿੱਲੀ ਵਾਲਿਆਂ ਨੇ ਭਾਵੇਂ ਛੋਟੇ ਚਾਚਾ ਜੀ ਦਿੱਲੀ ਅਮਜੀਤ ਸਿੰਘ ਜੀ ਹੋ ਗਏ ਅਤੇ ਇਹਨਾਂ ਨੂੰ ਮੇਰੇ ਸੀਨੀਅਰ ਸੀ ਅਤੇ ਹੁਣ ਤਾਂ ਇਹ ਪੁਰਾਣਾ ਮੇਰਾ ਚਿਹਰੇ ਸਾਗਰਾ
ਮਨ ਗਾਈ ਸੰਗ ਰਾਗ ਨੀਤੀ ਸਾਰ ਰਾਗਨ ਕੀ ਦਸ ਦੀ ਸਾਸਤ ਰਾਗ ਅਨ ਗਾਈ ਸੰਗ ਰਾਗ ਮਹਲਾ ਪੰਜਵਾ ਮਨ ਤਨ ਨਿਰਮਲ ਕਰਤ ਪਿਆਰੋ ਹਰ ਸੰਚੇ ਸੁਧਾ ਸੰਜੂਰ ਮਹਲਾ ਯਾ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਦੁਖਿਆ ਤੇ ਤੋਰਾ ਭਜਨ ਚਿਤਵ ਕਮਰੀ ਓਰ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਚੂਰ ਤਰਸੀਮ ਸਿੰਘ ਜੀ ਚਾਲ ਦੋ ਸਾਡੇ ਪਰਿਵਾਰ ਸਦੀਵੀ ਵਿਛੋੜਾ ਦੇ ਕੇ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਜਾ ਬਿਰਾਦੇ ਹਨ। ਤਿੰਨਾਂ ਦੇ ਨਿਮਰਤ ਤੁਰ ਕੇ ਬਾਣੀ ਆਈ ਤਿੰਨ ਸਗਲੀ ਚੀਜ਼ ਮਿਟਾਈ ਤੇ ਸ੍ਰੀ ਸਹਿਜ ਪਾਠ ਸਤਿਗੁਰ ਜੀ ਦੇ ਪਵਿੱਤਰ ਪਾਵਨ ਸਰੂਪ ਖੁੱਲ੍ਹੇ ਪੰਡਾਲਾਂ ਵਿੱਚ ਆਏ ਹਨ। ਸਰਦਾਰ ਸਾਡੇ ਕੋਲ ਸ਼੍ਰੋਮਣੀ ਜਥਾ ਭਾਈ ਸੁਰਿੰਦਰ ਸਿੰਘ ਜੀ ਜੋਤਰੀ ਤੇ ਭਾਈ ਸੁਰਿੰਦਰ ਸਿੰਘ ਜੀ ਵੀ ਪਹੁੰਚ ਚੁੱਕੇ ਹਨ। ਬੇਨਤੀ ਹੈ ਕਿ ਜਿਨ੍ਹਾਂ ਨੇ ਚਾਹ ਪਾਣ ਛੱਕ ਲਿਆ ਹੈ ਜਾਂ ਛੱਕਣਾ ਹੈ ਛੱਕ ਕੇ ਸਤਿਗੁਰ ਜੀ ਦੀ ਹਜ਼ੂਰੀ ਵਿੱਚ ਬੈਠ ਜਾ। ਰਾਗਜੀਤ ਸਿੰਘ ਬੇਨਤੀ ਹੈ ਕਿ ਉਹ ਆਪਣਾ ਰਾਗ ਕੀਰਤਨ ਆਰਾਧਨ ਵਾਹਿ ਖਾਲਸਾ ਵਾਹਿ ਕੀ ਫਤਿਹ। ਆਹ
ਸਾਰੇ
Thank you.
Yeah.
ਪਾਵਨ ਸਤਨ ਹਾਰਾ ਸਿਮਰੀਏ ਨਾਨਕ ਸਿਹਰੀ ਦੇ ਪਾਵਨ। ਜਿਹੜਾ ਪ੍ਰਾਣੀ ਸੰਸਾਰ ਤੇ ਆਇਆ ਹੈ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਇੱਕ ਦਿਨ ਇਸ ਮੁਸਾਫਰਖਾਨੇ ਦੇ ਵਿੱਚੋਂ ਸਭਨਾ ਸਹੁਰੇ ਵੰਜਣਾ ਸਭ ਮੁਕਲਾਵਾ ਆ ਸਾਰਿਆਂ ਨੇ ਆਪੋ ਆਪਣੀ ਵਾਰੀ ਦੇ ਨਾਲ ਇਸ ਸੰਸਾਰ ਤੋਂ ਜਾਣਾ ਹੈ। ਅੱਜ ਆਪਾਂ ਸਾਰੇ ਹੀ ਇਸ ਗੱਲ ਤੋਂ ਜਾਣਿਆ ਜਾਣੂ ਹਾਂ। ਅਤਿ ਸਤਿਕਾਰਯੋਗ ਸਵਰਗਵਾਸੀ ਸਰਦਾਰ ਪ੍ਰੀਤਮ ਸਿੰਘ ਜੀ, ਮਾਤਾ ਚਰਨ ਕੌਰ ਜੀ, ਤਿਨ੍ਹਾਂ ਦੇ ਹੋਣਹਾਰ ਸਪੁੱਤਰ ਸਾਡੇ ਵੱਡੇ ਵੀਰ ਸਵਰਗਵਾਸੀ ਸਰਦਾਰ ਤਰਸੇਮ ਸਿੰਘ ਜੀ ਚਾਹ, ਉਹਨਾਂ ਦੀ ਅੰਤਮ ਅਰਦਾਸ ਵਿੱਚ ਸਾਰੇ ਜੁੜ ਕੇ ਬੈਠੇ ਹਾਂ। ਸਤਿਗੁਰਾਂ ਨੇ ਜਿੰਨੇ ਵੀ ਉਹਨਾਂ ਨੂੰ ਸਵਾਸ ਬਖਸ਼ਿਸ਼ ਕੀਤੇ ਸਨ ਉਹਨਾਂ ਨੂੰ ਭੋਗਦਿਆਂ ਹੋਇਆਂ ਖਰਚਦਿਆਂ ਹੋਇਆਂ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਆਪਾਂ ਸਾਰਿਆਂ ਨੂੰ ਵਿਛੋੜਾ ਦੇ ਗਏ ਹਨ ਅਤੇ ਸਾਰਿਆਂ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਅੰਤਮ ਅਰਦਾਸ ਵਿੱਚ ਜੁੜ ਕੇ ਬੈਠੇ ਹਾਂ। ਕਿਉਂਕਿ ਗੁਰਮਤਿ ਅਨੁਸਾਰ ਭਾਵੇਂ ਕਿ ਅੱਜ ਗੁਰਬਾਣੀ ਦਾ ਬਹੁਤ ਪ੍ਰਸਾਰ ਪ੍ਰਚਾਰ ਹੈ ਪਰ ਫਿਰ ਵੀ ਅਸੀਂ ਕਈ ਵਾਰ ਬੜਾ ਕੁਝ ਇਸ ਤਰ੍ਹਾਂ ਦਾ ਕਰ ਜਾਈਦਾ ਜਿਹੜੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਜਿਨ੍ਹਾਂ ਚੀਜ਼ਾਂ ਨੂੰ ਥਾਂ ਨਹੀਂ। ਸਤਿਗੁਰਾਂ ਨੇ ਸਿੱਧਾ ਸਾਨੂੰ ਹੁਕਮ ਕੀਤਾ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਸਿਰਫ 2 ਮਿੰਟਾਂ ਵਿੱਚ ਸਮਾਪਤੀ ਭਾਵੇਂ ਕਿ ਅਸੀਂ ਪ੍ਰਾਣੀ ਦੇ ਜਾਣ ਤੋਂ ਬਾਅਦ ਉਸਦੇ ਪਰਥਾਏ ਮੰਜਾ ਬਿਸਤਰਾ ਬੜਾ ਕੁਝ ਰਹੀਦਾ ਹੈ ਇਹ ਚੇਤਾ ਰੱਖਿਓ। ਇਹ ਚੀਜ਼ਾਂ ਸਾਰੀਆਂ ਅਸੀਂ ਬ੍ਰਹਮਣ ਤੋਂ ਅਡੋਪਟ ਕੀਤੀਆਂ ਹੋਈਆਂ ਚੀਜ਼ਾਂ ਨੇ, ਗੁਰਮਤਿ ਵਿੱਚ ਇਸ ਨੂੰ ਕੋਈ ਥਾਂ ਨਹੀਂ। ਤੁਸੀਂ ਕਹੋਗੇ ਗਿਆਨੀ ਜੀ ਫਿਰ ਹੁਣ ਮੰਜਾ ਬਿਸਤਰਾ ਇਸ ਤਰ੍ਹਾਂ ਦੀ ਚੀਜ਼ਾਂ ਨਾ ਦੇਈਏ ਕਰੀਏ ਕੁਝ। ਤੁਸੀਂ ਮੰਜਾ ਵੀ ਦੇ ਸਕਦੇ ਹੋ ਬਿਸਤਰਾ ਵੀ ਦੇ ਸਕਦੇ ਹੋ ਪਰ ਭਾਵਨਾ ਇਹ ਰੱਖਿਓ ਜੋ ਵੀ ਪ੍ਰਾਣੀ ਦੇ ਪਰਥਾਏ ਅਸੀਂ ਦੇ ਰਹੇ ਹਾਂ ਇਹ ਗੁਰੂ ਘਰ ਦੇ ਵਿੱਚ ਵਰਤੋਂ ਦੇ ਵਿੱਚ ਆ ਸਕਦੀਆਂ ਨੇ, ਗੁਰੂ ਦੇ ਵਜ਼ੀਰ ਦੇ ਕੰਮ ਆ ਸਕਦੀਆਂ ਨੇ, ਲੰਘਦਾ ਵੜਦਾ ਕੋਈ ਮੁਸਾਫਰ ਇਹਦੇ ਵਿੱਚ ਆਰਾਮ ਕਰ ਸਕਦਾ ਹੈ। ਜਿਹੜਾ ਪ੍ਰਾਣੀ ਸਾਡੇ ਕੋਲੋਂ ਚਲਾ ਗਿਆ ਉਹਦਾ ਇਸ ਚੀਜ਼ ਦੇ ਨਾਲ ਕੋਈ ਸੰਬੰਧ ਨਹੀਂ। ਉਹਨੇ ਤੇ ਜੀਵਨ ਦੇ ਵਿੱਚ ਜੋ ਕਮਾਇਆ ਹੈ ਉਹ ਉਸ ਦੇ ਨਾਲ ਜਾਵੇਗਾ ਜਾਂ ਗੁਰਬਾਣੀ ਦੇ ਵਿੱਚੋਂ ਅਗਵਾਈ ਮਿਲਦੀ ਹੈ ਕਿ ਜਿਸ ਤਰ੍ਹਾਂ ਆਪਾਂ ਸਾਰੇ ਜੁੜ ਕੇ ਬੈਠੇ ਹਾਂ ਜਿਹੜਾ ਪ੍ਰਾਣੀ ਸਾਡੇ ਤੋਂ ਵਿਛੜ ਚੁੱਕਾ ਹੈ ਉਸ ਦੇ ਪਰਥਾਏ ਬਾਣੀ ਪੜ੍ਹ ਰਹੇ ਹਾਂ, ਸਿਮਰਨ ਕਰ ਰਹੇ ਹਾਂ, ਅਰਦਾਸ ਕਰਾਂਗੇ, ਇਸਦਾ ਅਗਵਾਈ ਗੁਰਬਾਣੀ ਦੇ ਵਿੱਚੋਂ ਮਿਲਦੀ ਹੈ। ਸਤਿਗੁਰ ਕਹਿੰਦੇ ਇਸ ਦਾ ਜਿੱਥੇ ਜਪਣ ਵਾਲੇ ਦਾ ਭਲਾ ਹੈ ਉੱਥੇ ਜਿਸ ਦੀ ਯਾਦ ਦੇ ਵਿੱਚ ਜੁੜ ਕੇ ਬੈਠੇ ਆ ਉਸਦਾ ਵੀ ਭਲਾ ਹੈ। ਗੁਰਬਾਣੀ ਦੀਆਂ ਪੰਕਤੀਆਂ ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਦਾਰੋ ਸੋ ਹਰ 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 ਸਦ ਹੀ ਜਾਪੋ ਜਾਤਾ ਅੰਤ ਨ ਪਾਰੋ। ਸਤਿਗੁਰ ਕਹਿੰਦੇ ਜਿੱਥੇ ਜਪਣ ਵਾਲੇ ਦਾ ਭਲਾ ਹੈ ਜੇ ਪ੍ਰੇਮ ਦੇ ਨਾਲ ਉਹ ਜਪੇ ਤੇ ਤੇਰੇ ਪਿਤਰਾਂ ਦਾ ਵੀ ਉਦਾਰ ਹੋ ਸਕਦਾ। ਗੁਰੂ ਸਤਨਾਮ ਸ੍ਰੀ ਵਾਹਿਗੁਰੂ। ਸੋ ਬਹੁਤ ਹੀ ਇਲਾਕੇ ਦਾ ਹਰਮਨ ਪਿਆਰਾ ਪਰਿਵਾਰ ਹੈ, ਬਾਣੀ ਦੇ ਨਾਲ ਜੁੜਿਆ ਹੋਇਆ ਚਾਲ ਪਰਿਵਾਰ ਹੈ, ਇਲਾਕੇ ਦੇ ਵਿੱਚ
ਵੱਧ ਚੜ੍ਹ ਕੇ ਵੀ ਬਲਕਾਰ ਸਿੰਘ ਜੀ ਦੱਸ ਰਹੇ ਸਨ ਸਮਾਜ ਸੇਵਾ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਵਾਲਾ ਪਰਿਵਾਰ ਹੈ ਅਤੇ ਮੈਂ ਸਮਝਾਂਗਾ ਕਿ ਜੇ ਮੈਂ ਦੁਨਿਆਵੀ ਬੋਲੀ ਦੇ ਵਿੱਚ ਕਹਾਂ ਕਿ ਸਾਡੇ ਵੀਰ ਤਰਸੇਮ ਸਿੰਘ ਚਾਲ ਦਾ ਹਜੇ ਜਾਣ ਦਾ ਸਮਾਂ ਨਹੀਂ ਸੀ ਸੋ ਦੁਨਿਆਵੀ ਬੋਲੀ ਦੇ ਵਿੱਚ ਗੁਰੂ ਦੀ ਮੱਤ ਦੇ ਵਿੱਚ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉ ਹੋਵਣਾ ਜੈ ਜੈ ਰੱਖੇ ਆਪ ਤੈ ਜਾਇ ਹੋਵਣਾ ਸਾਰੇ ਹੀ ਪਹਾੜੇ ਦੇ ਵਿੱਚ ਜੁੜ ਬੈਠੇ ਹਾਂ ਉਹਨਾਂ ਦੇ ਹੋਣਹਾਰ ਸਪੁੱਤਰ ਸਾਡੇ ਵੀਰ ਗੁਰਮੁਖ ਸਿੰਘ ਜੀ ਜਿਨ੍ਹਾਂ ਨੂੰ ਪ੍ਰੇਮ ਦੇ ਨਾਲ ਆਪਾਂ ਹੈਪੀ ਭਾਜੀ ਕਨੇਡਾ ਵਾਲੇ ਉਹਨਾਂ ਦਾ ਸਾਰਾ ਪਰਿਵਾਰ ਸਰਦਾਰ ਸੁਖਦੇਵ ਸਿੰਘ ਜੀ ਚਾਰ ਅਤੇ ਮਾਤਾ ਚਰਨ ਕੌਰ ਸਾਰੇ ਹੀ ਦੇਖ ਕੇ ਆਪਾਂ ਬੈਠੇ ਹਾਂ ਸਤਿਗੁਰ ਕਿਰਪਾ ਕਰ ਬਖਸ਼ਿਸ਼ ਕਰ ਵੀਰ ਜਿਹੜਾ ਕੋਈ ਦੁਨਿਆਵੀ ਯਾਤਰਾ ਕਰਦੇ ਹਾਂ ਸਫਲ ਯਾਤਰਾ ਕਰਦੇ ਹਾਂ ਕੋਈ ਭੁੱਲ ਕੋਈ ਤਰੁੱਟੀ ਰਹਿ ਗਈ ਹੋਵੇ ਸਤਿਗੁਰ ਉਸਨੂੰ ਨਾਚ ਉਤਾਰਦਿਆਂ ਹੋਇਆਂ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ ਪਿੱਛੇ ਸਾਰੇ ਹੀ ਪਰਿਵਾਰ ਨੂੰ ਪਹਾੜਾ ਬਣਾਉਣ ਦਾ ਬਲ ਬਖਸ਼ਿਸ਼ ਕਰਨ ਆਓ ਪੰਥ ਦੇ ਬਹੁਤ ਵੱਡੇ ਵਿਦਵਾਨ ਮਹਾਨ ਕੀਰਤਨੀ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਬਖਸ਼ਿਸ਼ ਕਰਦੇ ਹੋ ਹਜ਼ੂਰੀ ਰਾਗੀ ਗੁਰਦੁਆਰਾ ਸਿੰਘ ਦਰਬਾਰ ਸਾਹਿਬ ਜਿਨ੍ਹਾਂ ਨੂੰ ਤੁਸੀਂ ਹਰ ਜੀਓ ਨਿਮਾਣਿਆ ਤੂੰ ਮਾਣ ਤਕਰੀਬਨ 20 ਸਾਲਾਂ ਤੋਂ ਅਸੀਂ ਵੀ ਇਹ ਸ਼ਬਦ ਸੁਣ ਰਹੇ ਹਾਂ ਅੱਜ ਵੀ ਕਿਸੇ ਵੀ ਖੁਸ਼ੀ ਦੇ ਮੌਕੇ ਤੇ ਤੇ ਕਈ ਵਾਰੀ ਸੰਗਤ ਸਾਨੂੰ ਵੀ ਕਹਿੰਦੀ ਗਿਆਨੀ ਜਿਹਾ ਸ਼ਬਦ ਸੁਣਾਓ ਸੋ ਇਸ ਸ਼ਬਦ ਰਾਹੀਂ ਇਸ ਜਥੇ ਨੂੰ ਬੜਾ ਵੱਡਾ ਮਾਣ ਸਤਿਕਾਰ ਮਿਲਿਆ ਹੈ ਗੁਰੂ ਦੀ ਕਿਰਪਾ ਸਦਕਾ ਗੁਰਮੁਖ ਪਰਿਵਾਰ ਦੇ ਉਪਰਾਲੇ ਸਦਕਾ ਅੱਜ ਉਹ ਵੀਰ ਜੀ ਰਾਮ ਗੁਰਬਾਣੀ ਰਾਹੀਂ ਸ਼ਰਧਾ ਦੇ ਫੁੱਲ ਭੇਟ ਕਰਨਗੇ ਮੇਰੀ ਮੁਰਾਦ ਅਤੀ ਸਤਿਕਾਰਯੋਗ ਭਾਈ ਸੁਰਿੰਦਰ ਸਿੰਘ ਜੀ ਜੋਧਪੁਰੀ ਉਹਨਾਂ ਨੇ ਆਪ ਜੀ ਨੂੰ ਗੁਰਮਤ ਵਿਚਾਰਾਂ ਰਾਹੀਂ ਗੁਰਬਾਣੀ ਰਾਹੀਂ ਵੀਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਹੋਈਆਂ ਬਿਆਹ ਦੀ ਮਾਫ਼ੀ ਆਖੋ ਜੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਵਨ ਸਰਬੰਸ ਦਾ ਭਲਾ ਵਾਹਿ ਸੋਹਣੇ ਹੋਏ ਬਚਨਾਂ ਦੇ ਵਿੱਚ ਤੇ ਸਰਬੰਸ ਜੀ ਦੀ ਪਿਆਰੀ ਬਾਣੀ ਦੇ ਨਾਲ ਜੋੜਿਆ ਹੈ ਹੁਣ ਸਾਡੇ ਕੋਲ ਰਜੂਰੀ ਰਾਤੀ ਸਰਦਾਰ ਜੈ ਭਾਈ ਸੁਰਿੰਦਰ ਸਿੰਘ ਜੀ ਜੋਧਪੁਰੀ ਪਹੁੰਚ ਚੁੱਕੇ ਹਨ ਸੋ ਬੇਨਤੀ ਹੈ ਉਹਨਾਂ ਨੂੰ ਵੀ ਉਹ ਸਰਬੰਸ ਜੀ ਦੇ ਰਜੂਰੀ ਸਟੇਜ 'ਤੇ ਪਹੁੰਚਾਂ ਅਤੇ ਉਹ ਵੀ ਆਪਣੇ ਦੱਸੇ ਹੋਏ ਸਮੇਂ ਉਪਰਾਂ ਤਕਰੀਬਨ 1:30 ਵਜੇ ਤੱਕ ਸਤਿਗੁਰੂ ਜੀ ਨੂੰ ਆਪ ਦੀ ਗੁਰ ਪਿਆਰੀ ਸੰਗਤਾਂ ਨੂੰ ਮਧੁਰ ਵੈਰਾਗਮਈ ਬਾਣੀ ਦੇ ਨਾਲ ਜੋੜਨਗੇ ਸੋ ਭਾਈ ਸੁਰਿੰਦਰ ਸਿੰਘ ਜੀ ਜੋਧਪੁਰੀ ਜੋ ਸਾਡੇ ਵਿੱਚ ਪਹੁੰਚ ਚੁੱਕੇ ਹਨ ਸੋ ਤੇ ਨਾਲ ਬੇਨਤੀ ਹੈ ਕਿ ਗੁਰੂ ਪਿਆਰੀ ਸੰਗਤਾਂ ਨੂੰ ਵੈਰਾਗਮਈ ਸ਼ਬਦ ਕੀਰਤਨ ਦੇ ਨਾਲ ਜੋੜਨ ਸਭ ਝੂਠ ਹੈ ਜਾਨ ਲੈ ਹੋ ਰੇ ਬੀਤ ਕਹਿ ਨਾਨਕ ਥਿਰ ਨਾ ਰਹੇ ਜਿਉ ਬਾਲੂ ਕੀ ਪੀਤ ਸੰਗ ਸਖਾ ਸਭ ਤਜ ਗਏ
ਕੋ ਨਾ ਨਿਭਿਓ ਸਾਥ ਕਹੋ ਨਾਨਕ ਇਹ ਬਿਪਤ ਮੈਂ ਏਕ ਏਕ ਰਘੁਨਾਥ ਜਸ ਜਲ ਤੇ ਬੁਧ ਬੁਦਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਨਾਮ ਰਹਿਓ ਸਾਧੂ ਰਹਿਓ ਰਹਿਓ ਕਿਸ਼ ਕਰ ਹਮ ਸਾਕੇ
ਜੋ ਪਾਵੇ ਤੀ ਮੈਂ ਬਖਸ਼ ਅਸਾਂ ਜੋਰ ਨਾਹੀ ਜੇ ਕਿਛ ਕਰ ਹਾਸਾਕ ਜੋ ਪਾਵੇ ਤੀ ਮੈਂ ਬਖਸ਼ ਆਪੇ ਖੁਦ ਆਪੇ ਕਾਰ
ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਸੇਵਾ ਕਰ ਹੋ ਜੇ ਕਿਛ ਕੀਤਾ ਤੇਰੇ ਵਸ ਜਿਤਨੀ ਖਲਕਤ ਕੋਈ 84 ਲੱਖ ਜੂਨ ਹੋਵੇ ਸਾਰੀ ਉਸ ਪਰਮੇਸ਼ਰ ਦੇ ਹੁਕਮ ਦੇ ਵਿੱਚ ਕੋਈ ਜੀਵ ਇਹ ਨਹੀਂ ਕਹਿ ਸਕਦਾ ਕਿ ਮੈਂ ਆਪਣੀ ਮਰਜ਼ੀ ਨਾਲ ਚੱਲ ਰਿਹਾ ਨਹੀਂ ਗੁਰੂ ਸਾਹਿਬ ਜੀ ਨੂੰ ਮੰਨ ਕਰਦੇ ਹਾਂ ਅਸਾਂ ਜ਼ੋਰ ਨਾ ਹੈ ਜੇ ਕਿਛ ਕਰ ਹਰ ਸਕਦਾ ਕਹਿੰਦੇ ਤੂੰ ਜਲਾ ਜਲਾ ਨੂੰ ਕੰਮ ਨਹੀਂ ਕਰ ਸਕਦਾ ਦੂਸਰੇ ਪਾਸੇ ਵੀ ਲਿਖਦੇ ਆਉਂਦੇ ਹੈ ਜਗ ਸੱਚੇ ਕੀ ਹੈ ਮੂਰਤੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇਹ ਜੀਵ ਜਿਹੜਾ ਹੈ ਜਦੋਂ ਪੈਰ ਪੁੱਟਦਾ ਹੈ ਕਦਮ ਪੁੱਟਦਾ ਹੈ ਸਮਝਦਾ ਹੈ ਕਿ ਮੈਂ ਆਪਣੀ ਮਰਜ਼ੀ ਨਾਲ ਚੱਲ ਰਿਹਾ ਹਾਂ ਨਹੀਂ ਕਦਮੇ ਤੋਂ ਉਹਦੀ ਮਰਜ਼ੀ ਤੋਂ ਬਗੈਰ ਨਹੀਂ ਪੁੱਟ ਸਕਦਾ ਹੁਣ ਆਪਾਂ ਸਾਰੀ ਇੱਥੇ ਬੈਠੀ ਜਿਤਨੀ ਸੰਗਤ ਬੈਠੀ ਜੇ ਮੈਂ ਕਹਾਂ ਸਾਰੇ ਵਾਹਿਗੁਰੂ ਆਖੋ ਸਾਰੇ ਤੇਰੇ ਕਹਿਣਗੇ ਕਿਉਂਕਿ ਉਸਦੀ ਮਰਜ਼ੀ ਤੋਂ ਬਗੈਰ ਜੀਵ ਪਰਮੇਸ਼ੁਰ ਦੀ ਭਗਤੀ ਵੀ ਨਹੀਂ ਕਰ ਸਕਦਾ ਉਹਦੀ ਮਰਜ਼ੀ ਤੋਂ ਬਗੈਰ ਚੱਲ ਨਹੀਂ ਸਕਦਾ ਕਿਸੇ ਵੇਲੇ ਇਹੋ ਜਿਹਾ ਸਮਾਂ ਆਉਂਦਾ ਹੈ ਕਿ ਜੀਵ ਨੂੰ ਸਵਾਸ ਲੈਣਾ ਔਖਾ ਹੋ ਜਾਂਦਾ ਸਵਾਸ ਲੈਂਦਾ ਜਿੰਦਾ ਵੀ ਇੰਨਾ ਔਖਾ ਹੋ ਜਾਂਦਾ ਹੈ ਕਿਸ ਨੂੰ ਸੋਚਦਾ ਨਹੀਂ ਹੁਣ ਮੈਂ ਕੀ ਕਰਾਂ ਗੁਰੂ ਸਾਹਿਬਾਂ ਦੀ ਬਾਣੀ ਅਨੁਸਾਰ ਗੁਰੂ ਸਾਹਿਬ ਵੀ ਪ੍ਰਮਾਣ ਕਰਦੇ ਹਨ ਕਿਆ ਜਾਣਾ ਕਿਉਂ ਮੈਂ ਨਹੀਂ ਗੁਰੂ ਸਾਹਿਬ ਬੰਦੇ ਕੁਐਸਚਨ ਕਰਦੇ ਹਨ ਦੂਜੇ ਬੰਦੇ ਦਾ ਅਨਸਰ ਵੀ ਦਿੰਦੇ ਹਨ ਗੁਰੂ ਸਾਹਿਬ ਵੀ ਪ੍ਰਮਾਣ ਕਰਦੇ ਹਨ ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਭੁਲੇਖਾ ਦੇ ਕੇ ਜੀਵ ਚਲਾ ਜਾਣਾ ਕਰਦਿਆਂ ਸਮਝਦੇ ਹਾਂ ਚਲੋ ਕਿਸੇ ਡਾਕਟਰ ਨੂੰ ਦਿਖਾ ਦਿੰਦੇ ਪਰ ਉਹ ਸਰੀਰ ਜਿਹੜਾ ਇੱਥੇ ਛੱਡ ਜਾਂਦਾ ਰੂਹ 'ਚ ਨਹੀਂ ਜਾਂਦਾ
ਬੜਾ ਔਖਾ ਹੈ ਪਰਮੇਸ਼ਰ ਦਾ ਨਾਮ ਲੈਣਾ। ਇੱਧਰ ਦੀਆਂ ਉੱਧਰ ਦੀਆਂ ਦੁਨਿਆਵੀ ਗੱਲਾਂ ਕਰੀ ਜਾਏਗਾ ਕਰੀ ਜਾਏਗਾ, ਕਾਮਨਾ ਦੋਸ਼ੀ ਕਰੀ ਜਾਏਗਾ, ਜਿਹੜਾ ਕਿ ਉਹਨੇ ਆਪਣੇ ਘਰ ਕੋਈ ਪ੍ਰੋਬਲਮ ਨਹੀਂ ਹੈ ਚੰਗਾ ਮਾਤਾ ਪਹਿਲੋ ਮਰਨਾ ਲਿਖਾਇਆ ਜਾਂਦਾ ਹੈ ਫਿਰ ਇਸ ਸੰਸਾਰ ਚ ਜੀਵ ਹੁੰਦਾ ਹੈ। ਮਾਇਆ ਮੋਹ ਤਾਂ ਸਾਰੇ ਭੱਜ ਪੈਂਦੇ ਹਨ, ਅਸਲੀ ਖੱਟਿਆ ਕੀ ਹੈ ਜਿਹੜਾ ਨਾਲ ਲੈ ਕੇ ਜਾਣਾ ਹੈ, ਕਿਸੇ ਮਾਰਗ ਤੇ ਜਾਣਾ ਹੈ, ਤੁਸੀਂ ਕੋਈ ਸਫ਼ਰ ਕਰਨਾ ਹੈ। ਜਿਸ ਤਰ੍ਹਾਂ ਇਸ ਸਫ਼ਰ ਦੇ ਵਿੱਚ ਸੰਸਾਰ ਸਫ਼ਰ ਦੇ ਵਿੱਚ ਤੁਸੀਂ ਜਾਂਦੇ ਹੋ ਤੇ ਬੜੀ ਮਾਇਆ ਜੇਬ ਚ ਪਾ ਲੈਂਦੇ ਹੋ। ਅੱਜ ਕੱਲ੍ਹ ਤਾਂ ਬੜੀਆਂ ਸਹੂਲਤਾਂ ਹੋ ਗਈਆਂ ਨੇ, ਏਟੀਐਮ ਜੇਬ ਚ ਪਾ ਲੈਂਦੇ ਹੋ ਜਿੱਥੇ ਲੋੜ ਪੈਗੀ ਲੈ ਲੈਣੀ ਵਰਤਣ। ਪਰ ਕਹਿੰਦੇ ਉਸ ਮਾਰਗ ਤੇ ਜਾਣ ਲੱਗੇ ਨੂੰ ਤੈਨੂੰ ਕੁਛ ਨਾਲ ਲੈਣਾ ਪਵੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪਣੀ ਬਾਣੀ ਚ ਲਿਖਦੇ ਹਨ, ਹਰ ਕਾ ਮਾਰਗ ਆਖੀਐ ਕਹੋ ਕਿਰਤ ਬਿਦ ਜਾਈ, ਹਰ ਹਰ ਤੇਰਾ ਨਾਮ ਹੈ ਹਰ ਹਰ ਚਲੈ ਜਾਏ। ਕਹਿੰਦੇ ਉਸ ਮਾਰਗ ਨਾਲ ਤੈਨੂੰ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਰੂਪੀ ਪੌਕਟ ਦੇ ਵਿੱਚ ਪਾਉਣਾ ਪੈਣਾ। ਦੀ ਜਿਲਦ ਹੁੰਦੀ ਸੀ ਤੇ ਉਦੋਂ ਉਸਨੂੰ ਵਹੀ ਕਹਿੰਦੇ ਸਨ, ਅੱਜ ਕੱਲ੍ਹ ਤੇ ਪਤਾ ਹੀ ਨਹੀਂ ਹੈ ਕਿ ਕਿੰਨੀਆਂ ਨੂੰ ਕਿ ਵਹੀ ਕੀ ਹੁੰਦੀ, ਪਰ ਪਰਮੇਸ਼ਰ ਨੇ ਬਾਣੀ 'ਚ ਵਹੀ ਦਾ ਵੀ ਉਲੇਖ ਕੀਤਾ ਹੈ। ਗੁਰੂ ਸਾਹਿਬ ਜੀ ਪ੍ਰਮਾਣ ਕਰਦੇ ਹਨ, ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਉਹ ਵਹੀ ਕਿੱਡੀ ਵੱਡੀ ਹੋਏਗੀ ਜਿੱਥੇ ਸਾਰੇ ਜੀਵਾਂ ਦਾ ਲੇਖਾ ਜੋਖਾ। ਕਦੀ ਸੋਚਿਆ ਮੈਂ ਹੁਣੇ ਆਪਣੀ ਏਜ ਦੱਸੀ ਹੈ, ਮੈਨੂੰ ਤਾਂ ਅਜੇ ਵੀ ਡਰ ਲੱਗਦਾ ਹੈ ਕਿ ਜੇ ਮੈਂ ਪਰਮੇਸ਼ਰ ਦਾ ਨਾਮ ਨਾ ਜਪਿਆ, ਬਾਕੀ ਦੁਨਿਆਵੀ ਜਿਹੜੇ ਕਾਰਜ ਉਹ ਅਲੱਗ ਹੁੰਦੇ ਹਨ। ਜਿਸ ਤਰ੍ਹਾਂ ਪਰਮੇਸ਼ਰ ਨੇ ਡਿਊਟੀ ਲਾਈ ਹੈ ਉਹ ਜੀਵ ਨਿਭਾਉਂਦਾ ਹੈ ਉਸੇ ਤਰ੍ਹਾਂ। ਪਰ ਕਈ ਜੀਵ ਐਸੇ ਹਨ ਜਿਹੜੇ ਗੁਪਤ ਰਹਿ ਕੇ ਕਈ ਕੰਮ ਕਰ ਜਾਂਦੇ ਹਨ ਕਿ ਆਪਾਂ ਅੱਜ ਤੱਕ ਸੋਚਿਆ ਕਿ ਅਸੀਂ ਹੁਣ ਤੱਕ ਜੋ ਚੰਗਾ ਕੀਤਾ ਹੈ ਤੇ ਮਾੜਾ ਕੀਤਾ। ਜਾਣਤ ਹੀ ਔਗਣ ਕਰ ਕਾਹੇ ਕੀ ਕੁਸਲਾਤ ਹਾਥ ਦੀਪ ਉਹ ਇਹਦੇ ਹੱਥ ਦੇ ਵਿੱਚ ਦੀਪਕ ਜਗ ਰਿਹਾ ਹੈ, ਲੋ ਦੇ ਰਿਹਾ ਹੈ, ਰਾਤ ਦਾ ਸਮਾਂ ਹੈ। ਤੇ ਨਾਲ ਇਹ ਵੀ ਸਮਝਾ ਲਿਆ ਕਿ ਜੇ ਤੂੰ ਇੱਕ ਕਦਮ ਨੂੰ ਹੋਰ ਪੁੱਟਿਆ ਤਾਂ ਸਿੱਧਾ ਖੂਹ ਦੇ ਵਿੱਚ ਡਿੱਗੇ ਨਾ ਜਾਣ। ਜਪੋ ਵਾਹਿਗੁਰੂ, ਉਹ ਲੋਹ ਦੇ ਰਿਹਾ ਹੈ, ਗਿਆਨ ਦੇ ਰਿਹਾ ਹੈ। ਪਰ ਜੇ ਇਹ ਜਾਣਦਾ ਹੋਇਆ ਵੀ ਕਦਮ ਪੁੱਟ ਕੇ ਖੂਹ ਚ ਡਿੱਗਦਾ ਹੈ ਉਸ ਦੀਵੇ ਦਾ ਤੇ ਕੋਈ ਕਸੂਰ ਨਹੀਂ ਹੈ, ਇਹਦਾ ਆਪਣਾ ਹੀ ਕਸੂਰ ਹੈ।
ਭਾਵ ਕਿ ਜਿਹੜਾ ਤੂੰ ਕਰਮ ਪੁੱਟਦਾ ਹੈ ਭਲਾਈ ਵਾਲੇ ਕੀ ਭਾਈ, ਕਿਉਂਕਿ ਗੁਰੂ ਸਾਹਿਬਾਂ ਨੇ ਲਿਖਿਆ ਹੈ ਜਪਜੀ ਸਾਹਿਬ ਦੇ ਵਿੱਚ ਜੀ ਪਾਠ ਕਰਦੇ ਹੋਣਗੇ। ਗੁਰੂ ਸਾਹਿਬਾਂ ਨੇ ਬੜਾ ਤੱਤ ਕੱਢਿਆ ਹੈ ਜਪਜੀ ਸਾਹਿਬ ਦੇ ਵਿੱਚ, ਸਲੋਕ ਦੇ ਵਿੱਚ ਬੜਾ ਕੁਛ ਦੱਸਿਆ ਹੈ, ਚੰਗੀ ਆਈਆਂ ਬੁਰੇ ਆਈਆਂ ਵਾਚੈ ਧਰਮ ਹਰ ਕਰਮੀ ਆਪੋਆ, ਕਿਸੇ ਦੇ ਕੋਈ ਲੇਖ ਨਹੀਂ ਖੋ ਸਕਦਾ। ਜਿਹੜਾ ਕੋਈ ਕਰਮ ਕਰੇਗਾ ਉਹਨੂੰ ਉਹਦਾ ਅਹਿਸਾਸ ਦੇਣਾ ਪਵੇਗਾ। ਚਾਰ ਯੁੱਗ ਹੋਏ ਹਨ, ਜਦੋਂ ਸੱਤ ਯੁੱਗ ਸੀ ਉਦੋਂ ਕੋਈ ਜੀਵ ਐਸਾ ਕਰਮ ਕਰਦਾ ਸੀ ਤਾਂ ਸਾਰੇ ਦੇਸ਼ ਨੂੰ ਉਹਦਾ ਫਲ ਭੋਗਣਾ ਪੈਂਦਾ ਸੀ। ਜਪੋ ਵਾਹਿਗੁਰੂ। ਉਸ ਤੋਂ ਬਾਅਦ ਤ੍ਰੇਤਾ ਹੈ, ਤ੍ਰੇਤੇ ਦੇ ਵਿੱਚ ਕੋਈ ਉਹੋ ਜਿਹਾ ਮਾੜਾ ਕੰਮ ਕਰਦਾ ਸੀ ਸਾਰੇ ਸ਼ਹਿਰ ਨੂੰ ਭੋਗਣਾ ਪੈਂਦਾ ਸੀ। ਉਸ ਤੋਂ ਬਾਅਦ ਆਉਂਦਾ ਹੈ ਦੁਆਪਰ। ਦੁਆਪਰ ਯੁੱਗ ਦੇ ਵਿੱਚ ਕੋਈ ਜੀਵ ਐਸਾ ਕੰਮ ਕਰਦਾ ਜੋ ਸਾਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਸੀ। ਤੇ ਕਲ ਯੁੱਗ ਦੇ ਵਿੱਚ ਕਹਿੰਦੇ ਇਹ ਕਰ ਕਰੇ ਸੋ ਇਹ ਕਰ ਪਾਏ। ਕਹਿੰਦੇ ਕਲ ਯੁੱਗ ਦੇ ਵਿੱਚ ਜੇ ਤੂੰ ਨਾਮ ਜਪੇਗਾ ਇੱਕ ਕਦਮ ਤੇ ਵਾਹਿਗੁਰੂ ਕਹਿੰਦੇ ਦੂਸਰੇ ਕਦਮ ਤੇ ਤੈਨੂੰ ਉਹਦਾ ਫਲ ਵੀ ਮਿਲ ਜਾਏ। ਜੇ ਤੂੰ ਇੱਕ ਕਦਮ ਤੇ ਮਾੜਾ ਕੰਮ ਕਰੇਗਾ ਅਗਲੇ ਕਦਮ ਤੇ ਤੈਨੂੰ ਵੀ ਉਹਦਾ ਮਾੜਾ ਫਲ ਮਿਲ ਜਾਵੇਗਾ। ਜਪੋ ਵਾਹਿਗੁਰੂ। ਕੋਈ ਜੀਵ ਜਿਤਨੇ ਬੈਠੇ ਕੋਈ ਖੜਾ ਹੋ ਕੇ ਕਹਿ ਸਕਦਾ ਕਿ ਮੇਰੇ ਬਾਕੀ ਸਵਾਸ ਇਤਨੇ ਰਹਿੰਦੇ? ਕੋਈ ਕੋਈ ਔਖਾ ਹੈ। ਤੇ ਜਿਹੜਾ ਜੀਵ ਜਪ ਲੈਂਦਾ ਹੈ ਨਾ ਉਹਦੀਆਂ 21 ਕੁਲਾਂ ਧਰਦੀਆਂ ਹਨ। ਉਹ 21 ਕੁਲਾਂ ਕਿਹੜੀਆਂ ਹਨ ਪਤਾ ਹੈ ਕਿਸੇ ਨੂੰ? 21 ਕੁਲਾਂ ਉਹ ਹਨ ਸੱਤ ਦਾਦਕਿਆਂ ਦੀਆਂ, ਸੱਤ ਭੂਆ ਦੀਆਂ ਤੇ ਸੱਤ ਨਾਨਕਿਆਂ। ਇਹ 21 ਕੁਲਾਂ ਬਣਦੀਆਂ। ਜਿਹੜਾ ਜੀਵ ਨਾਮ ਜਪਦਾ ਹੈ ਉਹਦੀ 21 ਕੁਲਾਂ ਤਰ ਜਾਂਦੀਆਂ। ਇਸ ਤੋਂ ਬਾਅਦ ਵੀ ਗੁਰੂ ਸਾਹਿਬ ਨੇ ਦੱਸਿਆ ਹੈ ਕਿ ਇਸ ਤੋਂ ਬਾਅਦ ਕਿਹੜੇ ਕਿਹੜੇ ਧਰਦੇ ਹਨ। ਗੁਰੂ ਸਾਹਿਬ ਪ੍ਰਮਾਣ ਕਰਦੇ ਨੇ ਹਰ ਕਾ ਨਾਮ ਹਿਰਦੈ ਨਿਤ ਧਿਆਈ ਸੰਗੀ ਸਾਥੀ ਸਗਲਤ ਰਾਹੀਂ। ਕਹਿੰਦੇ ਉਹ ਜਿਹੜਾ ਨਾਮ ਜਪਣ ਵਾਲਾ ਹੈ ਜਿਹੜੇ ਉਹਦੇ ਸੱਜਣ ਮਿੱਤਰ ਸੰਗੀ ਸਾਥੀ ਹੁੰਦੇ ਨੇ ਸਭ ਤਰ ਜਾਂਦੇ ਹਨ। ਜਪੋ ਵਾਹਿਗੁਰੂ ਜਪ ਲਓ। ਮੈਂ ਉਹਨੇ ਦੇਰ ਕੀਰਤਨ ਸ਼ੁਰੂ ਨਹੀਂ ਕਰਾਂਗਾ ਜਿੰਨੀ ਦੇਰ ਵਾਹਿਗੁਰੂ ਹੀ ਕਹੋ। ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਤੁਹਾਡਾ ਆਪਣਾ ਹੈ, ਜਿਹੜਾ ਤੁਸੀਂ ਵਾਹਿਗੁਰੂ ਕਹਿਣਾ ਹੈ ਤੁਹਾਡਾ ਆਪਣਾ, ਤੁਹਾਡੇ ਕੋਲ ਕੋਈ ਖੋ ਨਹੀਂ ਸਕਦਾ। ਜਪੋ ਸਾਰੇ ਵਾਹਿਗੁਰੂ ਵਾਹਿਗੁਰੂ। ਦਾਤਾ ਬੜਾ ਬਿਆੰਤ ਹੈ, ਪਹਿਲੇ ਪਾਤਸ਼ਾਹ ਪ੍ਰਮਾਣ ਕਰਦੇ ਹਨ ਤੇਰਾ ਇੱਕੋ ਨਾਮ ਵਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ। ਕਹਿੰਦੇ ਤੇਰਾ ਇੱਕ ਨਾਮ ਜਿਹੜਾ ਹੈ ਨਾ ਉਹ ਦੁਨੀਆਂ ਨੂੰ ਧਾਰ ਸਕਦਾ ਹੈ। ਤੇਰਾ ਏਕ ਨਾਮ ਧਾਰੇ ਸੰਸਾਰ। ਇਹ ਜੀਵ ਜਿਹੜਾ ਹੈ ਸਮਝਦਾ ਕਿ ਸ਼ਾਇਦ ਪਤਾ ਨਹੀਂ ਮੈਂ ਐਸੇ ਤਰ ਜਾਣਾ ਨਹੀਂ ਪਾਈ, ਉਹਦੇ ਨਾਮ ਤੇ ਲੈਣਾ ਹੀ ਪਏਗਾ, ਵਾਹਿਗੁਰੂ ਕਹਿਣਾ ਹੀ ਪਏਗਾ। ਆਓ ਸਾਹਿਬਾਂ ਦੀ ਬਾਣੀ ਕੀ ਪ੍ਰਮਾਣ ਕਰਦੀ ਹੈ, ਜਿਤਨੀ ਸੰਗਤ ਬੈਠੀ ਹੈ ਗੁਰੂ ਸਾਹਿਬ ਜੀ ਆਪ ਸਾਰਿਆਂ ਨੂੰ ਹੁਕਮ ਕਰਕੇ ਗਏ ਹਨ। ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪ੍ਰਮਾਣ ਕਰਦੇ ਹਨ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਕਹਿੰਦੇ ਕੋਈ ਇਕੱਲਾ ਨਹੀਂ, ਜਿਤਨੀ ਸੰਗਤ ਬੈਠੀ ਹੈ ਸਾਰੀ ਮਿਲ ਕੇ ਕਿਤੇ ਉਸ ਸਤਿਗੁਰ ਸੱਚੇ ਪਾਤਸ਼ਾਹ ਦਾ ਭਾਈ ਗੁਣਗਾਇਨ ਕਰੇ ਤੇ ਉਹ ਮਾਹੌਲ ਹੀ ਹੋਰ ਬਣ ਜਾਂਦਾ ਹੈ। ਕਿਉਂਕਿ ਉਸ ਦਾਤੇ ਨੂੰ ਪੌਣ ਵੀ ਗਾ ਰਹੀ ਹੈ, ਜਲ ਵੀ ਗਾ ਰਿਹਾ ਹੈ, ਮੈਂ ਸੰਤਰ ਵੀ ਗਾ ਰਿਹਾ ਹੈ, ਧਰਮ ਰਾਜ ਵੀ ਗਾ ਰਿਹਾ ਹੈ। ਗੁਰੂ ਸਾਹਿਬ ਜੀ ਲਿਖਦੇ ਨੇ ਪਹਿਲੇ ਪਾਤਸ਼ਾਹ ਜੀ ਸੋ ਦਰ ਤੇਰਾ ਕੀ ਹਾਲ,
ਸੋ ਕਰਕੇ ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪੜੀ ਸਿਉ ਕਹੀ, ਕੇਤੇ ਤੇਰੇ ਗਾਵਣ ਹਾਰੇ। ਗਾਵਨ ਤੁਦਨੋ ਪਾਉਣ ਪਾਣੀ ਬਹਿ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਕਹਿੰਦੇ ਤੈਨੂੰ ਕਿਹੜੇ ਕਿਹੜੇ ਗਾ ਰਹੇ ਹਨ, ਤੇ ਇੱਕ ਮਨੁੱਖ ਹੀ ਹੈ ਜਿਹੜਾ ਵਾਹਿਗੁਰੂ ਜੀ ਕਹਿੰਦਾ। ਵੇਖੋ ਪੌਣ ਗਾ ਰਹੀ, ਦੇਖ ਲਓ ਤੁਹਾਡੇ ਸਾਹਮਣੇ ਹੈ, ਜਲ ਵੀ ਗਾ ਰਿਹਾ, ਜੋ ਜਲ ਵਗਦਾ ਹੈ ਉਹ ਵੀ ਗਾ ਰਿਹਾ, ਕਿਉਂਕਿ ਸਾਹਿਬਾਂ ਦੀ ਬਾਣੀ ਸੱਤ ਹੈ। ਇੱਕ ਮਨੁੱਖ ਹੀ ਹੈ ਜਿਹੜਾ ਝੂਠਾ ਹੈ। ਗੁਰੂ ਸਾਹਿਬਾਂ ਦੀ ਬਾਣੀ ਅਨੁਸਾਰ ਭਾਈ ਕੋਸ਼ਿਸ਼ ਕਰਿਆ ਕਰੋ, ਜਿਨ੍ਹਾਂ ਨੂੰ ਬਾਣੀ ਕੰਠ ਆਉਂਦੀ ਹੋਵੇ ਉਹ ਨਾਲ ਨਾਲ ਜ਼ਰੂਰ ਬਾਣੀ ਪੜਿਆ ਕਰੋ। ਆਓ ਸਾਹਿਬਾਂ ਦੀ ਬਾਣੀ ਕੀ ਪ੍ਰਮਾਣ ਕਰਦੀ ਹੈ। ਕਹਿ ਗਏ ਕਿਰਪਾ ਵਸੋ ਮੇਰੇ ਹਿਰਦੈ, ਹੋਏ ਸਹਾਈਆ ਕਿਰਪਾ ਵਸੋ ਮੇਰੇ।
ਸੁਣ ਸੁਣ ਮਾਮ ਕਿਸ ਨੂੰ ਤੂੰ ਆਪਣਾ ਕਵੇਂਗਾ? ਇੱਥੇ ਤੇਰਾ ਹੈ ਕੌਣ? ਇੱਥੇ ਤਾਂ ਤੇਰਾ ਕੁਛ ਵੀ, ਇੱਥੋਂ ਤੱਕ ਤਾਂ ਤੇਰਾ ਸਰੀਰ ਵੀ ਆਪਣਾ ਹੈ। ਨਾਵੇਂ ਪਾਤਸ਼ਾਹ ਦੀ ਬਾਣੀ 'ਚ ਪ੍ਰਮਾਣ ਕਰਦੇ ਹਨ, ਜਾਗਲੇ ਹੋ ਜੇ ਮਨਾ ਜਾਗਲੇ ਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗੀ ਸੋ ਵੀ ਸੰਗ ਨਾ ਹੋਇਆ। ਕਹਿੰਦੇ ਇਹ ਵੀ ਤੈਨੂੰ ਜਿਹੜਾ ਨਾ ਤੂੰ ਸਮਝਦਾ ਕਿ ਮੇਰਾ ਆਪਣਾ ਹੈ, ਇਸਨੇ ਵੀ ਤੇਰਾ ਸਾਥ ਛੱਡ ਜਾਣਾ ਹੈ। ਜਪੋ ਵਾਹਿਗੁਰੂ ਵਾਹਿਗੁਰੂ। ਫਿਰ ਕੀ ਹੁੰਦਾ ਹੈ? ਇਸ ਸੰਸਾਰ ਬਾਰੇ ਗੁਰੂ ਸਾਹਿਬਾਂ ਨੇ ਇੱਕ ਨਕਸ਼ਾ ਖਿੱਚਿਆ, ਦਾਰਾ ਮੀਤ ਪੂਤ ਰੱਥ ਸੰਤ ਧਨ ਪੂਰਨ ਸਭ ਮਹੀ ਅਵਰ ਸਗਲ ਮਿਥਿਆ ਇਹ ਜਾਨੋ ਭਜਮ ਰਾਮ ਕੋ ਸਹੀ। ਕਹਿੰਦੇ ਅਖੀਰ ਤੇ ਤੈਨੂੰ ਵਾਹਿਗੁਰੂ ਕਹਿਣਾ ਹੀ ਪਵੇ, ਕਿਉਂਕਿ ਜਿਹਨੂੰ ਤੂੰ ਆਪਣਾ ਕਹਿੰਦਾ ਤੇਰੇ ਹੈ ਹੀ ਨਹੀਂ। ਇਹ ਜੀਵ ਜਿਹੜਾ ਹੈ ਬੜੀ ਲੰਬੀ ਸੋਚ ਰੱਖਦਾ, ਪਤਾ ਨੀ ਜ਼ਿੰਦਗੀ ਕਿੰਨੀ ਕੁ ਹੈ ਤੇ ਇਹਨੇ ਪਸਾਰਾ ਪਤਾ ਨੀ ਕਿੰਨਾ ਕੁ ਬੰਨਿਆ ਹੋਇਆ। ਗੁਰੂ ਸਾਹਿਬ ਜੀ ਕਹਿੰਦੇ ਮ੍ਰਿਤ ਮੰਡਲ ਹੈ, ਮ੍ਰਿਤ ਮੰਡਲ ਜਗ ਸਾਜਿਆ, ਜਿਉਂ ਬਾਲੂ ਘਰ ਵਾਲ ਬਿਨਸਤ ਬਾਰ ਨਾ ਲੱਗੇ, ਜਿਉਂ ਕਾਗਲ ਬੁੰਦਾ। ਸੁਣ ਮੇਰੀ ਮਨਸਾ ਮਨੇ ਮਾਹੀ, ਦੇਖ ਸਤ ਦੇਖ ਵਿਚਾਰ, ਸਿੱਧ ਸਾਧਕ ਗਿਰ ਹੀ ਜੋਗੀ, ਤਜ ਗਏ ਘਰ ਵਾਲ। ਕਹਿੰਦੇ ਇਸ ਸੰਸਾਰ ਦੇ ਗੁਰੂ ਪੀਰ ਪੈਗੰਬਰ ਜੋ ਵੀ ਆਏ ਹਨ, ਸਾਰਿਆਂ ਨੇ ਇੱਕ ਦਿਨ ਇਸ ਸੰਸਾਰ ਨੂੰ ਤਿਆਗਿਆ ਹੈ ਤੇ ਤੈਨੂੰ ਹੀ ਤਿਆਗਣਾ ਪਵੇਗਾ। ਇਸ ਸੰਸਾਰ ਦੇ ਵਿੱਚ ਇਹ ਸਾਰੇ ਰੰਗ ਤਮਾਸ਼ੇ ਹਨ। ਗੁਰੂ ਸਾਹਿਬ ਜੀ ਨੇ ਪ੍ਰਮਾਣ ਕਰਦੇ ਹਨ, ਦਸਮ ਪਾਤਸ਼ਾਹ ਵਿੱਚ ਦੇਖਣ ਆਇਓ ਜਗਤ ਤਮਾਸ਼ਾ। ਕਹਿੰਦੇ ਇੱਕ ਤਮਾਸ਼ਾ ਹੀ ਦੇਖਣ ਆਇਆ, ਹੋਰ ਕੁਛ ਨਹੀਂ। ਇਹ ਜੀਵ ਇਸ ਰੰਗ ਢੋਲਾ ਮੇਰਾ ਢੋਲਾ ਸਤ ਰੰਗ ਢੋਲਾ ਨਾਮ ਮਜੀਤੜਾ ਤੇਰਾ ਏਕੋ ਨਾਮ ਮਜੀਤੜਾ ਰਤਾ ਮੇਰਾ ਚੋਲਾ ਸਦ ਰੰਗ ਢੋ ਮੇਰਾ ਚੋਲਾ
जप तप का बंद मेड़ला ਗੁਰ ਗਏ ਪੁਰਖ ਸਤਿਗੁਰ ਰਹਿ ਆਪ ਪੂਰੇ
ਸਜਣਾ ਵਿੱਚ ਬੁਰ ਜਲ ਮਿਲਾ ਕੇ ਵਾਜਿਆਂ ਹਰ ਤੂਰ ਸਲੋ ਕੌਣ ਕਰੋ ਬਾਣੀ ਕਿਤਾ ਮਾਤਾ ਤੁਮਰਤ ਦਿਵਸ ਰਾਤ ਵੇਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰੀਆਂ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਕੀ ਫਤਿਹ ਵਾਰ ਸਿੰਘ ਗੋਤੀ ਪਾਤਸ਼ਾਹ ਦਾ ਗੋਤੀ ਸਿੰਘ ਕੇ ਗੁਰੂ ਨਾਨਕ ਲਈ ਤੇ ਆਏ ਖਲਾਂਗੁਰ ਤੇ ਅਮਦਾਸ ਰਾਮਦਾਸ ਸੇ ਅਰਜਨ ਹਰ ਗੋਬਿੰਦੋਂ ਸ਼ਨੋ ਸ੍ਰੀ ਹਰ ਰਾਏ ਸ਼ੇਰੇ ਹਰ ਕਸ਼ਮ ਤੇ ਆਈਏ ਤੇ ਡਿੱਠੇ ਸ਼ਬਦ ਗਾਏ ਤੇ ਭਾਤ ਸਿੰਘੀਏ ਕਰ ਨੌ ਨਿਦਾ ਵਿਚਾਏ ਸ਼ਾਮ ਥਾਈ ਹੋਈ ਸਹਿ ਦਸਮ ਪਾਤਸ਼ਾਹੀ ਧੰਨ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਸਾਹਿਬ ਥਾਈ ਸਹਿ ਦਸਾਂ ਪਾਤਸ਼ਾਹੀ ਜੋਤ ਹਾਜ਼ਰਾ ਗੁਰ ਸੰਕਲਾ ਭਰਪੂਰ ਧੰਨ ਸਿੰਘ ਗੁਰ ਸਿੰਘ ਮਹਾਰਾਜ ਦੇ ਪਾੜ ਦਰਸ਼ਨ ਦਾ ਧਿਆਨ ਖਾਸ ਗੋਲਾ ਜੀ ਪੰਜਾਂ ਪਿਆਰਿਆਂ ਤੋਂ ਸਹਿਜਾਦਿਆਂ ਚਾਰ ਮੁਕਿਆ ਹੱਟੀਆਂ ਜੱਟੀਆਂ ਤੱਕੀਆਂ ਜਿੰਨਾ ਨਾਮ ਜਪਿਆ ਮਨ ਛਕਿਆ ਦਿੱਤੇ ਬੰਦ ਬੰਦ ਕਟਵਾਏ ਖੋਪੀਆਂ ਲਵਾਈਆਂ ਚਰਕੜੀਆਂ ਤੇ ਚੜੇ ਗਏ ਤਾਂ ਨਾਰਿਆਂ ਚ ਆਏ ਗਏ ਬੋਧੀਆਂ ਦੇ ਕੱਦ ਉਠਾਏ ਗਏ ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਧਰਮ ਸਿੱਖੇ ਸਦਾ ਕੇਸਾਂ ਸਵਾਸਾਂ ਸੰਭਾਇਆ ਤਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਰੱਖਾ ਸਹੀ ਵਾਲਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਕੰਮਾਂ ਦਾ ਧਿਆਨ ਰੱਖਾ ਸਹੀ ਵਾਲਾ ਜੀ ਪੈਤਨੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਨਾਮ ਚਿਤਾਮ ਕਾ ਸਦਕਾ ਸਰ ਸੁਖ ਹੋਵੇ ਜਾ ਜਾ ਖਾਲਸਾ ਜੀ ਤਾਂ ਤਾਂ ਰਚਿਆ ਰਿਹਾ ਦੇ ਬੈਠ ਕੇ ਪੈ ਪਾਠ ਕੀ ਜੀ ਸ੍ਰੀ ਸਹਿਬ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਵਾਲਾ ਜੀ ਮਾਸਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵੇਗ ਦਾਨ ਸਾਹ ਦਾਨ ਤੁਸਾ ਦਾਨ ਦਾਨਾ ਸਰਦਾਨਾ ਮਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਸਥਾਨ ਚੌਂਕੀਆਂ ਝੰਡੇ ਵੰਗੇ ਜਗੋ ਜਗੋ ਟਲ ਧਰਮ ਕਾ ਜੈਕਾਰ ਬੁਲਾ ਜੀ ਆਪ ਸਿੱਖਾਂ ਦਾ ਮਾਨੀਆਂ ਮਾਤਾ ਜੀ ਮਾਤ ਪਾਤਾ ਰਾਖਾ ਕਾਲ ਮੁਖਵਾਏ ਗੁਰ ਖਾਲਸਾ
ਕਰ ਦਿਓ ਸਦਾ ਸਹਾਇਤਾ ਤੁਹਾਡੀਓ ਸ਼੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪਿਆਰੇ ਪੰਥ ਖਾਲਸਾ ਸਾਹਿਬ ਜੀ ਨੂੰ ਛੋੜਿਆ ਗਿਆ ਹੈ ਪਹਿਲਾਂ ਦੇ ਖੁੱਲੇ ਦਰਸ਼ਨ ਦਾ ਸੇਵਾ ਸਮਾਨ ਦਾ ਨਾਲ ਪਿਆਰੇ ਖਾਲਸਾ ਸਾਹਿਬ ਜੀ ਮਨ ਚੋ ਹਿਨ ਮਾਣੇ ਨਮਾਨ ਤਾਣੇ ਨਿਤਾਨ ਨਿਉਕਿਆ ਦਿਓ ਤਾਨਾ ਧਨ ਸਿੰਘ ਸਿਮਰ ਦਿਓ ਆਪ ਗੁਰਬਾਣੀ ਦੇ ਮਹਾਂਮਤਿ ਆਖਣ ਜਿਹਾ ਕੀ ਲਿਖਿਆ ਤੇ ਰਹਿ ਹੁਕਮਾਏ ਕੱਲੇ ਆਵੇ ਨਾਨਕਾ ਸਦੇ ਉੱਤੇ ਜਾਏ ਦਾ ਆਵਾ ਕਾਂਸਾ ਸਰਬਜੋ ਸਾਡੇ ਸਤਿਕਾਰ ਜੋ ਵੀਰ ਸਵਾਗ ਵਾਸੀ ਸਰਦਾਰ ਤਰਸੇਮ ਸਿੰਘ ਜੀ ਚਾਲ ਸਪੁੱਤਰ ਸਰਦਾਰ ਪ੍ਰੀਤਮ ਸਿੰਘ ਚਾਹ ਮਾਤਾ ਚਰਨ ਕੌਰ ਚਾਲ ਸਰਬਜੋ ਆਪ ਜੀ ਦੀ ਦਿੱਤੀ ਹੋਈ ਆਗਿਆ ਨੂੰ ਭੁੱਲਦਿਆ ਹੋਇਆ ਪਰਿਵਾਰ ਨੂੰ ਸਦੀਵ ਵੀ ਥੋੜਾ ਦੇ ਗਏ ਹਮ ਸਤਿਗੁਰੂ ਤਿੰਨਾਂ ਦਿਨ ਮਿਲਤ ਆਪ ਨੂੰ ਸ਼ਾਂਤੀ ਵਾਸਤੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਸਹਿਜ ਪਾਠ ਇਹਨਾਂ ਦੀ ਗ੍ਰਹਿ ਵਿਖੇ ਆਰੰਭ ਕੀਤੇ ਗਏ ਸੰਤ ਸਤਿਗੁਰ ਜੀ ਆਪ ਦੀ ਅਪਾਰ ਕਿਰਪਾ ਬਖਸ਼ਿਸ਼ ਸਦਕਾ ਸੰਪੂਰਨ ਭੋਗ ਪਾਏ ਗਏ ਹਨ ਇਸ ਤੋਂ ਉਪਰੰਤ ਖੁੱਲੇ ਪੰਡਾਲਾਂ ਵਿੱਚ ਸਤਿਗੁਰ ਜੀ ਆਪ ਦੀ ਸ਼ੋਭਾ ਹੋਏ ਹੋ ਇਸ ਤੋਂ ਉਪਰੰਤ ਵੈਰਾਗਮਈ ਸ਼ਬਦ ਕੀਰਤਨ ਰਾਗੀ ਜਥਿਆਂ ਵੱਲੋਂ ਕੀਤਾ ਗਿਆ ਹੈ ਛੇ ਪੌੜੀਆਂ ਨਾਲ ਸਿੱਧ ਬਾਣੀ ਦਾ ਜਾਪ ਕੀਤਾ ਗਿਆ ਹੈ ਪੜੀਆਂ ਸੁਣੀਆਂ ਬਾਣੀਆਂ ਸ਼ੁੱਧ ਸਪਾਠ ਕਰਕੇ ਸੱਤ ਖੰਡ ਵਿਖੇ ਪ੍ਰਵਾਨ ਕਰਨੀਆਂ ਬਾਣੀਆਂ ਦਾ ਸੰਪੂਰਨ ਭਾਵ ਇਸ ਵਿਛੜੀ ਹੋਈ ਆਤਮਾ ਦੇ ਲੇਖੇ ਲਾਉਣਾ ਸਤਿਗੁਰ ਜੀਓ ਵਿਛੜੀ ਹੋਈ ਆਤਮਾ ਨੂੰ ਆਵਾਗਮਨ ਦੇ ਚੱਕਰਾਂ ਚੋਂ ਬਚਾ ਕੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਸਤਿਗੁਰ ਜੀਓ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵਿਚਰਦਿਆਂ ਹੋਇਆਂ ਅਨੇਕਾਂ ਪ੍ਰਕਾਰਾਂ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਇਸ ਚੀਜ਼ ਤੋਂ ਸਤਿਗੁਰ ਜੀਓ ਆਪ ਜੀ ਨੇ ਆਪਣੇ ਅੰਜਾਮ ਦਿੱਤੇ ਸੰਤ ਮਾਫ਼ ਕਰਨਾ ਇਸ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਸਤਿਗੁਰ ਜੀ ਸੇਵਕ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਵਾਸਤੇ ਸਤਿਗੁਰ ਜੀ ਕੜਾ ਪ੍ਰਸ਼ਾਦ ਦੇਗਾਂ ਸਜ ਕੇ ਹਾਜ਼ਰ ਹਨ ਬਣ ਕੇ ਲੰਗਰ ਹਾਜ਼ਰ ਹਨ ਸਤਿਗੁਰ ਜੀ ਦੇਹ ਲੰਗਰ ਆਪਣੇ ਦਾ ਪ੍ਰਵਾਨ ਹੋਈ ਦਾ ਪ੍ਰਵਾਨ ਹੋਇਆ ਲੰਗਰ ਪ੍ਰਸਾਦ ਸਾਸ ਜੀ ਕੀ ਰਸਮੀ ਲਾਇਕ ਹੋਈ ਜੋ ਜੋ ਛਕੇ ਸਾਸ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਤਿਗੁਰ ਜੀ ਇਸ ਤੋਂ ਤਾਂ ਇਹਨਾਂ ਦੇ ਸਮੂਹ ਪਰਿਵਾਰ ਸਤਿਗੁਰ ਜੀ ਚਾਲ ਪਰਿਵਾਰ ਸਤਿਗੁਰ ਜੀ ਜਿਹਨਾਂ ਆਏ ਹੋਏ ਸਾਖੀ ਸੰਬੰਧਾਂ ਨੂੰ ਪਾਣਾ ਮੰਨਣ ਦਾ ਬਹੁਤ ਬਖਸ਼ਿਸ਼ ਕਰਨਾ ਸਤਿਗੁਰ ਜੀਓ ਤੇ ਇਹਨਾਂ ਦੇ ਸਮੂਹ ਬਾਲ ਬਾਣੀ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਸਤਿਗੁਰ ਜੀਓ ਇਹਨਾਂ ਦੇ ਪਾਏ ਹੋਏ ਪੁੰਨਿਆਂ ਉੱਪਰ ਚੱਲਣ ਲਈ ਬਾਲ ਬੁੱਧੀ ਉੱਤੋਂ ਬਖਸ਼ਿਸ਼ ਕਰਨੀ ਸਤਿਗੁਰ ਜੀ ਆਈਆਂ ਹੋਈ ਸੰਗਤਾਂ ਨੂੰ ਸੇਵ ਪਰਿਵਾਰਾਂ ਨੂੰ ਆਪਣੇ ਪਵਿੱਤਰ ਹੁਕਮਨਾਮ ਬਖਸ਼ ਕੇ ਨਿਹਾਲ ਕਰੋ ਤੇ ਹੁਕਮਨਾਮੇ ਤੋਂ ਚੱਲਣ ਦੀ ਬਾਲ ਬੁੱਧੀ ਉੱਤੋਂ ਬਖਸ਼ਿਸ਼ ਕਰੋ ਸੇ ਪਿਆਰੇ ਮੇਰੀ ਮੇਰਾ ਮੈਂ ਪ੍ਰਣਾਮ ਕੀਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੋਲੇ ਸੋਨਿਆ ਦੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਹਿਬ ਜੀਓ ਜਿਹਾ ਕੀ ਲਿਖਿਆ ਤੇ ਹੁਕਮਾਈ ਕੱਲੇ ਆਵੇ ਨਾਨਕਾ ਸਦੇ ਉੱਤੇ ਜਾਈ
ਸੱਜਣਾ ਸੱਚਾ ਪਾਤਸ਼ਾਹ ਸ਼ੇਰ ਸ਼ਾਹ ਦੀ ਸ਼ਾਹ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੀ ਸਾਹ ਜੈ ਸ੍ਰੀ ਮਹਿਲਾ ਨਵਾ ਹਰ ਜੂ ਰਾਖ ਲਿਹੋ ਪਤ ਮੇਰੀ ਜਮ ਕੋ ਤ੍ਰਾਸ ਪਿਓ ਪਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਹਰ ਜੀਉ ਰਾਖ ਲਿਹੋ ਪਤ ਮੇਰੀ ਜਮ ਕੋ ਤ੍ਰਾਸ ਪਿਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾ ਮਹਾਪਤਤ ਮੁਗਦ ਲੋਭੀ ਪਨ ਕਰਤੇ ਪਾਪਿਆ ਬਿਹਾਰ ਪੈ ਮਰਦੇ ਕਾ ਵਿਸਰਤ ਨਾਹਿਨ ਤੈ ਚਿੰਤਾ ਤਨ ਜਾਰਾ ਕੀਏ ਉਪਾਉ ਮੁਕਤ ਕੈ ਕਾਰਨ ਕਟ ਹੀ ਪੀਤਰ ਵਸੇ ਨਿਰੰਜਨ ਕਾਂਕੋ ਮਰਮ ਨ ਪਾਇਆ ਨਾਹਿਨ ਗੁਰ ਨਾਹਿਨ ਕਚ ਜਪ ਤਪ ਕੌਣ ਕਰਮ ਅਬ ਕੀਜੇ ਨਾਨਕ ਹਾਰ ਪਰਿਓ ਸਰਨਾਗਤ ਆਬੇ ਪਾਦਾਨ ਪ੍ਰਭ ਦੀਜੇ ਨਾਹਿਨ ਗੁਣ ਨਾਹਿਨ ਕਚ ਜਪ ਤਪ ਕੌਣ ਕਰਮ ਅਬ ਕੀਜੇ ਨਾਨਕ ਹਾਰ ਪਰਿਓ ਸਰਨਾਗਤ ਆਬੇ ਦਾਨ ਪ੍ਰਭ ਦੀਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਜੀ ਮੱਡੀ ਜੋ ਸਾਡੇ ਕੋਲ ਪਹੁੰਚੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਸਭ ਤੋਂ ਤੇ ਹਜ਼ੂਰੀ ਵਿੱਚ ਆ ਕੇ ਸਾਡੇ ਵੀਰ ਸਰਦਾਰ ਤਰਸੇਮ ਸਿੰਘ ਜੀ ਚਾਰ ਇਹਨਾਂ ਦੇ ਮਿੰਟ ਸਰਦਾਰ ਦੇ ਫੁੱਲ ਅਰਪਣ ਕਰਨ ਸਰਦਾਰ ਨਾਨਾ ਸਿੰਘ ਜੀ ਮੱਡੀ ਇੱਧਰ ਆ ਜਾਓ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਿਰਾਜਮਾਨ ਸਮੂਹ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਬਹੁਤ ਹੀ ਦੁਖਦਾਈ ਸਮੇਂ ਤੇ ਗੁਰੂ ਮਹਾਰਾਜ ਦਾ ਉਹ ਆਸਰਾ ਲਿਆ ਹੈ ਕਿ ਸਾਡੇ ਬਹੁਤ ਹੀ ਪਿਆਰੇ
ਤਰਸੇਨ ਸਿੰਘ ਜੀ ਚਾਹਿਆ ਹੈ, ਜੋ ਕਿ ਬਹੁਤ ਹੀ ਵਧੀਆ ਸੱਜਣ ਸਨ, ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਆਪਾਂ ਸਾਰੇ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਆਏ ਹਾਂ। ਸਰਦਾਰ ਤਰਸੇਮ ਸਿੰਘ ਜੀ ਚਾਹਲ ਦਾ ਇਸ ਅਕਹਿ ਤੇ ਅਸਹਿਜ ਵਿਛੋੜਾ ਜੋ ਸਾਡੇ ਚਾਹਲ ਪਰਿਵਾਰ ਨੂੰ ਹੋਇਆ, ਸਾਡੇ ਸਮਾਜ ਨੂੰ ਹੋਇਆ, ਸਾਡੀ ਸੁਸਾਇਟੀ ਨੂੰ ਹੋਇਆ, ਮੈਂ ਸਮਝਦਾ ਇਹ ਕਦੇ ਪੂਰਾ ਨਹੀਂ ਹੋ ਸਕਦਾ ਕਿ ਚਾਹਲ ਪਰਿਵਾਰ ਜੋ ਕਿ ਬਹੁਤ ਹੀ ਸੁਗੜ ਤੇ ਸਿਆਣਾ ਪਰਿਵਾਰ ਹੈ, ਸਾਡੇ ਸਮਾਜ ਦੀ ਹਰ ਪੱਖ ਤੋਂ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਵਿਦਿਅਕ ਦੇ ਖੇਤਰ ਵਿੱਚ ਜੋ ਸੇਵਾ ਕਰਦਾ ਹੈ, ਇਸੇ ਹੀ ਤਰ੍ਹਾਂ ਜਿਵੇਂ ਕਿ ਆਪ ਸਾਰੇ ਜਾਣਦੇ ਹੋ ਕਿ ਇੰਡੀਆ ਦੇ ਵਿੱਚ ਇਹਨਾਂ ਦਾ ਵਿਸ਼ਾਲ ਅਦਾਰਾ ਹੈ, ਠੀਕ ਇਸੇ ਤਰ੍ਹਾਂ ਵਿਦੇਸ਼ ਦੇ ਵਿੱਚ ਵੀ ਇੰਗਲੈਂਡ, ਕਨੇਡਾ, ਅਬਰੋਡ ਦੇ ਵਿੱਚ ਹੋਰ ਵੀ ਇਹਨਾਂ ਦੇ ਸਮਾਜ ਦੀ ਉੱਥੋਂ ਦੀ ਸੱਭਿਅਤਾ ਨੂੰ ਪੰਜਾਬੀ ਰੂਪ ਦੇਣਾ ਉਹ ਚਾਹਲ ਪਰਿਵਾਰ ਦੇ ਹਿੱਸੇ ਆਇਆ ਹੈ। ਮੈਂ ਸਮਝਦਾ ਕਿ ਸੁਖਦੇਵ ਸਿੰਘ ਚਾਹਲ ਸਾਡੀ ਸੱਭਿਅਤਾ ਨੂੰ ਕੈਨੇਡਾ ਦੀ ਧਰਤੀ ਤੇ ਵਿਕਸਿਤ ਕਰਨ ਵਿੱਚ ਜਾਂ ਉੱਥੋਂ ਦੇ ਸਿਸਟਮ ਨੂੰ ਪੰਜਾਬੀ ਰੂਪ ਰੇਖਾ ਦੇਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਭਾਵੇਂ ਕਿ ਸੁਖਦੇਵ ਸਿੰਘ ਚਾਹਲ ਇੰਡੀਆ ਦੇ ਵਿੱਚ ਵੀ ਆਉਂਦੇ ਰਹਿੰਦੇ ਸਨ, ਪਰ ਜਦੋਂ ਇਹ ਕੈਨੇਡਾ ਦੀ ਧਰਤੀ ਤੋਂ ਇੰਡੀਆ ਆਉਂਦੇ ਸਨ ਤਾਂ ਅਸੀਂ ਉੱਥੇ ਮਹਿਸੂਸ ਕਰਦੇ ਸੀ ਕਿ ਸਾਡਾ ਜੋਟਾ ਵੀ ਜੋ ਇੰਡੀਆ ਗਿਆ ਹੈ ਉਹ ਸਾਡੇ ਕੈਨੇਡਾ ਦੀ ਧਰਤੀ ਨੂੰ ਥੋੜ੍ਹਾ ਜਿਹਾ ਘੱਟ ਸਮਾਂ ਦੇਵੇਗਾ। ਪਰ ਜਿਵੇਂ ਕਿ ਇੱਥੇ ਇੰਡੀਆ ਦੇ ਵਿੱਚ ਤਰਸੇਮ ਸਿੰਘ ਹੁਣੀ ਆਪਣਾ ਕਾਰੋਬਾਰ ਦੇਖਦੇ ਸਨ ਤੇ ਉੱਥੇ ਕੈਨੇਡਾ ਦੀ ਧਰਤੀ ਤੇ ਸੁਖਦੇਵ ਸਿੰਘ ਚਾਹਲ ਸਾਡੀ ਸੱਭਿਅਤਾ ਨੂੰ ਕਾਇਮ ਰੱਖਣ ਦੇ ਵਿੱਚ ਯੋਗਦਾਨ ਪਾਉਂਦੇ ਸਨ। ਮੈਂ ਸਮਝਦਾ ਕਿ ਤਰਸੇਮ ਸਿੰਘ ਦੇ ਚਲੇ ਜਾਣ ਨਾਲ ਸੁਖਦੇਵ ਸਿੰਘ ਨੂੰ ਹੁਣ ਹੋਰ ਵੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ ਤੇ ਪਰਮਾਤਮਾ ਅੱਗੇ ਬੇਨਤੀ ਹੈ ਕਿ ਇਸ ਚਾਹਲ ਪਰਿਵਾਰ ਨੂੰ ਸਾਡੇ ਸਮਾਜ ਦੀ ਪਿਛਲੇ ਸਮੇਂ ਦੀ ਤਰ੍ਹਾਂ ਹੀ ਸਮਾਜ ਦੀ ਸੇਵਾ ਵਿੱਚ ਹਿੱਸਾ ਲੈਣ ਦਾ ਪਰਮਾਤਮਾ ਬਲ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ, ਬੱਚੇ ਬੱਚਿਆਂ ਨੂੰ, ਰਿਸ਼ਤੇਦਾਰਾਂ ਨੂੰ, ਆਪ ਸਰੂਪ ਸਾਧ ਸੰਗਤ ਨੂੰ ਵਾਹਿਗੁਰੂ ਬਲ ਬਖਸ਼ੇ ਕਿ ਇਸ ਦੁੱਖ ਦੇ ਸਮੇਂ ਵਿੱਚ ਜੋ ਇਹ ਦੁੱਖ ਦੀ ਘੜੀ ਚਾਹਲ ਪਰਿਵਾਰ ਤੇ ਆਈ ਹੈ ਪਰਮਾਤਮਾ ਆਪ ਸਹਾਈ ਹੋਣ ਤੇ ਇਸ ਦੁੱਖ ਦੇ ਸਮੇਂ ਵਿੱਚ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਮੇਹ ਪਰਿਹਾਰ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਨ੍ਹਾਂ ਨੇ ਸੋਹਣੇ ਸ਼ਬਦਾਂ ਦੇ ਵਿੱਚ ਸ਼ਰਧਾ ਦੇ ਕੁੱਲ ਅਰਪਣ ਕੀਤੇ ਹਨ। ਹੁਣ ਮੈਂ ਵੀ ਸਰਦਾਰ ਤਜਿੰਦਰ ਸਿੰਘ ਜੀ ਰਾਮਪੁਰ ਜਿਨ੍ਹਾਂ ਨੂੰ ਬੇਨਤੀ ਕਰਾਂਗਾ ਕਿ ਕੁਛ ਸਮੇਂ ਵਾਸਤੇ ਉਹ ਵੀ ਆ ਕੇ ਸੰਗਤਾਂ ਦੇ ਵਿੱਚ ਆਪਣੇ ਸ਼ਰਧਾ ਦੇ ਕੁੱਲ ਭੇਟ ਕਰਨ। ਚਰਨਾਂ ਵਿੱਚ ਬੈਠੇ ਸਮੂਹ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਸ਼ੱਕ ਸਮੂਹ ਰੂਪ ਵਿੱਚ ਅਰਦਾਸ ਕਰਕੇ ਉਸ ਵਿਛੜੀ ਆਤਮਾ ਨੂੰ ਆਪਾਂ ਸ਼ਰਧਾਂਜਲੀ ਦਿੱਤੀ ਹੈ। ਛੇ ਗੁਰੂ ਸਭਾ 15 ਭਗਤਾਂ ਦੀ ਬਾਣੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹਨ। ਵਿਦਵਾਨ ਲੋਕ ਕੀਰਤਨ ਕਰਕੇ ਗਏ ਨੇ, ਪਰਮੇਸ਼ਰ ਦਾ ਇਸ ਤੋਂ ਅੱਗੇ ਸ਼ਾਇਦ ਕੋਈ ਲਫ਼ਜ਼ ਨਹੀਂ ਹੋ ਸਕਦਾ, ਨਹੀਂ ਕਿਹਾ ਜਾ ਸਕਦਾ। ਪਰ ਅਸੀਂ ਸਮਾਜਿਕ ਲੋਕ ਹਾਂ, ਸਾਡੇ ਸਮਾਜਿਕ ਸਰੋਕਾਰ, ਸਮਾਜਿਕ ਸਾਂਝ, ਉਹਦੇ ਬਾਰੇ ਜ਼ਰੂਰ ਅਸੀਂ ਕੁਛ ਗੱਲਾਂ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਉਸ ਵਿਛੜੀ ਆਤਮਾ ਨੂੰ ਸ਼ਰਧਾ ਦੇ ਫਲ ਭੇਟ ਕਰਦਾ ਹਾਂ। ਚਾਹਲ ਪਰਿਵਾਰ ਦਾ ਸਾਂਝ ਲੰਬੇ ਸਮੇਂ ਤੋਂ ਬਣੀ ਹੈ। ਸਰਦਾਰ ਸੁਖਦੇਵ ਸਿੰਘ ਜੀ ਚਾਹਲ, ਉਹਨਾਂ ਨਾਲ ਅਕਸਰ ਹੀ ਮਿਲਣ ਦਾ ਮੌਕਾ ਮਿਲਦਾ ਰਹਿੰਦਾ ਹੈ, ਬਾਹਰ ਵਿਦੇਸ਼ ਵਿੱਚ ਵੀ ਇੱਥੇ। ਮਲੀ ਸਾਹਿਬ ਨੇ ਜ਼ਿਕਰ ਕੀਤਾ, ਹਰ ਇਨਸਾਨ ਆਉਂਦਾ ਹੈ ਇਸ ਦੁਨੀਆਂ 'ਤੇ ਆਪਣੀ ਸਮਰੱਥਾ ਮੁਤਾਬਕ, ਆਪਣਾ ਯੋਗਦਾਨ ਪਾਉਂਦਾ ਹੈ। ਇਸ ਪਰਿਵਾਰ ਨੇ ਵਡਮੁੱਲਾ ਯੋਗਦਾਨ ਪਾਇਆ, ਜਿੱਥੇ ਮਲੀ ਸਾਹਿਬ ਨੇ ਦੱਸਿਆ ਵਿਦੇਸ਼ਾਂ ਵਿੱਚ ਜਾ ਕੇ ਬਹੁਤ ਬਹੁਤ ਸਖ਼ਤ ਮਿਹਨਤ ਕਰ ਸੰਘਰਸ਼ ਕਰਕੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਹੈ। ਉੱਥੇ ਪੰਜਾਬ ਦੀ ਤਰੱਕੀ ਵਿੱਚ ਬਹੁਤ ਬਹੁਤ ਅਹਿਮ ਯੋਗਦਾਨ ਪਾਇਆ ਹੈ। ਮੈਂ ਸਮਝਦਾ ਸ਼ਾਇਦ ਅਸੀਂ ਪੰਜਾਬ ਵਾਸੀ, ਅਸੀਂ ਭਾਰਤ ਵਾਸੀ, ਸਾਡੇ ਇਹਨਾਂ ਵੀਰਾਂ ਦਾ ਉਹਨਾਂ ਸਨਮਾਨ, ਉਹਨਾਂ ਮਾਣ ਨਹੀਂ ਕਰਦੇ ਜਿੰਨਾ ਇਹਨਾਂ ਲੋਕਾਂ ਨੇ ਪਿੱਛੇ ਸਾਡੇ ਲਈ ਕੀਤਾ। ਇਨਸਾਨ ਮੋਟੇ ਰੂਪ ਵਿੱਚ ਮੈਂ ਗੱਲ ਕਰ, ਅਸੀਂ ਦੋ ਤਰ੍ਹਾਂ ਦੇ ਸਿਸਟਮ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਾਂ। ਇੱਕ ਕੁਦਰਤ ਦਾ ਬਣਾਇਆ ਸਿਸਟਮ, ਇੱਕ ਇਨਸਾਨ ਦਾ ਆਪਣਾ ਬਣਾਇਆ ਸਿਸਟਮ, ਜਿਸ ਵਿੱਚ ਸਾਡੇ ਸਮਾਜਿਕ ਸਰੋਕਾਰ, ਧਰਮ, ਰਾਜਨੀਤੀ, ਵੱਖ ਵੱਖ ਗੱਲਾਂ ਆਉਂਦੀਆਂ। ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਉਸ ਕੁਦਰਤ ਨੇ ਜਿੱਥੇ ਇਹ ਸ੍ਰਿਸ਼ਟੀ ਪੈਦਾ ਕੀਤੀ, ਵੱਖ ਵੱਖ ਤਰ੍ਹਾਂ ਦੇ ਜੀਵ ਜੰਤੂ ਪੈਦਾ ਕੀਤੇ, ਇਨਸਾਨ ਦੇ ਰੂਪ ਵਿੱਚ ਅਸੀਂ ਸਾਰੇ ਮੌਜੂਦ। ਇਨਸਾਨ ਦਾ, ਹਰ ਇਨਸਾਨ ਦਾ ਫਰਜ਼ ਹੈ, ਔਰ ਜਿਸ ਤਰ੍ਹਾਂ ਦਾ ਸਾਡਾ ਜੀਵਨ ਦਿੱਤਾ, ਲੱਖਾਂ ਕਰੋੜਾਂ ਤਰ੍ਹਾਂ ਦੇ ਜੀਵ ਜੰਤੂ ਪੈਦਾ ਕੀਤੇ, ਉਸੇ ਤਰ੍ਹਾਂ ਦਾ ਖਾਣ ਪੀਣ, ਰਹਿਣ ਸਹਿਣ ਦਾ ਉਹਨੂੰ ਸਾਰਾ ਕੁਛ ਬਖਸ਼ਿਆ। ਮੋਟੇ ਰੂਪ ਵਿੱਚ ਗੱਲ ਕਰ, ਅਸੀਂ ਇਸ ਧਰਤੀ ਤੇ ਜੀਵਨ ਬਤੀਤ ਕਰ ਰਹੇ ਹਾਂ, ਹਵਾ, ਪਾਣੀ, ਵੱਖ ਵੱਖ ਤਰ੍ਹਾਂ ਦੇ ਸਾਨੂੰ ਖਾਣ ਪੀਣ ਦੀਆਂ ਜੜੀਆਂ ਬੂਟੀਆਂ, ਅਲੱਗ ਅਲੱਗ ਬਹੁਤ ਕੁਛ ਨਿਰਮਤਾ ਦਿੱਤੀਆਂ ਨੇ ਇਸ ਪੁਰਾਣ। ਪਰ ਬਦਕਿਸਮਤ ਦੀ ਗੱਲ ਹੈ, ਅਸੀਂ ਦੂਜੇ ਜੀਵਾਂ ਦੀ ਰਾਖੀ ਕਰਨੀ ਸੀ। ਇਨਸਾਨ ਕੋਲ
ਕਿਉਂਕਿ ਸਭ ਤੋਂ ਸਮਰੱਥ ਜੀ ਵੀ ਇਸ ਧਰਤੀ ਦਾ, ਪਰ ਇਨਸਾਨ ਅੱਜ ਆਪਣੇ ਲਈ ਹੀ ਆਪਣੀ ਖੁਦਗਰਜ਼ੀ ਵਿੱਚ ਆਪਣੇ ਜੀਵਨ ਨੂੰ ਹੀ ਖਤਰੇ ਵਿੱਚ ਪਾ ਰਿਹਾ। ਮੇਰਾ ਇੱਕ ਸਵਾਲ ਹੈ, ਇਸ ਹਵਾ ਔਰ ਪਾਣੀ ਤੋਂ ਬਗੈਰ ਇਸ ਧਰਤੀ ਤੇ ਜੀਵਨ ਸੰਭਵ ਨਹੀਂ। ਅੱਜ ਸਾਡੇ ਕੋਲ ਦੋ ਦਰਿਆ ਨੇ, ਪਰ ਦਰਿਆ ਨੇ ਸਤਲੁਜ ਇਸ ਵੇਲੇ ਗੰਦਾ ਨਾਲਾ ਬਣਿਆ। ਹਵਾ ਅਸੀਂ ਪ੍ਰਦੂਸ਼ਿਤ ਕਰ ਲਿਆ, ਪਾਣੀ ਅਸੀਂ ਪ੍ਰਦੂਸ਼ਿਤ ਕਰ ਲਿਆ। ਕਿਸ ਤਰ੍ਹਾਂ ਅਸੀਂ ਆਉਣ ਵਾਲੀਆਂ, ਮੇਰਾ ਜਿਹੜਾ ਸਵਾਲ ਸੀ, ਆਉਣ ਵਾਲੀਆਂ ਨਸਲਾਂ ਲਈ ਕਿਸ ਤਰ੍ਹਾਂ ਅਸੀਂ ਜੀਵਨ ਸੇਫ ਕਰ ਲਿਆ? ਕਿਉਂਕਿ ਸਾਇੰਸ ਜਿੰਨੀ ਮਰਜ਼ੀ ਤਰੱਕੀ ਕਰ ਲਵੇ, ਹਵਾ ਔਰ ਪਾਣੀ ਜਾਂ ਜੋ ਕੁਦਰਤ ਦੀਆਂ ਨਿਮਤਾਂ, ਉਹਦਾ ਕੋਈ ਬਦਲ ਨਹੀਂ ਇਸ ਧਰਤੀ ਦਾ। ਸੋ ਉਹਨਾਂ ਚੀਜ਼ਾਂ ਨੂੰ ਬਚਾ ਕੇ ਰੱਖਣਾ, ਸੇਫ ਰੱਖਣਾ, ਇਹ ਸਾਡੇ ਲਈ ਵੱਡਾ ਚੈਲੇਂਜ ਹੈ। ਜਿੱਥੇ ਅਸੀਂ ਇਹ ਭਾਈ ਸਾਹਿਬ ਦੀ ਅੰਤਰ ਅਰਦਾਸ ਵਿੱਚ ਬੈਠੇ ਹਾਂ, ਮੌਤ ਤੇ ਇੱਕ ਅਟਲ ਸੱਚਾਈ, ਜਿੰਨਾ ਸਾਨੂੰ ਜੀਵਨ ਮਿਲਿਆ ਜਾਂ ਆਉਣ ਵਾਲੀਆਂ ਨਸਲਾਂ ਆਉਣੀਆਂ, ਕਿ ਉਹਦੇ ਲਈ ਸਾਰਾ ਕੁਛ ਅਸੀਂ ਸੁਰੱਖਿਅਤ ਰੱਖ ਰਹੇ ਹਾਂ, ਇਹ ਸਾਨੂੰ ਸੋਚਣ ਤੇ ਵਿਚਾਰਨ। ਦੱਸੋ ਕਿਹੜਾ ਇਨਸਾਨ ਇੱਥੋਂ ਅੱਜ ਬਾਹਰ ਨਹੀਂ ਜਾਣਾ ਚਾਹੁੰਦਾ? ਇਹ ਸਾਡੇ ਸਿਸਟਮ ਦੀ ਮੈਂ ਗੱਲ ਕਰ ਰਿਹਾ, ਕਿਉਂਕਿ ਉਹ ਵੀ ਸਾਡੇ ਅੱਗੇ ਲੋਕ ਨੇ, ਉਹਨਾਂ ਨੇ ਉਹਨਾਂ ਵਿੱਚ ਸਾਡੇ ਨਾਲ ਮੈਂ ਸਮਝਾਂਗਾ ਇਨਸਾਨੀਅਤ ਵੱਧ ਬਚੀ ਹੈ। ਉਹਨਾਂ ਲੋਕਾਂ ਨੇ ਵਧੀਆ ਸਿਸਟਮ ਅਡਾਪਟ ਕੀਤਾ, ਆਪਣੇ ਕੁਦਰਤੀ ਸਮੇਂ ਬਚਾਏ ਨੇ, ਲੋਕਾਂ ਲਈ ਰੁਜ਼ਗਾਰ ਦੇ ਸਾਧਨ ਵੱਧ ਪੈਦਾ ਕੀਤੇ ਨੇ, ਪਰ ਅਸੀਂ ਇਹਨਾਂ ਗੱਲਾਂ ਵਿੱਚ ਫੇਲ ਹੋਏ ਹਾਂ। ਸਾਡਾ ਉਹ ਸਿਸਟਮ, ਆਪਣਾ ਬਣਾਇਆ ਸਿਸਟਮ ਅੱਜ ਫੇਲ ਹੋਇਆ, ਤਾਂ ਇਹ ਨੌਬਤ ਆਈ ਹੈ। ਅੱਜ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ, ਬੇਸ਼ੱਕ ਆਰਥਿਕਤਾ ਵਿੱਚ ਵੱਡਾ ਯੋਗਦਾਨ ਹੈ ਇਹਨਾਂ ਲੋਕਾਂ ਦਾ, ਇਹਨਾਂ ਦਾ ਕੋਈ ਕਸੂਰ ਨਹੀਂ। ਇਹ ਲੋਕ ਪੰਜਾਬ ਲਈ ਤਤਪਰ ਨੇ ਇੱਥੇ ਕਰਨ ਲਈ, ਪਰ ਉਹਨਾਂ ਨੂੰ ਲਾ ਆਰਡਰ, ਉਹਨਾਂ ਨੂੰ ਮਾਹੌਲ ਦੇਣਾ, ਇਹ ਸਾਡੀ ਜ਼ਿੰਮੇਵਾਰੀ ਹੈ। ਉਸ ਜ਼ਿੰਮੇਵਾਰੀ ਦੇ ਵਿੱਚ ਅੱਜ ਅਸੀਂ ਪੂਰੇ ਨਹੀਂ ਉਤਰ ਸਕੇ, ਇਹ ਗੱਲਾਂ ਵੀ ਸਾਡੇ ਲਈ ਵਿਚਾਰਨਯੋਗ ਹੈ। ਸੋ ਮੈਂ, ਤੁਸੀਂ ਸੂਝਵਾਨ ਲੋਕ ਬੈਠੇ ਹੋ, ਮੈਂ ਜ਼ਿਆਦਾ ਨਹੀਂ ਕਹਿ ਸਕਦਾ, ਮੇਰਾ ਨਾਲ ਸਿਆਣੇ ਨੇ ਬਹੁਤ ਲੋਕ, ਪਰ ਇਹ ਜ਼ਰੂਰ ਸਾਡੇ ਲਈ ਵਿਚਾਰਨ ਵਾਲੀਆਂ ਗੱਲਾਂ। ਆਉਣ ਵਾਲਾ ਜਿਹੜਾ ਸਮਾਂ, ਉਹ ਸਾਡੇ ਨਿੱਜੀ ਮੁਫਾਦਾਂ ਤੋਂ ਉੱਪਰ ਉੱਠ ਕੇ, ਨਿੱਜੀ ਰਜਿਸ਼ਾਂ ਚੋਂ ਉੱਪਰ ਉੱਠ ਕੇ, ਸਾਡੀਆਂ ਖੁਦਗਰਜ਼ੀਆਂ ਛੱਡ ਕੇ, ਸਮੁੱਚੀ ਮਾਨਵਤਾ ਦੇ ਭਲੇ ਲਈ ਅਸੀਂ ਸੋਚੀਏ, ਤਾਂ ਅਸੀਂ ਸਾਡਾ ਸਮਾਜ ਇਹ ਤਰੱਕੀ ਕਰ ਸਕਦਾ, ਉਹਨਾਂ ਦੇਸ਼ਾਂ ਦੇ ਬਰਾਬਰ ਆ ਸਕਦਾ। ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਉਹ ਵਿਛੜੀ ਆਦੀਆਂ ਨੂੰ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਅਰਦਾਸ ਕਰਦਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਿ ਪਰਮਾਤਮਾ ਸਾਨੂੰ ਸਮਰੱਥ ਬਖਸ਼ੇ, ਅਸੀਂ ਇਹਨਾਂ ਗੱਲਾਂ ਦੇ, ਇਹਨਾਂ ਬੁਰਾਈਆਂ ਦਾ ਟਾਕਰਾ ਕਰਨ ਲਈ ਸਮਰੱਥ ਹੋ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੀੜਤਾ ਜਿਨ੍ਹਾਂ ਨੇ ਬਹੁਤ ਸੋਹਣੇ ਸ਼ਬਦਾਂ ਵਿੱਚ ਵਾਤਾਵਰਨ ਅਤੇ ਜੀਵਾਂ ਦੇ ਬਾਰੇ ਦੱਸਿਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਾਡਾ ਸਮਾਜ ਇਹਨਾਂ ਚੀਜ਼ਾਂ ਨੂੰ ਅਪਣਾ ਸਕੇ। ਸੋ ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਸੁਖਦੇਵ ਸਿੰਘ ਚਾਲ, ਉਹ ਵੀ ਕੁਛ ਸੁਖਵਿੰਦਰ ਸਿੰਘ ਚਾਲ, ਉਹ ਕੁਛ ਸਮੇਂ ਵਾਸਤੇ ਸਤਿਗੁਰੂ ਜੀ ਦੇ ਹਜ਼ੂਰੀ ਵਿੱਚ ਸ਼ਰਧਾ ਦੇ ਭਰ ਸਿੰਘ ਜੀ ਦਾ ਛੋਟਾ ਭਰਾ, ਚਾਚਾ ਜੀ ਦਾ ਪੁੱਤਰ ਸੁਖਵਿੰਦਰ ਸਿੰਘ,
ਮੇਰੀ ਜ਼ਿੰਮੇਵਾਰੀ ਲੱਗੀ ਸੀ ਕਿ ਮੈਂ ਆਏ ਹੋਏ ਇਸ ਵੱਡੇ ਪਰਿਵਾਰ ਦਾ ਧੰਨਵਾਦ ਕਰਾਂ ਕਿ ਉਹਨਾਂ ਨੇ ਸਾਡੇ ਦੁੱਖ ਨੂੰ ਥੋੜ੍ਹਾ ਹਲਕਾ ਕੀਤਾ ਆ। ਪਰ ਪਿੱਛੋਂ ਪਤਾ ਲੱਗਿਆ ਕਿ ਟਾਈਮ ਕਾਫੀ ਹੋ ਗਿਆ ਅਤੇ ਮੈਂ ਸੋਚਿਆ ਕਿ ਇਸ ਮੈਂ ਰਹਿਣ ਦੇਣ ਆਇਆ ਕਿਉਂਕਿ 10-15 ਮਿੰਟ ਹੋਰ ਲੇਟ ਹੋ ਜਾਣਾ। ਪਰ ਤਜਿੰਦਰ ਸਿੰਘ ਜੀ ਹੁਣ ਜਦੋਂ ਮੈਂ ਬੋਲਦੇ ਦੇਖਿਆ ਤਾਂ ਮੇਰੇ ਕੋਲ ਰਿਹਾ ਨਹੀਂ ਗਿਆ। ਦੋ ਗੱਲਾਂ ਮੈਂ ਆਪ ਜੀ ਨੇ ਕਰਨੀਆਂ ਆ। ਇੱਕ ਤਾਂ ਇਹ ਹੈ ਕਿ ਵੀ ਜਿਹੜਾ ਇਹ ਪਰਿਵਾਰ ਹੈਗਾ ਆ ਚਾਹਲ ਪਰਿਵਾਰ ਤਰਸੇਮ ਸਿੰਘ ਜੀ ਜੋ ਕਿ ਮੇਰੇ ਵੱਡੇ ਭਾਈ ਸਾਹਿਬ ਸਨ, ਜਿਵੇਂ ਮਰਜ਼ੀ ਆਪਾਂ ਜਿੰਨੀ ਮਰਜ਼ੀ ਸਿੱਖਿਆ ਲੈਣੀ ਹੈ ਜਿੰਨਾ ਮਰਜ਼ੀ ਸਾਨੂੰ ਸਮਝਾਇਆ ਜਾਵੇ, ਪਰ ਜਦੋਂ ਆਖਿਰਕਾਰ ਆਪਾਂ ਦੇਵਤੇ ਤਾਂ ਹੈ ਨਹੀਂ, ਇੱਕ ਸਿੰਪਲ ਸਧਾਰਨ ਇਨਸਾਨ ਆ ਅਸੀਂ, ਅਤੇ ਸਾਨੂੰ ਜਦੋਂ ਕਿਸੇ ਪਰਿਵਾਰਕ ਮੈਂਬਰ ਦਾ ਜੋ ਸਾਡੇ ਨਾਲ 50-60 ਸਾਲ 40 ਸਾਲ ਬਤੀਤ ਕਰਕੇ ਜਾਂਦਾ ਹੈ, ਉਸਨੂੰ ਜਦੋਂ ਵਿਛੋੜਾ ਹੁੰਦਾ ਆ ਉਸ ਵਿਛੋੜੇ ਨੂੰ ਬਰਦਾਸ਼ਤ ਕਰਨਾ ਕੋਈ ਬਹੁਤਾ ਆਸਾਨ ਨਹੀਂ ਹੁੰਦਾ। ਜਿਵੇਂ ਅੱਜ ਮਾਤਾ ਚਰਨ ਕੌਰ ਜੀ ਦੀ ਗੱਲ ਕਰਾਂ, ਤੇ ਕੋਈ ਮਾਂ ਜਿਉਂਦੇ ਜੀ ਆਪਣੇ ਜਿਉਂਦੇ ਜੀ ਆਪਣੇ ਪੁੱਤਰ ਦਾ ਵਿਛੋੜਾ ਬਰਦਾਸ਼ਤ ਨਹੀਂ ਕਰ ਸਕਦੀ। ਮੇਰੇ ਹਿਸਾਬ ਨਾਲ ਆਪਾਂ ਉਹਨਾਂ ਦੀ ਪੀੜਾ ਸਮਝ ਨਹੀਂ ਸਕਦੇ, ਸ਼ਾਇਦ ਬਹੁਤ ਮੁਸ਼ਕਿਲ ਹੈ ਦੂਸਰੇ ਦੀ ਪੀੜਾ ਸਮਝਣਾ। ਮੈਨੂੰ ਵੀ 10 ਦਿਨ ਪਹਿਲਾਂ ਤੋਂ ਅੱਜ ਤੋਂ 10 ਦਿਨ ਪਹਿਲਾਂ ਕੋਈ ਰੂਹ ਜਾਂਦੀ ਸੀ, ਕੋਈ ਪੂਰੇ ਹੁੰਦੇ ਸੀ ਤੇ ਕਦੇ ਸ਼ਾਇਦ ਕੱਦ ਤੇ ਜੂ ਵੀ ਨਹੀਂ ਸੀ ਸਰਕੀ, ਲੇਕਿਨ ਪਿਛਲੇ 10 ਦਿਨਾਂ ਦੇ ਵਿੱਚ ਮਹਿਸੂਸ ਹੋਇਆ ਕਿ ਮੈਂ ਆਮ ਜੀਵਾਂ ਦੀ ਤਰ੍ਹਾਂ ਬਹੁਤ ਕਮਜ਼ੋਰ ਹਾਂ। ਤੇ ਜਦੋਂ ਮੇਰੇ ਪਰਿਵਾਰ ਦੇ ਵਿੱਚੋਂ ਉਹ ਸ਼ਖਸ ਗਿਆ ਜਿਸ ਦਾ 40 ਸਾਲ ਮੈਂ ਹਰ ਸਵੇਰੇ ਉੱਠ ਕੇ ਚਿਹਰਾ ਵੇਖਦਾ ਸੀ ਤੇ ਸੌਣ ਤੋਂ ਪਹਿਲਾਂ ਸ਼ਾਮ ਨੂੰ ਮੁਲਾਕਾਤ ਸਾਡੀ ਹੁੰਦੀ ਸੀ, ਇੰਨੇ ਤਕੜੇ ਨਹੀਂ ਅਜੇ ਬੜੇ ਅਸੀਂ ਕਿ ਸਾਡੇ ਅਸੀਂ ਬਹੁਤ ਆਰਾਮ ਨਾਲ ਬਰਦਾਸ਼ਤ ਕਰ ਲਈਏ ਤੇ ਦੁੱਖ ਭਾਰੀ ਹੈ। ਤੇ ਮਾਤਾ ਚਰਨ ਕੌਰ ਜੀ ਉਹਨਾਂ ਨੂੰ ਜੋ ਕਿ ਮੇਰੇ ਤਾਈ ਜੀ ਲੱਗਦੇ ਤੇ ਮੈਂ ਸ਼ਾਇਦ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਮੈਂ ਉਹਨਾਂ ਦਾ ਦਰਦ ਮਹਿਸੂਸ ਕਰਨ ਦੀ ਕੋਸ਼ਿਸ਼ ਕੀਤੀ। ਕਈ ਵਾਰ ਆਪਾਂ ਬੜਾ ਅਣਭੋਲ ਜੇ ਉਹਦੇ ਵਿੱਚ ਇਗਨੋਰ ਕਰ ਦਿੰਦੇ ਹਾਂ, ਜਿਵੇਂ ਮੈਂ ਮੋਢੇ ਬਿਲਕੁਲ ਸਾਫ਼ ਸ਼ਬਦਾਂ 'ਚ ਗੱਲ ਕਰਾਂਗਾ ਕਿ ਤਰਸੇਮ ਸਿੰਘ ਡਰਿੰਕ ਕਰਦੇ ਸੀਗੇ, ਉਹ ਇਹ ਉਹਨਾਂ ਦੀ ਅਸੀਂ ਸੋਚਦੇ ਸੀ ਮਾੜੀ ਆਦਤ ਹੈ। ਠੀਕ ਹੈ ਮਾੜੀ ਆਦਤ ਹੈ, ਪਰ ਸਿਰਫ ਇੰਨੀ ਛੋਟੀ ਜਿਹੀ ਗੱਲ ਪਿੱਛੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਕੋਈ ਫਰਕ ਹੀ ਨਹੀਂ ਪਿਆ ਉਹਦੇ ਜਾਣ ਨਾਲ ਜਾਂ ਰਹਿਣ ਨਾਲ। ਹਰ ਇਨਸਾਨ ਦੇ ਵਿੱਚ ਸ਼ਾਇਦ ਇੱਕ ਆਪਣੇ ਆਪਣਾ ਜੰਗ ਆਪਣੇ ਆਪਣਾ ਘੋਲ ਆ ਆਪਣੇ ਆਪਣਾ ਲੜਾਈ ਹੈ ਉਹ ਲੜ ਰਿਹਾ ਹੈ, ਕੋਈ ਕਿਸੇ ਬੁਰੀ ਆਦਤ ਤੋਂ ਬਚਣ ਵਾਸਤੇ ਲੜ ਰਿਹਾ ਹੈ, ਕੋਈ ਕਿਸੇ ਬੁਰੀ ਆਦਤ ਤੋਂ। ਹਾਂ ਇੰਨਾ ਜ਼ਰੂਰ ਆ ਕਿ ਜੋ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਆ ਉਹ ਜਰਾ ਸਾਹਮਣੇ ਜ਼ਿਆਦਾ ਦਿਸਦਾ ਆ, ਪਰ ਆਪਾਂ ਸਾਰਿਆਂ ਨੂੰ ਪਤਾ ਆ ਆਪਾਂ ਆਪਣੇ ਅੰਦਰ ਕਿੰਨੀਆਂ ਲੜਾਈਆਂ ਲੜ ਰਹੇ ਹਾਂ। ਉਹ ਵੀ ਇੱਕ ਲੜਾਈ ਲੜਦਾ ਸੀਗਾ ਲੇਕਿਨ ਉਸ ਚੀਜ਼ ਤੋਂ ਬਚ ਨਹੀਂ ਸਕਿਆ ਤੇ ਉਹਨੇ ਉਸ ਚੀਜ਼ ਦਾ ਖਿਆਮੇ ਆਜ਼ਾ ਵੀ ਭੁਗਤਿਆ। ਸੋ ਸਾਡਾ ਪਰਿਵਾਰ ਜਿਹੜੇ ਅਸੀਂ ਲੋਕ ਖੂਹਾਂ 'ਤੇ ਰਹਿੰਦੇ ਹਾਂ, ਮੈਂ ਕਹਿੰਦਾ ਹੁੰਦਾ ਸਾਡੀ ਸਾਰੀ ਦੁਨੀਆ ਦੇ ਵਿੱਚੋਂ 0.1% ਤੋਂ ਵੀ ਘੱਟ ਲੋਕ ਨੇ ਜਿਹੜੇ ਸਾਡੀ ਜ਼ਿੰਦਗੀ ਜੀ ਰਹੇ ਆ। ਜਾਂ ਲੋਕ ਸ਼ਹਿਰਾਂ 'ਚ ਰਹਿੰਦੇ ਨੇ ਜਾਂ ਪਿੰਡਾਂ ਵਿੱਚ ਰਹਿੰਦੇ ਨੇ, ਅਸੀਂ ਖੂਹਾਂ 'ਤੇ ਰਹਿੰਦੇ ਹਾਂ, ਜੰਗਲਾਂ ਵਿੱਚ ਰਹਿੰਦੇ ਹਾਂ, ਅਤੇ ਸਾਡੀ ਜਿਹੜੀ ਦੁਨੀਆ ਬਿਲਕੁਲ ਅਲੱਗ ਹੈਗੀ ਆ। ਹੁਣ ਇਸੇ ਦੋ ਘਰ ਰਹਿ ਰਹੇ ਆ ਤੇ ਸਾਡੀ ਦੁਨੀਆ ਸਿਰਫ 7-8 ਬੰਦਿਆਂ ਦੀ ਆ, ਉਹਨਾਂ 7-8 ਦੇ ਵਿੱਚੋਂ ਇੱਕ ਦਾ ਤੁਰ ਜਾਣਾ ਉਹ ਜਿੱਦਾਂ ਦਾ ਮਰਜ਼ੀ ਹੋਵੇ ਸਾਡੇ ਵਾਸਤੇ
ਉਹ ਬਰਦਾਸ਼ਤ ਕਰਨਾ ਬਹੁਤ ਜ਼ਿਆਦਾ ਔਖਾ ਹੈ। ਅਤੇ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕਿ ਵੀ ਸਾਰੀ ਦੁਨੀਆ ਹੀ ਇੱਕ ਪਰਿਵਾਰ ਹੈ, ਅਤੇ ਦੂਸਰੇ ਗ੍ਰੰਥਾਂ ਵਿੱਚ ਵੀ ਲਿਖਿਆ ਗਿਆ ਕਿ ਵਾਸੁਦੇਵ ਕੁਟੁੰਬਕਮ, ਮਤਲਬ ਸਾਰੀ ਦੁਨੀਆ ਹੀ ਇੱਕ ਕੁਟੁੰਬ ਹੈ, ਇੱਕ ਪਰਿਵਾਰ ਹੈ। ਅਤੇ ਤੁਸੀਂ ਪਿਛਲੇ 10 ਦਿਨਾਂ ਤੋਂ ਸਾਡੇ ਇਸ ਛੋਟੇ ਪਰਿਵਾਰ ਦੇ ਵਿੱਚ, ਸਾਡਾ ਇਹ ਵੱਡਾ ਪਰਿਵਾਰ ਆ ਕੇ ਸਾਨੂੰ ਮਿਲ ਰਹੇ ਹੋ, ਸਾਨੂੰ ਇਹ ਦੁੱਖ ਬਰਦਾਸ਼ਤ ਕਰਨ ਦੇ ਵਿੱਚ ਸਾਡੀ ਮਦਦ ਕਰ ਰਹੇ ਹੋ, ਔਰ ਅਸੀਂ ਵੀ 10 ਦਿਨਾਂ ਦੇ ਵਿੱਚ ਦੁੱਖ ਬਰਦਾਸ਼ਤ ਕਰਨਾ ਕਾਫੀ ਸਿੱਖ ਗਏ ਹਾਂ। ਅਤੇ ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਇਹੋ ਜਿਹੇ ਬਿਜ਼ੀ ਇੱਕ ਟਾਈਮ ਦੇ ਵਿੱਚ ਤੁਸੀਂ ਆ ਕੇ ਪਿਛਲੇ 10 ਦਿਨਾਂ ਸਾਡੇ ਨਾਲ ਬੈਠੇ ਹੋ, ਔਰ ਸਾਨੂੰ ਦੁੱਖ ਨੂੰ ਬਰਦਾਸ਼ਤ ਕਰਨ ਦੀ ਜਾਚ ਆ ਰਹੀ ਹੈ, ਅਤੇ ਤੁਸੀਂ ਸਾਡੀ ਮਦਦ ਕਰ ਰਹੇ ਹੋ। ਔਰ ਅੱਜ ਮੈਂ ਇੱਕ ਛੋਟੀ ਜਿਹੀ ਬੇਨਤੀ ਹੋਰ ਕਰਨੀ ਚਾਹਾਂਗਾ ਕਿ ਸਾਡੇ ਭਾਈ ਸਾਹਿਬ ਤਰਸੇਮ ਸਿੰਘ, ਉਹਨਾਂ ਵਿੱਚ ਹਜ਼ਾਰਾਂ ਖੂਬੀਆਂ ਸਨ, ਲੇਕਿਨ ਇਸ ਇੱਕ ਆਮ ਇਨਸਾਨ ਦੀ ਤਰ੍ਹਾਂ ਇੱਕ ਵੱਡੀ ਕਮੀ ਵੀ ਸੀ ਕਿ ਉਹ ਡਰਿੰਕ ਕਰਦੇ ਸੀਗੇ। ਅਤੇ ਮੇਰੀ ਆਪ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਲੋਕ ਵੀ ਇਸ ਤਰ੍ਹਾਂ ਦੀ ਕਿਸੇ ਚੀਜ਼ ਦੇ ਵਿੱਚ ਥੋੜ੍ਹੇ ਬਹੁਤ ਫਸੇ ਹੋਏ ਨੇ, ਆਪਾਂ ਪੰਜਾਬੀ ਪਤਾ ਨਹੀਂ ਕੀ ਵਜ੍ਹਾ ਕੁਝ ਜ਼ਿਆਦਾ ਹੀ ਫਸੇ ਹੋਏ ਆ, ਅਤੇ ਉਹਦੇ ਵਿੱਚ ਆਪਾਂ ਕੋਸ਼ਿਸ਼ ਕਰੀਏ ਕਿ ਵੀ ਇਹਦੇ ਵਿੱਚੋਂ ਨਿਕਲੀਏ, ਜਾਂ ਇਹਨੂੰ ਇੰਨਾ ਘੱਟ ਕਰ ਦਈਏ ਕਿ ਦਵਾਈ ਲੈਵਲ ਤੱਕ ਹੀ ਰੱਖੀਏ, ਨਹੀਂ ਤਾਂ ਇਹਦਾ ਨੁਕਸਾਨ ਇੰਨੇ ਭਾਰੀ ਨੇ, ਅਸੀਂ ਖੁਦ ਇਸ ਨੁਕਸਾਨ ਨੂੰ ਬਰਦਾਸ਼ਤ ਕੀਤਾ ਹੈ। ਔਰ ਤਰਸੇਮ ਸਿੰਘ ਜੀ ਹੁਣਾਂ ਦੇ ਮੈਂ ਪਰਿਵਾਰ ਬਾਰੇ ਥੋੜ੍ਹਾ ਜਲਦੀ ਵਿੱਚ ਦੱਸਣਾ ਚਾਹਾਂਗਾ ਕਿ ਬਹੁਤ ਪਿਆਰਾ ਪਰਿਵਾਰ ਹੈ, ਇਹਨਾਂ ਦੇ 3 ਬੱਚੇ, 3 ਲੜਕੇ, ਬਹੁਤ ਜ਼ਿੰਮੇਵਾਰ ਲੜਕੇ ਨੇ ਉਹ, ਨੰਦੀਪ ਸਿੰਘ, ਗੁਰਮੁਖ ਸਿੰਘ, ਜੋਧਾ ਸਿੰਘ, ਬਹੁਤ ਜ਼ਿੰਮੇਵਾਰ ਨੇ। ਕਦੀ ਉਹਨਾਂ 'ਤੇ ਕਿਸੇ ਵੀ, ਮਤਲਬ ਮੈਂ ਸੋਚਦਾ ਹਾਂ ਕਿ ਇਸ ਤਰ੍ਹਾਂ ਦੇ ਲੋਕ ਬੱਚੇ ਵੀ ਹੈਗੇ ਨੇ, ਕੋਈ ਉਹਨਾਂ ਦੇ ਵਿੱਚ ਐਪ ਨਹੀਂ, ਬਹੁਤ ਜ਼ਿਆਦਾ ਜ਼ਿੰਮੇਵਾਰ ਨੇ। ਇਹ ਖੁਸ਼ੀ ਦੀ ਗੱਲ ਹੈਗੀ ਆ ਕਿ ਮਗਰ ਕੋਈ ਇਹੋ ਜਿਹੀ ਜ਼ਿੰਮੇਵਾਰੀ ਨਹੀਂ ਹੈ ਕਿ ਜਿਹਦਾ ਆਪਾਂ ਨੂੰ ਦੁੱਖ ਹੋਵੇ। ਇਸ ਤੋਂ ਅੱਗੇ ਮੈਂ ਭਾਜੀ ਤਜਿੰਦਰ ਸਿੰਘ ਜੀ ਹੁਣਾਂ ਦੀ ਗੱਲ ਦਾ ਜ਼ਰੂਰ ਕਰਨਾ ਚਾਹੁੰਦਾ ਕਿ ਹੁਣ ਲੋੜ ਹੈਗੀ ਆ ਕਿ ਜਦੋਂ ਵੀ ਇੰਨਾ ਆਪਾਂ ਇਕੱਠੇ ਹੋਈਏ ਕਿਸੇ ਵੀ ਦੁੱਖ ਅਤੇ ਸੁੱਖ ਮੌਕੇ, ਇਹ ਤਾਂ ਸੀਗੇ ਆਪਣੇ ਪਰਸਨਲ ਛੋਟਾ ਜਿਹਾ ਦੁੱਖ ਦੀ ਗੱਲ ਕਰ ਲਈ, ਪਰ ਜਿਹੜਾ ਦੁੱਖ ਫਿਊਚਰ ਦੇ ਵਿੱਚ ਆ ਰਿਹਾ ਹੈ, ਭਵਿੱਖ ਦੇ ਵਿੱਚ ਸਾਫ਼ ਪ੍ਰਤੱਖ ਦਿਸਦਾ ਹੈ, ਜਿਸ ਬੰਦੇ ਨੂੰ ਦੇਖਣਾ ਆਉਂਦਾ ਹੈ ਉਹ ਬਹੁਤ ਭਾਰੀ ਦੁੱਖ ਹੈ। ਆਪਾਂ ਇਸ ਵਾਤਾਵਰਨ ਜਿਹਦੇ ਵਿੱਚ ਪਾਣੀ, ਹਵਾ ਅਤੇ ਮਿੱਟੀ, ਜੇਕਰ ਆਪਾਂ ਨਾ ਸੰਭਾਲਿਆ, ਬਹੁਤ ਭਾਰੀ ਨੁਕਸਾਨ ਹੋ ਜਾਣਾ, ਅਤੇ ਉਹ ਨੁਕਸਾਨ ਇੰਨਾ ਵੱਡਾ ਹੈਗਾ ਕਿ ਉਹਨੂੰ ਰਿਪੇਅਰ ਕਰਨ ਦੀ, ਉਹਨੂੰ ਹੱਲ ਕਰਨ ਦੀ ਕਿਸੇ ਦੇ ਵਿੱਚ ਕਾਬਲੀਅਤ ਨਹੀਂ ਹੈਗੀ। ਇਸ ਕਰਕੇ ਵੀਰੋ, ਪਰਾਲੀਆਂ ਨੂੰ ਅੱਗਾਂ ਲਾਉਣੀਆਂ, ਮਿੱਟੀਆਂ ਦੇ ਵਿੱਚ ਬੇਤਹਾਸ਼ਾ ਬਿਨਾਂ ਸੋਚਿਆਂ ਜ਼ਹਿਰਾਂ ਦਾ ਛਿੜਕਾਅ ਕਰਨਾ, ਖਾਦਾਂ ਬੇਹਿਸਾਬਾ ਪਾਉਣੀਆਂ, ਬੇਹਿਸਾਬਾ ਪਾਣੀ ਵੇਸਟ ਕਰਨਾ, ਇਹ ਆਪਾਂ ਨੂੰ ਬਚਣ ਦੀ ਲੋੜ ਹੈ। ਤੁਸੀਂ, ਮੈਂ ਹੋ ਸਕਦਾ ਤੁਹਾਨੂੰ ਇਹ ਬੁਰਾ ਲੱਗੇ, ਪਰ ਮੈਂ ਕਹਿੰਦਾ ਗੌਰਮੈਂਟਾਂ ਤੋਂ ਇਹੋ ਜਿਹੀ ਮੰਗ ਕਰੀਏ ਕਿ ਭਾਈ ਕੋਈ ਇਹੋ ਜਿਹਾ ਸਿਸਟਮ ਬਣਾਓ ਕਿ ਅਸੀਂ ਘੱਟੋ ਘੱਟ ਪਾਣੀ ਨਾਲ ਆਪਣੀਆਂ ਫਸਲਾਂ ਪੈਦਾ ਕਰੀਏ, ਵਰਨਾ ਆਪਾਂ ਬਹੁਤ ਤੰਗ ਹੋਵਾਂਗੇ,
ਜ਼ਰੂਰ ਜਦੋਂ ਸਾਰਾ ਦਿਨ ਆਪਾਂ ਫੋਨ ਫੜ ਕੇ ਦੇਖਦੇ ਹਾਂ ਇਹ ਦੇਖੋ ਕਿ ਆਉਣ ਵਾਲੇ ਸਾਲਾਂ ਵਿੱਚ ਕਿੰਨੀਆਂ ਭਿਆਨਕ ਪ੍ਰੋਬਲਮਸ ਆਪਾਂ ਨੂੰ ਆ ਸਕਦੀਆਂ ਅਗਰ ਆਪਾਂ ਅਲਰਟ ਨਾ ਹੋਏ, ਅਗਰ ਆਪਾਂ ਨਾ ਸੰਭਲੇ। ਅਤੇ ਮੈਂ ਤੇਜਿੰਦਰ ਸਿੰਘ ਜੀ ਹੁਣਾਂ ਦਾ ਧੰਨਵਾਦ ਕਰਦਾ ਹਾਂ ਕਿ ਇਹੋ ਜਿਹੇ ਸੋਗਮਈ ਮੌਕੇ ਦੇ ਉੱਤੇ ਵੀ ਉਹਨਾਂ ਨੇ ਇਸ ਤਰ੍ਹਾਂ ਦੇ ਮੁੱਦੇ ਨੂੰ ਉਠਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ। ਮਿਹਰਬਾਨੀ ਜੀ, ਔਰ ਆਪ ਸਭ ਦਾ ਇੱਕ ਵਾਰ ਫਿਰ ਬਹੁਤ ਬਹੁਤ ਮਿਹਰਬਾਨੀ ਜੋ ਆਪ ਆਏ ਔਰ ਸਾਨੂੰ ਇਸ ਦੁੱਖ ਦੇ ਮੌਕੇ ਦੇ ਵਿੱਚ ਹੌਸਲਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਦੇ ਵਿੱਚ ਹਰੇਕ ਸੱਜਣ ਦਾ ਨਾਮ ਲੈ ਕੇ ਉਸਨੂੰ ਆਪਣੇ ਦੁੱਖ ਦਰਦ ਦੱਸੇ ਹਨ ਕਿ 10 ਦਿਨ ਦੇ ਵਿੱਚ ਕਿੰਨੇ ਉਹਨਾਂ ਨੇ ਇਹ ਦੁੱਖ ਨੂੰ ਮਹਿਸੂਸ ਕੀਤਾ ਹੈ। ਸਤਿ ਸੱਚੇ ਪਾਤਸ਼ਾਹ ਅੱਗੇ ਇਹੀ ਅਰਦਾਸ ਬੇਨਤੀ ਹੈ ਕਿ ਸਤਿ ਸੱਚੇ ਪਾਤਸ਼ਾਹ ਜੀ ਸਰਦਾਰ ਤਰਸੇਮ ਸਿੰਘ ਜੀ ਧਾਲ ਅਤੇ ਉਹਨਾਂ ਦੀ ਬਾਲ ਘਰ ਵਾਲੀ ਹਮੇਸ਼ਾ ਪਿਆਰ ਇਤਫਾਕ ਦੀਆਂ ਦਾਤਾਂ ਬਖਸ਼ਿਸ਼ ਕਰਨ। ਹੁਣ ਮੈਂ ਵੀਰ ਗੁਰਮੁਖ ਸਿੰਘ ਜੀ ਨੂੰ ਚਾਲ ਬੇਨਤੀ ਕਰਾਂਗਾ ਕਿ ਉਹ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਨਮਸਕਾਰ ਕਰਕੇ ਬੈਠ ਜਾਣ। ਦਾਤਾ ਸਿੰਘ ਜੀ ਦੇ ਸਾਰਾ ਪਰਿਵਾਰ ਵੱਲੋਂ ਪਗੜੀ ਦੀ ਰਸਮ ਅਦਾ ਹੋਏਗੀ। ਸਿਰਫ ਉਹੀ ਪਗੜੀ ਜਾਂ ਦੇਣਗੇ, ਬਾਕੀ ਹੋਰ ਕੋਈ ਵੀ ਪਰਿਵਾਰ ਨਾਲ ਜਾਂ ਕੋਈ ਵੀ ਪਿਆਰ ਨਾਲ ਦੀ ਕਿਰਪਾਲਤਾ ਨਾ ਕਰੇ। ਇਸ ਤੋਂ ਉਪਰੰਤ ਕੜਾ ਪ੍ਰਸ਼ਾਦ ਜੀ ਵਰਤਾਏ ਜਾਏਗੇ, ਗੁਰੂ ਕੇ ਲੰਗਰ ਤਿਆਰ ਹਨ, ਸਾਰੀ ਸੰਗਤ ਨੇ ਲੰਗਰ ਛੱਕ ਕੇ ਜਾਣੇ ਹਨ। ਪਗੜੀ ਦੀ ਰਸਮ ਤੋਂ ਬਾਅਦ ਸਤਿਗੁਰੂ ਜੀ ਦੇ ਪਵਿੱਤਰ ਪਾਵਨ ਸਰੂਪ ਪਿਆਰ ਦੇ ਨਾਲ ਲੰਗਰ ਛਕਣਾ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਬੋਲੇ ਆਪਣੇ ਪਿਤਾ ਦੇ ਦੱਸੇ ਹੋਏ ਮਾਰਗਾਂ ਪਰ ਉਹਨਾਂ ਦੇ ਪਾਏ ਹੋਏ ਚਰਨਾਂ ਪਰ ਚੱਲਣ। ਸਤਿ ਨਾਮ ਵਾਹਿਗੁਰੂ, ਸਤਿ ਨਾਮ।
ਨਾਮ ਵਾਹਿਗੁਰੂ ਸਾਤੇ ਨਾਮ ਵਾਹਿਗੁਰੂ।